ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਦਾ ਖਾਸ ਰੂਪ ਸਤ ਸੰਗਤ ਜੀਓ, ਵਡਭਾਗੀ ਹੋ ਜੋ ਸਾਹਿਬ ਜੀ ਦੇ ਬਚਨ ਹਨ, ਆਨੰਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ, ਜੋ ਕਿ ਅੰਮ੍ਰਿਤ ਵੇਲੇ ਦੀ ਸੰਭਾਲ ਕਰਦਿਆਂ ਆਪ ਜੀ ਅੰਮ੍ਰਿਤ ਬਿਮਾਰੀ ਦਾ ਆਨੰਦ ਮਾਣ ਰਹੇ ਹੋ। ਸਾਹਿਬ ਜੀ ਫਰਮਾਉਂਦੇ ਹਨ, ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰੂ ਰਿਹਾ ਭਰਪੂਰੇ। ਉਹ ਵਡਭਾਗੀ ਹਨ, ਉਹ ਪਵਿੱਤਰ ਹਨ ਜਿਹੜੇ ਗੁਰੂ ਦਾ ਜਸ ਹੁੰਦੇ ਹਨ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਅਸੀਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਏ ਹਾਂ। ਜੋ ਗੁਰੂ ਸਾਹਿਬ ਜੀ ਦੇ ਬਚਨ ਹਨ, ਕੁੜਿਆਰ ਕੁੜਿਆਰੀ ਜਾਇ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ, ਜੈਕਾਰ ਕੀ ਉਹ ਧਰਮੀਆਂ ਕਾ ਪਾਪੀ ਕੋ ਡੰਡ ਦੀ ਹੋਏ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਬਚਨ ਹਨ, ਜੋ ਜੋ ਨਿੰਦ ਕਰੇ ਇਨ ਗ੍ਰਹਿਣ ਕੀ, ਸੋ ਆਗੇ ਹੀ ਮਾਰੈ ਕਰਤਾਰ। ਜਿਸ ਜਿਸ ਨੇ ਵੀ ਗੁਰੂ ਪਿਆਰੀ ਸਾਧ ਸੰਗਤ ਸਾਡੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾਂ ਸ੍ਰੀ ਅਕਾਲ ਤਖਤ ਸਾਹਿਬ ਜਾਂ ਸਿੱਖੀ ਦੇ ਉੱਪਰ ਹਮਲਾ ਕੀਤਾ, ਸਿੱਖਾਂ ਨੇ ਬਹੁਤ ਜਲਦ ਉਸ ਦਾ ਬਦਲਾ ਲੈ ਲਿਆ, ਭਾਜੀ ਚੁਕਾ ਦਿੱਤੀ। ਸੋ ਇਹਨਾਂ ਦਿਨਾਂ ਦੇ ਵਿੱਚ ਆਪਾਂ ਉਹ ਸਿੱਖ ਜਗਤ ਦੇ ਮਹਾਨ ਯੋਧੇ, ਮਹਾਨ ਸੂਰਬੇ, ਤਿੰਨਾਂ ਦੀ ਗੱਲ ਕਰ ਰਹੇ ਹਾਂ। ਜਿਵੇਂ ਪਿਛਲੇ ਦਿਨਾਂ ਦੇ ਵਿੱਚ ਭਾਈ ਸਾਹਿਬ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਸਾਹਿਬ, ਉਹਨਾਂ ਦੀ ਗੱਲ ਆਪਾਂ ਨੇ ਕੀਤੀ, ਅਤੇ ਅੱਜ ਵਿਸ਼ੇਸ਼ ਤੌਰ 'ਤੇ ਸਰਦਾਰ ਜਗਤਾਰ ਸਿੰਘ ਜੀ ਹਵਾਰਾ, ਜੋ ਕਿ ਆਪ ਜੀ ਨੂੰ ਪਤਾ ਹੈ ਇਹਨਾਂ ਦੇ ਹੀ ਸਾਥੀ ਹਨ, ਅਤੇ ਪਿਛਲੇ ਕਈ ਸਾਲਾਂ ਤੋਂ ਇਹ ਵੀ ਜੇਲ੍ਹ ਦੇ ਵਿੱਚ ਹਨ, ਜੋ ਕਿ ਉਸ ਬੇਅੰਤੇ ਦੇ ਕਾਂਡ ਦੇ ਵਿੱਚ ਇਹਨਾਂ ਦਾ ਨਾਮ ਸ਼ਾਮਿਲ ਹੈ। ਅਤੇ ਇਹਨਾਂ ਨੂੰ ਜੋ ਫਾਂਸੀ ਦੀ ਪਹਿਲਾਂ ਸਜ਼ਾ ਸੀ, ਅਤੇ 2011 ਦੇ ਵਿੱਚ ਇਹਨਾਂ ਦੀ ਫਾਂਸੀ ਦੀ ਸਜ਼ਾ ਨੂੰ ਰੱਦ ਕਰਕੇ ਅਤੇ ਉਮਰ ਕੈਦ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ, ਅਤੇ CBI ਨੇ ਪਟੀਸ਼ਨ ਪਾਈ ਸੀ ਕਿ ਇਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਉਹ ਕੋਰਟ ਵੱਲੋਂ ਫੈਸਲਾ ਤਾਂ ਨਹੀਂ, ਇੱਕ ਲੈਟਰ ਇਹਨਾਂ ਨੂੰ ਭੇਜਿਆ ਗਿਆ ਹੈ ਕਿ ਇਹਨਾਂ ਦੀ ਫਾਂਸੀ ਦੀ ਸਜ਼ਾ ਦੇ ਵਾਸਤੇ ਇਹ ਜੋ ਹੈ ਅਪੀਲ ਜਿਹੜੀ ਕਰ ਸਕਦੇ ਹਨ, ਕਿ ਇਸ ਤੋਂ ਜਾਣਕਾਰੀ ਇੱਕ ਪੱਤਰ ਭੇਜਿਆ ਗਿਆ ਹੈ। ਅਤੇ ਇਸ ਕਰਕੇ ਸਾਧ ਸੰਗਤ, ਅੱਜ ਆਪਾਂ ਇਸ 'ਤੇ ਇਹ ਸਾਰੀਆਂ ਵਿਚਾਰਾਂ ਕਰਨ ਵਾਸਤੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਏ ਹਾਂ। ਅਤੇ ਮੇਰੇ ਨਾਲ ਬੈਠੇ ਹਨ ਸਰਦਾਰ ਅਜੈਬ ਸਿੰਘ ਜੀ ਗਰਚਾ, ਜਿਹੜੇ ਕਿ ਡਾਇਰੈਕਟਰ ਹਨ ਸਿੱਖ ਸੁਸਾਇਟੀ ਲਿਮਿਟਡ UK ਦੇ, ਅਤੇ ਚੇਅਰਮੈਨ ਹਨ ਅਥਲੈਟਿਕ ਫੁੱਟਬਾਲ ਕਲੱਬ ਸਮੈਥਕ UK ਦੇ। ਮੈਂ ਇਹਨਾਂ ਨੂੰ ਵੀ ਜੀ ਆਇਆਂ ਨੂੰ ਆਖਦਾ ਹਾਂ, ਫਤਿਹ ਦੀ ਸਾਂਝ ਕਰਦਾ ਹਾਂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸਾਧ ਸੰਗਤ ਜੀ, ਜਿਵੇਂ ਆਪ ਜੀ ਨੇ ਦੇਖਿਆ ਸਿੱਖ ਚੈਨਲ ਤੋਂ ਪਿਛਲੇ ਦਿਨਾਂ ਦੇ ਵਿੱਚ ਭਾਈ ਸਾਹਿਬ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਸਾਹਿਬ, ਤਿੰਨਾਂ ਦੇ ਵਾਸਤੇ ਕਿਵੇਂ ਸਿੱਖ ਚੈਨਲ ਦੇ ਵੱਲੋਂ ਉਪਰਾਲੇ ਕੀਤੇ ਗਏ, ਇਸੇ ਤਰ੍ਹਾਂ ਹੀ ਸਰਦਾਰ ਜਗਤਾਰ ਸਿੰਘ ਜੀ ਹਵਾਰਾ, ਜਿਨ੍ਹਾਂ ਦੀ ਆਪ ਜੀ ਬੈਕਗਰਾਊਂਡ 'ਤੇ ਤਸਵੀਰ ਵੀ ਦੇਖ ਰਹੇ ਹੋ। ਸੋ ਸਾਧ ਸੰਗਤ, ਉਹਨਾਂ ਦੇ ਵਾਸਤੇ ਸਿੱਖ ਚੈਨਲ ਵੱਲੋਂ ਅਤੇ ਸਿੱਖ ਸੰਗਤਾਂ ਦੇ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਉਪਰਾਲੇ ਕੀਤੇ ਜਾ ਸਕਦੇ ਹਨ, ਕਿਉਂਕਿ ਜੋ ਉਹਨਾਂ ਦੀ ਸਜ਼ਾ ਹੈ ਇਸ ਵੇਲੇ ਉਮਰ ਕੈਦ ਦੇ ਵਿੱਚ ਸੀ, ਅਤੇ CBI ਵੱਲੋਂ ਜੋ ਕਿ ਸਾਧ ਸੰਗਤ ਇਹ ਕੀਤਾ ਗਿਆ ਸੀ, ਪਟੀਸ਼ਨ ਪਾਈ ਗਈ ਸੀ ਇਸ ਦੇ ਬਾਰੇ। ਆਓ ਆਪਾਂ ਇੰਡੀਆ ਤੋਂ ਡਾਇਰੈਕਟ ਕਾਲ ਲੈਂਦੇ ਹਾਂ ਅਤੇ ਸਾਰੇ ਹਾਲਾਤ ਜਾਣਦੇ ਹਾਂ। ਸੋ ਸਰ ਬਲਵੀਰ ਸਿੰਘ ਜੀ ਬੈਂਸ, ਮਾਫ਼ ਕਰਨਾ, ਉਹ ਉਹਨਾਂ ਦੀ ਆਪਾਂ ਕਾਲ ਲੈ ਰਹੇ ਇੰਡੀਆ ਤੋਂ ਨਹੀਂ, ਆਓ ਵਧੇਰੇ ਜਾਣਕਾਰੀ ਉਹਨਾਂ ਕੋਲੋਂ ਪ੍ਰਾਪਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰ ਜੀ, ਆਪ ਜੀ ਦਾ ਸਵਾਗਤ ਹੈ। ਸਭ ਤੋਂ ਪਹਿਲਾਂ ਆਪ ਜੀ ਆਪਣਾ ਨਾਮ ਦੱਸੋ ਤੇ ਦੱਸੋ ਇਸ ਵੇਲੇ ਕਿਸ ਜਗ੍ਹਾ ਤੋਂ ਆਪ ਜੀ ਬੋਲ ਰਹੇ ਹੋ। ਵੀਰ ਜੀ, ਮੇਰਾ ਨਾਮ ਬਲਵੀਰ ਸਿੰਘ ਬੈਂਸ ਹੈ, ਮੈਂ ਆਪਣੀ ਸਿੱਖ ਆਰਗੇਨਾਈਜੇਸ਼ਨ ਫੋਰ ਪ੍ਰਿਜ਼ਨਰਸ ਵੈਲਫੇਅਰ ਆਰਗੇਨਾਈਜੇਸ਼ਨ ਵੱਲੋਂ ਬੋਲ ਰਿਹਾ ਹੈਗਾ ਜੀ। ਤੇ ਇਸ ਸੰਬੰਧ ਦੇ ਵਿੱਚ ਜੋ ਤੁਸੀਂ ਪੁੱਛੋਗੇ, ਮੈਂ ਜਿੰਨੀ ਕੁ ਮੈਨੂੰ ਜਾਣਕਾਰੀ ਹੈਗੀ ਆ, ਹਾਂਜੀ ਮੈਂ ਜ਼ਰੂਰ ਸੰਗਤਾਂ ਦੇ ਨਾਲ ਸਾਂਝੀ ਕਰਾਂਗਾ ਜੀ। ਹਾਂਜੀ। ਸੋ ਵੀਰ ਜੀ, ਸਭ ਤੋਂ ਪਹਿਲਾਂ ਆਪ ਜੀ ਥੋੜੇ ਜਿਹਾ ਜਗਤਾਰ ਸਿੰਘ ਹਵਾਰਾ ਦੇ ਬਾਰੇ ਸੰਗਤਾਂ ਨੂੰ ਦੱਸ ਦਿਓ, ਕਿ ਇਹ ਕਿਹੜੀ ਸ਼ਖਸੀਅਤ ਹਨ ਅਤੇ ਕਿਸ ਸੰਬੰਧ ਦੇ ਵਿੱਚ ਇਹਨਾਂ ਨੂੰ ਜੇਲ੍ਹ ਦੇ ਵਿੱਚ ਹੈਗੇ ਨੇ। ਮੇਰੇ ਖਿਆਲ ਦੇ ਵਿੱਚ ਸਮੁੱਚਾ ਸਿੱਖ ਜਗਤ ਜਗਤਾਰ ਸਿੰਘ ਹਵਾਰਾ ਤੋਂ ਜਾਣੂ ਨੇ ਜੀ, ਕਿਉਂਕਿ ਉਹਨਾਂ ਦੀ ਸ਼ਖਸੀਅਤ ਕਿਸੇ ਕੋਲ ਲੁਕੀ ਛੁਪੀ ਨਹੀਂ ਹੈਗੀ ਜੀ। ਉਹਨਾਂ ਦੀ ਪਰਸਨੈਲਿਟੀ ਜੋ ਵੀ ਹੈ, ਉਹਨਾਂ ਨੇ ਜੋ ਵੀ ਪੰਥ ਨੂੰ ਉਹਨਾਂ ਨੇ ਦੇਣ ਦਿੱਤੀ ਹੈ,
ਉਹ ਅੱਜ ਪੰਥ ਦੇ ਸਾਹਮਣੇ ਹੈ ਕਿਉਂਕਿ ਜਦੋਂ ਇਹ ਸਾਰਾ ਜਬਰ ਜ਼ੁਲਮ ਹੋ ਰਿਹਾ ਸੀ ਜੀ ਆਪਣੇ ਸਿੱਖ ਕੌਮ ਦੇ ਉੱਤੇ ਔਰ ਦਿਨ ਦਿਹਾੜੇ ਚਿੱਟੇ ਸਿੱਖਾਂ ਨੂੰ ਕੱਢ ਕੱਢ ਕੇ ਚੁਣ ਚੁਣ ਕੇ ਮਾਰਿਆ ਜਾ ਰਿਹਾ ਸੀ ਉਸ ਚੀਫ ਮਿਨਿਸਟਰ ਨੇ ਬੇਅੰਤ ਸਿੰਘ ਨੇ ਜੋ ਖੁੱਲੀ ਛੁੱਟੀ ਦਿੱਤੀ ਹੋਈ ਸੀ ਪੁਲਿਸ ਅਫਸਰਾਂ ਨੂੰ ਖਾਸ ਕਰਕੇ KPS ਗਿੱਲ ਨੂੰ ਜੀ ਉਸ ਵੇਲੇ ਜੋ ਦੁਰਦਸ਼ਾ ਇਹ ਨੀ ਪਤਾ ਹੁੰਦਾ ਸੀ ਵੀ ਜਿਹੜਾ ਵਿਅਕਤੀ ਸਵੇਰੇ ਘਰੋਂ ਗਿਆ ਹੈ ਉਹਨੇ ਸ਼ਾਮ ਨੂੰ ਵਾਪਸ ਆਪਣੇ ਘਰ ਪਰਤਣਾ ਹੈ ਜਾਂ ਨਹੀਂ ਪਰਤਣਾ ਜੀ ਤੇ ਲੋਕੀ 4 ਵਜੇ ਤੋਂ ਬਾਅਦ ਕੋਈ ਦਰਵਾਜ਼ਾ ਨਹੀਂ ਆਪਣਾ ਖੋਲਦਾ ਸੀ ਸਾਰੇ ਆਪਣੇ ਇੰਨਾ ਜਾਣੀ ਕਿ ਉਹਨਾਂ ਦੇ ਉੱਤੇ ਜਾਣੀ ਕਿ ਪਾ ਦਿੱਤਾ ਗਿਆ ਜਾਣੀ ਕਿ ਇੱਕ ਗਿਆ ਸੀਗਾ ਜੀ ਸੋ ਉਸ ਵੇਲੇ ਦੀਆਂ ਜੋ ਸੀਗੀਆਂ ਉਸ ਵੇਲੇ ਸੂਰਬੀਰ ਯੋਧੇ ਉੱਠੇ ਇਹਨਾਂ ਨੇ ਜੋ ਵੀ ਇਸ ਕੌਮ ਦੀ ਦੁਰਦਸ਼ਾ ਹੋ ਰਹੀ ਸੀ ਉਹਦੇ ਬਾਬਤ ਕੁਛ ਸੋਚਿਆ ਤੇ ਇਹਨਾਂ ਨੇ ਉਸ ਨੂੰ ਜੋ ਵੀ ਹੈਗਾ ਸੋਧਾ ਲਾਇਆ ਜੋ ਵੀ ਇਸ ਪਾਪੀ ਨੂੰ ਸੋਧਾ ਲਾਇਆ ਜੀ ਹਾਂਜੀ ਮੈਂ ਤੁਹਾਨੂੰ ਇੱਕ ਉਦਾਹਰਣ ਦੇਣਾ ਚਾਹੁੰਦਾ ਜਦੋਂ ਇੱਥੇ ਤੱਕ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਗਾ ਉਹ ਤੋਂ ਅੰਦਾਜ਼ਾ ਤੁਸੀਂ ਲਾ ਸਕੋਗੇ ਵੀ ਕਿਹੋ ਜਿਹਾ ਮਾਹੌਲ ਸੀ ਕਿਹੋ ਜਿਹਾ ਇਹ ਚੀਜ਼ ਦੇ ਵਿੱਚ ਲੋਕੀ ਗੁਜ਼ਰ ਰਹੇ ਸਨ ਜਦੋਂ ਦਿਆਸ 1999 ਵਿੱਚ ਤਿਹਾੜ ਜੇਲ੍ਹ ਵਿੱਚ ਬੰਦ ਕੀਤਾ ਗਿਆ ਮੈਨੂੰ ਤੇ 2 ਮਹੀਨੇ ਤਕਰੀਬਨ ਇੱਕ ਆਦਮੀ ਦੀ ਜੋ ਪੰਜਾਬ ਤੋਂ CBI ਦਾ ਬੰਦਾ ਸੀ ਔਰ ਮੇਰੇ ਤੇ ਲਾਇਆ ਗਿਆ ਸੀ ਵੀ ਇਹਦੀ ਸਾਰੀ ਕਾਰਵਾਈ ਦੇਖਣੀ ਆ ਇਹ ਕੀ ਕਰਦਾ ਆ ਕਿਹਨੂੰ ਮਿਲਦਾ ਆ ਕਿਹਨਾਂ ਗੱਲ ਕਰਦਾ ਇਹ ਕੀ ਆ ਉਹਦੇ ਬਾਰੇ ਮੈਨੂੰ ਕੋਈ ਨੌਲੇਜ ਨਹੀਂ ਸੀ ਤੇ ਉਹ ਵਿਅਕਤੀ ਮੈਨੂੰ ਦੇਖਦਾ ਰਿਹਾ ਉਹ ਮੈਨੂੰ ਵਾਚ ਕਰਦਾ ਰਿਹਾ ਤੇ 2 ਮਹੀਨਿਆਂ ਬਾਅਦ ਉਹਨੇ ਮੈਨੂੰ ਮੇਰੇ ਨਾਲ ਬੈਠਿਆ ਤੇ ਮੈਂ ਕਹਿੰਦਾ ਸਰਦਾਰ ਜੀ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਆ ਮੈਂ ਉਹਦਾ ਨਾਂ ਨਹੀਂ ਲਵਾਂਗਾ ਇਸ ਵੇਲੇ ਕਿਉਂਕਿ ਉਹ ਇਸ ਵੇਲੇ ਵਿਦੇਸ਼ਾਂ ਵਿੱਚ ਬੈਠਾ ਹੈ ਮੈਨੂੰ ਦੱਸਿਆ ਵੀ ਮੈਂ ਭਾਈ ਸਾਹਿਬ ਤੁਹਾਡੇ ਤੇ ਨਿਯੁਕਤ ਕੀਤਾ ਗਿਆ ਸੀ ਤੇ ਤੁਹਾਡੀ ਸਾਰੀ ਕਾਰਵਾਈ ਨੋਟ ਕਰਨ ਲਈ ਮੈਨੂੰ ਲਾਇਆ ਗਿਆ ਸੀ ਤੇ ਮੈਂ ਕੁਛ ਆਪਣੀਆਂ ਦਿਲ ਦੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ ਖੈਰ ਮੈਂ ਉੱਧਰ ਨਹੀਂ ਜਾਂਦਾ ਮੈਨੂੰ ਇੱਕ ਵਿਸ਼ੇਸ਼ ਗੱਲ ਜਿਹੜੀ ਉਹਨੇ ਮੈਨੂੰ ਦੱਸੀ ਮੈਂ ਉਹ ਮੇਰੇ ਅੱਜ ਵੀ ਮੇਰੇ ਕਈ ਵਾਰੀ ਮੈਂ ਸੋਚਦਾ ਆ ਤੇ ਮੇਰਾ ਹਿਰਦਾ ਕੰਬ ਜਾਂਦਾ ਉਹ ਗੱਲ ਸੁਣ ਕੇ ਸੋਚ ਕੇ ਉਸਨੇ ਦੱਸਿਆ ਵੀ ਜਦੋਂ ਇਹ ਇਹਨੇ KPS ਗਿੱਲ ਨੇ ਸਾਨੂੰ ਖੁੱਲੀ ਛੁੱਟੀ ਦਿੱਤੀ ਸੀ ਵੀ ਜਿਹੜਾ ਵੀ 15 ਸਾਲ ਦੀ ਉਮਰ ਤੋਂ ਲੈ ਕੇ 25 ਸਾਲ ਦੀ ਉਮਰ ਤੱਕ ਕੋਈ ਵੀ ਨੌਜਵਾਨ ਹੈਗਾ ਉਹ ਫੜ ਕੇ ਜੋ ਮਰਜ਼ੀ ਕਰੋ ਕੋਈ 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 ਸਿੱਖ ਤੁਹਾਨੂੰ ਮਾੜੀ ਸ਼ੱਕ ਵੀ ਹੁੰਦੀ ਆ ਵੀ ਉਹ ਗੱਲ ਵੀ ਕਰਦਾ ਹੈ ਕਿਸੇ ਸਿੱਖੀ ਰੂਪ ਦੇ ਵਿੱਚ ਤੇ ਤੁਹਾਨੂੰ ਖੁੱਲੀ ਛੁੱਟੀ ਆ ਤੇ ਉਹਦੇ ਵਿੱਚ ਕਹਿੰਦਾ ਵੀ ਮੈਂ ਇੱਕ ਤੁਹਾਨੂੰ ਉਧਾਰ ਕਹਿੰਦਾ ਚੀਫ ਨੂੰ ਬੜੀ ਪਰੇਸ਼ਾਨ ਕਰਦੀ ਆ ਤੇ ਕਈ ਵਾਰੀ ਮੈਂ ਰਾਤਾਂ ਨੂੰ ਉੱਠ ਉੱਠ ਕੇ ਬਹਿਨਾ ਆ ਉਹ ਸੀਨ ਕਮਰੋਂ ਕਦੀ ਜਾਂਦਾ ਨਹੀਂ ਉਹਨੇ ਇੱਕ ਬੱਚੇ ਦੀ ਉਦਾਹਰਣ ਦਿੱਤੀ ਮੈਨੂੰ ਵੀ ਜਿਹੜਾ 15 ਸਾਲਾਂ ਦਾ ਸੀ ਇੱਕੋ ਇੱਕ ਇਕਲੌਤਾ ਬੇਟਾ ਆਪਣੀ ਮਾਂ ਦਾ ਪਿਓ ਹੈ ਨੀ ਸੀ ਸਿਰ ਤੇ ਮਾਂ ਦਾ ਇੱਕੋ ਇੱਕ ਬੱਚਾ ਸੀ ਤੇ ਕਹਿੰਦੇ ਸਾਨੂੰ ਅਫਸਰ ਹੋ ਗਏ ਵੀ ਉਸ ਬੱਚੇ ਨੂੰ ਫੜ ਕੇ ਲਿਆਓ ਤੇ ਉਹਦਾ ਮੁਕਾਬਲਾ ਬਣਾਓ ਤੇ ਜਦੋਂ ਅਸੀਂ ਉਹ ਬੱਚੇ ਨੂੰ ਫੜਨ ਜਾਂਦੇ ਆ ਤੇ ਉਹ ਉਹਦੀ ਮਾਂ ਉਹਨੂੰ ਫੜ ਕੇ ਆਪਣੇ ਸੀਨੇ ਨਾਲ ਲਾ ਲੈਂਦੀ ਆ ਤੇ ਅਸੀਂ ਉਹਨੂੰ ਖਿੱਚਦੇ ਆ ਤੇ ਮਾਂ ਆਪਣਿਆਂ ਨੂੰ ਖਿੱਚਦੀ ਆ ਤੇ ਆਪਣਿਆਂ ਨੂੰ ਖਿੱਚਦੇ ਆ ਤੇ ਉਹ ਬੱਚਾ ਵੀ ਉੱਚੀ ਉੱਚੀ ਰੋ ਰਿਹਾ ਤੇ ਮਾਂ ਵੀ ਦਹਾਈਆਂ ਪਾ ਰਹੀ ਆ ਵੀ ਮੇਰਾ ਇੱਕੋ ਇਕਲੌਤਾ ਬੱਚਾ ਵੀ ਇਹ ਮੇਰੀ ਅੱਖਾਂ ਦਾ ਤਾਰਾ ਹੈ ਵੀ ਇਹਨੂੰ ਤੁਸੀਂ ਨਾ ਕੁਛ ਕਰੋ ਇਹਨੂੰ ਨਾ ਲਿਜਾਓ ਸੋ ਉਹਨਾਂ ਨੇ ਕਹਿੰਦੇ ਅਸੀਂ ਉਹਨਾਂ ਦੀ ਜੋ ਸੀ ਉਹਨਾਂ ਦਾ ਉਹ ਬੇਚਾਰੀ ਇੱਕ ਬੁੱਢੀ ਮਾਂ ਵਿਚਾਰੀ ਕੀ ਕਰ ਸਕਦੀ ਸੀਗੀ ਸੋ ਉਹਨਾਂ ਨੇ ਖਿੱਚ ਕੇ ਲੈ ਗਏ ਕਹਿੰਦੇ ਅਸੀਂ ਉਹਦੀਆਂ ਅੱਖਾਂ ਤੇ ਪੱਟੀ ਬੰਨੀ ਤੇ ਉਹਨੂੰ ਅਸੀਂ ਇੱਕ ਬਾਰਡਰ ਤੇ ਲਿਜਾ ਕੇ ਨਾ ਅਸੀਂ ਖੜਾ ਕਰ ਦਿੱਤਾ ਉਹਨੇ ਕਹਿੰਦਾ ਹੱਥ ਜੋੜ ਕੇ ਮੈਨੂੰ ਸਾਨੂੰ ਕਹਿੰਦਾ ਵੀ ਇੱਕੋ ਹੀ ਬੇਨਤੀ ਕੀਤੀ ਤੇ ਮੈਨੂੰ ਕਹਿੰਦਾ ਤੁਸੀਂ ਮਾਰ ਤਾਂ ਦੇਣਾ ਹੀ ਆ ਮੈਨੂੰ ਇੱਕ ਵਾਰੀ ਮੇਰੀ ਮਾਂ ਨਾਲ ਮਿਲ ਜਾਂਦੋ ਮੈਨੂੰ ਤੁਸੀਂ ਮਾਰ ਦੇਣਾ ਹੈ ਪਰ ਮੈਨੂੰ ਪਤਾ ਹੈ ਚੀਜ਼ ਦਾ ਹੁਣ ਤੁਸੀਂ ਮੈਨੂੰ ਬਖਸ਼ਣਾ ਨਹੀਂ ਹੈਗਾ ਪਰ ਮੇਰੀ ਇੱਕ ਆਖਰੀ ਰਿਕੁਐਸਟ ਆ ਵੀ ਤੁਸੀਂ ਮੈਨੂੰ ਇੱਕ ਵਾਰੀ ਆਪਣੀ ਮਾਂ ਨਾਲ ਮਿਲ ਲਓ ਬੇਸ਼ੱਕ ਤੁਸੀਂ ਮਾਰ ਦਿਓ ਬੇਸ਼ੱਕ ਉਹ ਤੋਂ ਬਾਅਦ ਤੇ ਕਹਿੰਦੇ ਵੀ ਉਹਦਾ ਪਿਸ਼ਾਬ ਨਿਕਲ ਗਿਆ ਵਿੱਚ ਉਹਦੇ ਤਿੰਨੇ ਤਰਲੇ ਕੀਤੇ ਉਹਦਾ ਪਿਸ਼ਾਬ ਨਿਕਲ ਗਿਆ ਵਿੱਚ ਤੇ ਕਹਿੰਦਾ ਵੀ ਸਾਡੇ ਬੰਦੇ ਇੰਨੇ ਬੇਰਹਿਮ ਦਿਲ ਸੀਗੇ ਉਹਨਾਂ ਨੇ ਉਸ ਬੱਚੇ ਦੀ ਜਾਨ ਲੈ ਕੇ ਹੀ ਛੱਡੀ ਤੇ ਉਹ ਜਦੋਂ ਉਹਦਾ ਸੀਨ ਕਹਿੰਦਾ ਵੀ ਮੇਰੀਆਂ ਅੱਖਾਂ ਤੋਂ ਕਦੀ ਪਰਾਂ ਨਹੀਂ ਹੋਇਆ ਤੇ ਮੈਂ ਵੀ ਰਾਤਾਂ ਨੂੰ ਭਵ ਕੇ ਉੱਠ ਕੇ ਤਬ ਕੇ ਉੱਠਦਾ ਆ ਤੇ ਮੈਨੂੰ ਬਹੁਤ ਉਹ ਪਰੇਸ਼ਾਨ ਕਰਦੀ ਹੈ ਉਹ ਇਹ ਇੱਕ ਉਦਾਹਰਨ ਹੈ ਜਾਣੀ ਕਿ ਉਸ ਵੇਲੇ ਜਬਰ ਦੀ ਇੱਕ ਬੇਗੁਨਾਹ 15 ਸਾਲਾਂ ਦੇ ਇੱਕ ਬੱਚੇ ਦੀ ਜਿਹੜੀ ਮੈਂ ਤੁਹਾਨੂੰ ਇੱਕ ਉਦਾਹਰਨ ਦਿੱਤੀ ਹੈ ਇੱਦਾਂ ਦੇ ਪੁੱਤ ਨੇ ਕਿੰਨੀਆਂ ਉਦਾਹਰਨਾਂ ਹੋਣੀਆਂ ਸੋ ਇਹ ਬੰਦੇ ਇਹ ਗੁਰੂ ਪਿਆਰੇ ਬਲਵੰਤ ਸਿੰਘ ਜੀ ਜਗਤਾਰ ਸਿੰਘ ਜੀ ਜਾਂ ਇਹਨਾਂ ਦੇ ਨਾਲ ਦੇ ਸਾਥੀ ਜਿੰਨੇ ਵੀ ਸੀ
ਇਸ ਕੌਮ ਦੇ ਇਸ ਜਬਰ ਜ਼ੁਲਮ ਨੂੰ ਰੋਕਣ ਲਈ ਹੀ ਇਹਨਾਂ ਨੇ ਇਹ ਜੋ ਕਾਰਵਾਈ ਕੀਤੀ ਸੀ ਤੇ ਉਹਨਾਂ ਉਸ ਕਾਰਵਾਈ ਦਾ ਇੱਕ ਹਿੱਸਾ ਨੇ ਸਾਰੇ। ਠੀਕ ਹੈ ਜੀ। ਤੇ ਜੋ ਇਹਨਾਂ ਤੇ ਫਿਰ ਕੇਸ ਚੱਲਿਆ ਉਹ ਕਾਫੀ ਲੰਮਾ ਸਮਾਂ ਤਕਰੀਬਨ 17-18 ਤੋਂ ਚੱਲ ਰਿਹਾ, 7 ਸਾਲ ਤੋਂ ਚੱਲ ਰਿਹਾ ਹੈਗਾ ਜੀ। ਤੇ ਉਹਦੇ ਵਿਚ ਸਰਦਾਰ ਬਲਵੰਤ ਸਿੰਘ ਜੀ, ਸਰਦਾਰ ਜਗਤਾਰ ਸਿੰਘ ਜੀ, ਪਰਮਜੀਤ ਸਿੰਘ ਭਿਓਰਾ, ਲਖਵਿੰਦਰ ਸਿੰਘ ਜੀ, ਗੁਰਮੀਤ ਸਿੰਘ ਜੀ ਤੇ ਸ਼ਮਸ਼ੇਰ ਸਿੰਘ ਜੀ ਇਸ ਵੇਲੇ ਜ਼ਿਲ੍ਹਾ ਚ ਹਨ। ਠੀਕ ਹੈ ਜੀ। ਤੇ ਕੱਲ ਹੀ ਮਿਲੀ ਭਾਈ ਲਖਵਿੰਦਰ ਸਿੰਘ ਜੋ ਇਹਨਾਂ ਦੇ ਸਾਥੀ ਹਨ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨਾਲ ਤੇ ਬਾਕੀ ਮੈਂਬਰਾਂ ਨਾਲ ਵੀ ਗੱਲ ਹੋਈ ਸੀਗੀ। ਤੇ ਉਹ ਬੜਾ ਮਹਿਸੂਸ ਕਰਦੇ ਨੇ ਵੀ ਜਿੱਥੇ ਅੱਜ ਬਲਵੰਤ ਸਿੰਘ ਰਾਜੋਆਣੇ ਦੀ ਗੱਲ ਹੋ ਰਹੀ ਆ ਉੱਥੇ ਉਹਨਾਂ ਦੇ ਵੀਰਾਂ ਦੀ, ਉਹਨਾਂ ਦੇ ਫੈਮਿਲੀ ਮੈਂਬਰਾਂ ਦੀ ਜੋ ਅੰਦਰ ਬੈਠੇ ਨੇ ਔਰ ਇਸੇ ਕੜੀ ਦੇ ਉਹ ਵੀ ਨਾਇਕ ਨੇ ਉਹਨਾਂ ਦਾ ਕੋਈ ਨਾਂ ਤੱਕ ਨਹੀਂ ਲੈ ਰਿਹਾ ਹੈਗਾ। ਉਹਨਾਂ ਨੂੰ ਬਹੁਤ ਚੀਜ਼ ਦਾ ਦੁੱਖ ਆ। ਉਹਨਾਂ ਨੇ ਜਿਹੜ ਕੇ ਮੈਨੂੰ ਇੱਕ ਰੋਸ ਪ੍ਰਗਟ ਕੀਤਾ ਵੀ ਜੋ ਮੈਂ ਸ਼ੇਅਰ ਕਰ ਲੈਣਾ ਆਪਣੀ ਕੌਮ ਦੇ ਨਾਲ, ਕਹਿੰਦੇ ਵੀ ਜੇ ਇਹ ਮੇਰਾ ਉਹਨੇ ਇਹ ਸ਼ਬਦ ਵਰਤੇ ਵੀ ਜੇ ਕਹਿੰਦੇ ਮੇਰਾ ਵੀਰ ਉੱਥੇ ਨਾ ਹੁੰਦਾ ਸੈਕਟਰੀਏਟ ਦੇ ਵਿੱਚ ਤੇ ਕੀ ਇਹ ਕਾਰਜ ਜਿਹੜਾ ਸੀ। ਉਹਨੇ ਰੋਸ ਨਾਲ ਕਿਹਾ ਜਾਣੀ ਕਿ ਇੱਕ ਆਪਣੇ ਵੀਰ ਦੇ ਉੱਤੇ ਮਾਣ ਕਰਕੇ ਹਨਾ, ਇਹ ਜਾਣੀ ਕਿ ਇਹ ਗੱਲਾਂ ਸਾਨੂੰ ਸੋਚਣੀਆਂ ਪੈਣੀਆਂ ਨੇ। ਭਾਈ ਲਖਵਿੰਦਰ ਸਿੰਘ ਜੀ, ਗੁਰਮੀਤ ਸਿੰਘ ਜੀ, ਭਾਈ ਸ਼ਮਸ਼ੇਰ ਸਿੰਘ ਜੀ, ਉਹਨਾਂ ਦੀ ਕਿਸੇ ਪੇਪਰ ਨੇ ਅੱਜ ਤੱਕ ਕੋਈ ਖਾਸ ਰਿਪੋਰਟ ਨਹੀਂ ਦਿੱਤੀ। ਠੀਕ ਹੈ ਜੀ। ਤੇ ਉਹਨਾਂ ਦੀ ਕੋਈ ਮੇਰੇ ਖਿਆਲ ਕਿਸੇ ਨੇ ਕੋਈ ਸਾਰ ਵੀ ਨਹੀਂ ਲਈ ਸ਼ਾਇਦ। ਤੇ ਅਸੀਂ ਕੱਲ ਉਹਨਾਂ ਨੂੰ 1.5 ਲੱਖ ਰੁਪਇਆ ਜਿਹੜਾ ਹੈਗਾ ਉਹਨਾਂ ਨੂੰ ਹੈਗਾ ਵੀ ਤੁਸੀਂ ਵੀ ਉਨੇ ਹੀ ਹੱਕਦਾਰ ਆ, ਉਨੇ ਹੀ ਤੁਹਾਡੇ ਪਰਿਵਾਰ ਦੀ ਦੇਣ ਹੈਗੀ ਆ। ਤੇ ਜਾਣੀ ਕਿ ਇਹ ਚੀਜ਼ ਦਾ ਪਰਿਵਾਰ, ਇਹ ਜਾਣੀ ਕਿ ਸਾਰੇ ਸੀਨ ਦਾ ਜਾਣੀ ਕਿ ਜਿਹੜੀ ਪਿਕਚਰ ਹੈਗੀ ਆ ਉਹ ਸਾਰੀ ਜਾਣੀ ਚਾਹੀਦੀ ਆ, ਕਿਵੇਂ ਕਦੇ ਕਿਵੇਂ ਕਿਵੇਂ ਕਿਸੇ ਨਾਲ ਰੋਲ ਹੋਇਆ, ਕਿਸੇ ਨੇ ਕਿਹੜਾ ਯੋਗਦਾਨ ਪਾਇਆ। ਆਪਾਂ ਜੇ ਇੱਕ ਇਨਸਾਨ ਤੇ ਕੰਸੈਂਟਰੇਟ ਕਰਦੇ ਆ ਤੇ ਬਾਕੀਆਂ ਦੀ ਨਹੀਂ ਕਰਦੇ, ਮੇਰੇ ਖਿਆਲ ਅਨਿਆਏ ਕਰ ਰਹੇ ਹਾਂ ਅਸੀਂ ਵੀ ਉਹਨਾਂ ਨਾਲ। ਭਾਈ ਸਾਹਿਬ ਮੈਂ ਇੱਕ ਤੁਹਾਡੇ ਨਾਲ ਵਿਚਾਰ ਸਾਂਝੀ ਕਰਨਾ ਚਾਹਾਂਗਾ। ਆਪਾਂ ਇਸ ਗੱਲ ਦਾ ਕੌਮ ਨੂੰ ਉਲਾਂਭਾ ਵੀ ਨਹੀਂ ਦੇ ਸਕਦੇ ਕਿਉਂਕਿ ਇਹ ਨਾਂ ਜਿਹੜੇ ਹੈਗੇ ਆ ਜਨਤਕ ਰੂਪ ਚ ਪ੍ਰੈਸ ਵਿੱਚ ਜਾਂ ਕਿਸੇ ਵੀ ਐਂਗਲ ਤੋਂ ਸੰਗਤਾਂ ਦੇ ਸਾਹਮਣੇ ਨਹੀਂ ਆਏ। ਹੁਣ ਤੁਸੀਂ ਇਹ ਗੱਲ ਜਿਹੜੀ ਕੀਤੀ ਹੈਗੀ ਹੈ, ਸ਼ਾਇਦ ਇਹਦੇ ਸੰਬੰਧ ਚ ਲੋਕਾਂ ਦਾ ਜਾਂ ਸੰਗਤਾਂ ਦਾ ਕੁਝ ਨਾ ਕੁਝ ਹੌਸਲਾ, ਕੁਝ ਨਾ ਕੁਝ ਯੋਗਦਾਨ ਪਾਉਣਾ ਬਣਦਾ ਹੈਗਾ ਕਿਉਂਕਿ ਆਪਾਂ ਕਿਸੇ ਐਂਗਲ ਤੋਂ ਜਿੰਨੀ ਚਿਰ ਸਾਡੇ ਕੋਲ ਕੋਈ ਗੱਲ ਨਹੀਂ ਆਉਂਦੀ ਉਹਦਾ ਲਾਂਭਾ ਨਹੀਂ ਦੇ ਸਕਦੇ। ਬਿਲਕੁਲ ਤੁਹਾਡੀ ਗੱਲ, ਤੁਹਾਡੇ ਵਰਗੇ ਸੱਜਣ, ਮੈਨੂੰ ਹੁਣ ਤੁਹਾਡੀ ਗੱਲ ਯਾਦ ਆ ਰਹੀ ਕਿ ਤੁਸੀਂ ਇਸ ਸੰਤਾਪ ਨੂੰ ਆਪਣੇ ਸਰੀਰ ਤੇ ਭੋਗਿਆ ਹੈਗਾ ਤੇ ਤੁਸੀਂ ਉਹ ਬੈਕਗ੍ਰਾਉਂਡ ਦੱਸ ਰਹੇ ਹੈਗੇ ਆ। ਮੈਂ ਤੁਹਾਨੂੰ ਸਵਾਲ ਕਰਨਾ ਚਾਹਾਂਗਾ, ਜਿਹੜੀ ਗੱਲ ਤੁਸੀਂ ਕੀਤੀ ਹੈ ਸੱਜਣ ਤੁਹਾਨੂੰ ਜੇਲ੍ਹ 'ਚ ਮਿਲਿਆ, ਅੱਜ ਬਾਹਰ ਹੈਗਾ, ਕੀ ਉਹ ਤੁਹਾਡਾ ਰਿਲੇਟਿਵ ਹੈਗਾ ਜਾਂ ਤੁਸੀਂ ਉਹਦਾ ਨਾਂ ਦੱਸਣਾ ਕਿਉਂ ਨਹੀਂ ਪਸੰਦ ਕਰਦੇ? ਨਹੀਂ, ਰਿਲੇਟਿਵ ਤਾਂ ਭਾਈ ਸਾਹਿਬ ਕੋਈ ਨਹੀਂ ਮੇਰਾ ਉਹ ਹੈਗਾ ਤੇ ਨਾ ਹੀ ਮੇਰੀ ਨਾ ਕੋਈ ਕੋਈ ਦੂਰੋਂ ਨੇੜੋਂ ਰਿਸ਼ਤੇਦਾਰੀ ਆ ਕਿਸੇ ਤਰ੍ਹਾਂ ਦੀ ਵੀ ਨਹੀਂ ਹੈਗੀ। ਉਹ ਇੱਕ ਉਸ ਵਿਅਕਤੀ ਨੇ ਮਹਿਸੂਸ ਕੀਤਾ ਵੀ ਸਾਡੇ ਕੋਲੋਂ ਬਹੁਤ ਗਲਤ ਕੰਮ ਕਰਾਏ ਗਏ ਨੇ ਜੀ, ਤੇ ਉਹ ਬਾਅਦ ਦੇ ਵਿੱਚ ਉਹ ਵਿਅਕਤੀ ਇਹ ਨੌਕਰੀ ਵਿਜੀਲੈਂਸ ਦੀ ਛੱਡ ਕੇ ਤੇ ਬਾਹਰਲੇ ਵਿਦੇਸ਼ਾਂ ਵਿੱਚ ਆਣ ਕੇ ਸੈਟਲ ਹੋਇਆ ਹੈਗਾ। ਸ਼ਾਬਾਸ਼। ਜਾਣ ਕੇ ਉਹਨੇ ਮੈਨੂੰ ਆਪਣਾ ਸਾਰਾ ਗੱਲ ਸ਼ੇਅਰ ਕੀਤੀ ਬਾਅਦ ਚ ਵੀ ਮੈਂ ਬਹੁਤ ਇਹ ਚੀਜ਼ ਦੇ ਵਿੱਚ ਮੈਨੂੰ ਮਹਿਸੂਸ ਹੁੰਦਾ। ਕਹਿੰਦਾ ਬਾਬਾ ਜੀ, ਉਹ ਬਾਬਾ ਜੀ ਮੈਨੂੰ ਕਹਿੰਦਾ ਹਾਲਾਂਕਿ ਮੇਰਾ ਥੋੜਾ ਉਮਰ ਚ ਵੱਡਾ ਸੀ ਜੀ, ਵੀ ਮੈਨੂੰ ਇਹ ਚੀਜ਼ ਦਾ ਬਹੁਤ ਦੁੱਖ ਆ ਵੀ ਸਾਡੇ ਕੋਲੋਂ ਇਹੋ ਜਿਹੇ ਬੇਗੁਨਾਹਾਂ ਦੇ ਕਤਲ ਕਰਾਏ ਗਏ ਜਿਹੜੇ ਕਿ ਅਸੀਂ ਚਾਹੁੰਦੇ ਨਹੀਂ ਪਰ ਸਾਡੀ ਮਜਬੂਰੀ ਸੀ, ਜੇ ਅਸੀਂ ਨਹੀਂ ਕਰਦੇ ਤਾਂ ਸਾਡੇ ਤੇ ਉਹਨਾਂ ਨੇ ਫੇਰ ਕੋਈ ਨਾ ਕੋਈ ਜ਼ੁਲਮ ਢਾਉਣਾ ਸੀਗਾ। ਉਹ ਇਹੋ ਜਿਹਾ ਮਾਹੌਲ ਪੈਦਾ ਹੋਇਆ ਸੀ, ਬਿਲਕੁਲ ਉਹ ਬੇਸਿਕਲੀ ਜੋਬ ਕਰ ਰਹੇ ਸੀਗੇ ਉਹਨਾਂ ਨੂੰ ਸਰਕਾਰ ਦੇ ਹਿਸਾਬ ਨਾਲ, ਬਟ ਲੇਕਿਨ ਆਫਟਰ ਆਲ ਉਹਨਾਂ ਦੀ ਜ਼ਮੀਰ ਨੇ ਝੁੰਝੋੜਿਆ ਤੇ ਉਹਨਾਂ ਨੇ ਜੋਬ ਛੱਡਤੀ। ਇਹ ਚੰਗੀ ਗੱਲ ਕੀਤੀ ਉਹਨੇ। ਹਾਂਜੀ 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 ਹਾਂਜੀ। ਤੇ ਏਦਾਂ ਦੇ ਬਹੁਤ ਸਾਰੇ ਦੇਖੋ, ਇਹ ਵੀ ਜੇ ਤੁਸੀਂ ਦੇਖੋ ਜਿਹੜੇ ਪੁਲਿਸ ਦੇ ਵਿੱਚ ਨੇ, ਹੁਣ ਬਲਵੰਤ ਸਿੰਘ ਵੀ ਪੁਲਿਸ ਦੇ ਵਿੱਚ ਸੀਗਾ, ਭਾਈ ਦਿਲਾਵਰ ਸਿੰਘ ਵੀ ਪੁਲਿਸ, ਸਾਰੇ ਪੁਲਿਸ ਦੇ ਮਾੜੇ ਨਹੀਂ ਹੁੰਦੇ, ਉਹਨਾਂ ਦੇ ਅੰਦਰ ਵੀ ਸਪਿਰਿਟ ਹੁੰਦੀ ਆ, ਉਹਨਾਂ ਦੇ ਅੰਦਰ ਵੀ ਕੋਈ ਆਤਮਾ ਰੂਹ ਚੱਲ ਰਹੀ ਆ ਜਿਹੜੀ ਉਹਨਾਂ ਨੂੰ ਕੁਛ ਕੋਸਦੀ ਆ ਵੀ ਇਹ ਕੰਮ ਨਹੀਂ ਠੀਕ ਹੈਗਾ। ਆਖਿਰ ਇਹਨਾਂ ਪੁਲਿਸ ਵਾਲਿਆਂ ਨੇ ਹੀ ਸਹਿਯੋਗ ਦੇ ਕੇ ਜਗਤਾਰ ਸਿੰਘ ਹਵਾਰੇ ਦਾ ਜਿਹੜਾ ਕਾਰ ਸੀਗਾ ਉਹ ਨੇਪਰੇ ਚਾੜਿਆ, ਨਹੀਂ ਤਾਂ ਉਹ ਸ਼ਾਇਦ ਨਾ ਹੋ ਸਕਦਾ। ਅੱਛਾ ਵੀਰ ਬੈਂਸ ਸਾਹਿਬ, ਇੱਕ ਦੱਸੋ ਕਿ ਜਿਹੜੀ ਜਗਤਾਰ ਸਿੰਘ ਹਵਾਰਾ ਦੀ ਅਪਡੇਟ ਮੈਸੇਜ ਹੈਗਾ ਉਹ ਕੀ ਹੈ ਤੇ ਆਪਾਂ ਸੰਗਤਾਂ ਨੂੰ ਅੱਜ ਕੀ ਕਹਿਣਾ ਚਾਹੁੰਦੇ ਆ ਵੀ ਕਿਸ ਵਾਸਤੇ ਆਪਾਂ ਇਹ ਸਪੈਸ਼ਲ ਸ਼ੋਅ ਰੱਖਿਆ? ਦੇਖੋ ਜੀ, ਜਗਤਾਰ ਸਿੰਘ ਹਵਾਰਾ ਦੀ ਇੱਕ ਉਹ ਇਹੋ ਜਿਹੀ ਸ਼ਖਸੀਅਤ ਹੈਗੀ ਆ ਹਾਂਜੀ, ਜਿਹਦੇ ਵਿੱਚ ਮੈਂ ਇਹ ਕਹਿ ਸਕਦਾ ਮਾਣ ਦੇ ਨਾਲ ਵੀ ਇਕੱਲੀ ਪੰਜਾਬ ਦੀ ਨਹੀਂ ਹਾਂਜੀ ਸਮੁੱਚੇ ਹਿੰਦੁਸਤਾਨ ਦੀ ਇੰਟੈਲੀਜੈਂਸੀ ਦਾ ਜ਼ੋਰ ਲੱਗਾ ਸੀ ਉਹਨੂੰ ਫੜਨ ਲਈ ਜੀ। ਅੱਛਾ, ਜਦੋਂ ਉਹ ਇੱਕ ਸਪੋਰਟਸਮੈਨ ਹੈਗਾ ਆ, ਉਹ ਬਹੁਤ ਇੱਕ
ਜਿਹਨੂੰ ਕਹਿੰਦੇ ਆ ਵੀ ਫੁਰਤੀਲਾ ਵਿਅਕਤੀ ਹੈਗਾ ਜਿਹੜੇ ਸਰੀਰ ਦੇ ਵਿੱਚ ਉਹਨੂੰ ਜਦੋਂ ਫੜਿਆ ਵੀ ਇਹਨਾਂ ਨੇ ਲੱਚ ਗੋਲੀ ਮਾਰ ਕੇ ਫੜਿਆ ਸੀਗਾ ਜੀ। ਇੰਨਾ ਜਿਹੜਾ ਕਿ ਉਹ ਫੁਰਤੀਲਾ ਬੰਦਾ ਆ ਇਹਦੀ ਦੂਜੀ ਮਿਸਾਲ ਉਹਨੇ ਜਿਹੜਾ ਉਹਦਾ ਦੂਜਾ ਕਾਂਡ ਹੈਗਾ ਜਿਹੜਾ ਕਿ ਦੁਨੀਆਂ ਦੇ ਇਤਿਹਾਸ ਦੇ ਉੱਤੇ ਦੂਜੀ ਵਾਰੀ ਹੀ ਸ਼ਾਇਦ ਰਿਪੀਟ ਹੋਇਆ ਹੈਗਾ। ਇੱਕ ਇਤਿਹਾਸ ਦੇ ਵਿੱਚ ਵਰਲਡ ਵਾਰ ਸੈਕੰਡ ਵਰਲਡ ਵਾਰ ਵਿੱਚ ਇਹ ਹੋਈ ਸੀ ਗੱਲ ਵੀ ਜੇਲ੍ਹ ਬਰੇਕ ਕਰਕੇ ਜਿਹੜੇ ਨਾਜ਼ੀਆਂ ਦੇ ਕੈਂਪ ਚੋਂ ਗੋਰੇ ਭੱਜੇ ਸਨ ਉਹ ਇੱਕ ਸੈਕੰਡ ਵਰਲਡ ਵਾਰ ਵਿੱਚ ਉਦੋਂ ਹੋਈ ਸੀ ਗੱਲ ਤੇ ਸੈਕੰਡ ਦੁਨੀਆ ਸੈਕੰਡ ਐਗਜ਼ਾਮਪਲ ਜਿਹੜੀ ਹੈਗੀ ਆ ਉਦਾਹਰਨ ਹੈਗੀ ਆ ਉਹ ਜਗਤਾਰ ਸਿੰਘ ਹਵਾਰੇ ਦੀ ਜੇਲ੍ਹ ਬਰੇਕ 2001 ਦੇ ਵਿੱਚ ਜਦੋਂ ਉਹ ਉੱਥੋਂ ਨਿਕਲਿਆ ਹੈਗਾ ਨਾ ਸੋਰੀ 2002 ਵਿੱਚ ਉਹਨਾਂ ਨੇ ਜਿਹੜਾ ਉਹ ਕੀਤਾ ਉਹ ਸਾਰਾ ਹਿੰਦੁਸਤਾਨ ਹੀ ਇੱਕ ਉੱਠ ਪਿਆ ਸੀ ਵੀ ਇਹ ਇੰਜੀਨੀਅਰਿੰਗ ਤਾਂ ਕਿਸਨੇ ਕੀਤੀ ਹੈ ਜੀ। ਠੀਕ ਹੈ ਉਹ ਸਾਰੇ ਲੋਕਾਂ ਦੇ ਵਿੱਚ ਮੂੰਹ ਚ ਉਂਗਲਾਂ ਪਾਤੀਆਂ ਸੀ ਵੀ ਇਹ ਇਹ ਬਹੁਤ ਵੱਡਾ ਕੰਮ ਇਹ ਕਿਵੇਂ ਹੋ ਗਿਆ ਇਹ ਜਦੋਂ ਪਤਾ ਨੀ ਲੱਗਾ ਇਸ ਨੂੰ ਕਿੱਦਾਂ ਪੱਟੀ ਗਈ ਉਹ ਕਿਸ ਹਿਸਾਬ ਨਾਲ ਦੀ ਜਿਹੜੀ ਹੈਗੀ ਆ ਇੰਜੀਨੀਅਰਿੰਗ ਕੀਤੀ ਗਈ ਹੈਗੀ ਆ। ਸੋ ਇੱਕ ਉਹ ਇੱਕ ਕਾਂਡ ਦਾ ਇਸ ਕਾਂਡ ਦਾ ਹੀ ਨਹੀਂ ਉਹਦੇ ਕਾਂਡ ਫਿਰ ਦੇਖੋ ਬਾਹਰ ਆਣ ਕੇ ਵੀ ਉਸਨੇ ਮੇਰੇ ਖਿਆਲ 2-4 ਮਹੀਨਿਆਂ ਵਿੱਚ ਇੱਕ ਦੁਬਾਰਾ ਮੂਵਮੈਂਟ ਖੜੀ ਕਰ ਲਈ ਸੀਗੀ। ਠੀਕ ਹੈ ਜੀ। ਹਾਂਜੀ ਤੇ ਜਿਸ ਕਰਕੇ ਉਹਨਾਂ ਨੂੰ ਇਸ ਵਿਅਕਤੀ ਤੋਂ ਡਰ ਹੈਗਾ ਵੀ ਇਹ ਵਿਅਕਤੀ ਜਿਹੜਾ ਹੈਗਾ ਕੌਮ ਦਾ ਇੱਕ ਹੀਰਾ ਉਹ ਆ ਜਿਹੜਾ ਕੌਮ ਨੂੰ ਕੋਈ ਸੇਧ ਦੇ ਸਕਦਾ ਕੌਮ ਨੂੰ ਕਿਤੇ ਲਿਜਾ ਸਕਦਾ ਹੈਗਾ। ਦੂਜੀ ਗੱਲ ਵੱਡੀ ਆ ਉਹਨੇ ਕਿਸੇ ਬੇਗੁਨਾਹ ਦਾ ਕੋਈ ਕਤਲ ਉਹਦੇ ਸਿਰ ਤੇ ਨਹੀਂ ਆ। ਠੀਕ ਹੈ ਜੀ। ਤੇ ਦੂਸਰਾ ਵੀਰ ਜੀ ਆਪਣੇ ਜਗਤਾਰ ਸਿੰਘ ਹਵਾਰਾ ਨੂੰ ਪਹਿਲਾਂ ਫਾਂਸੀ ਦੀ ਸਜ਼ਾ ਸੀ ਫਾਂਸੀ ਦੀ ਸਜ਼ਾ ਜਿਹੜੀ ਸੀ ਉਹ ਉਮਰ ਕੈਦ ਵਿੱਚ ਤਬਦੀਲ ਕਰ ਦਿੱਤੀ ਗਈ ਤੇ CBI ਨੇ ਜਿਹੜੀ ਪਟੀਸ਼ਨ ਪਾਈ ਸੀ ਵੀ ਇਹਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਇਹਦੇ ਬਾਰੇ ਹੁਣ ਕੋਰਟ ਨੇ ਕੀ ਕੋਈ ਉਹਨਾਂ ਨੂੰ ਲੈਟਰ ਭੇਜਿਆ ਜਾਂ ਕਿਸ ਤਰ੍ਹਾਂ ਇਹਦੇ ਬਾਰੇ ਕੀ ਹੈਗਾ ਅਪਡੇਟ ਖਬਰ? ਹਾਂਜੀ ਜਿਹੜੀ ਪਹਿਲੀ ਉਹਨਾਂ ਨੂੰ ਸਜ਼ਾ ਹੋਈ ਸੀ ਦੇਖੋ ਉਹ ਸਜ਼ਾ ਹੋਈ ਸੀ ਇਹਨਾਂ ਨੂੰ ਜਿਹੜੇ ਉਹਨਾਂ ਦੇ ਨਾਲ 4 ਹੋਰ ਵਿਅਕਤੀ ਨੇ ਜਿੱਦਾਂ ਮੈਂ ਲਖਵਿੰਦਰ ਸਿੰਘ ਸ਼ਮਸ਼ੇਰ ਸਿੰਘ ਕਰਮਜੀਤ ਸਿੰਘ ਤੇ ਪਰਮਜੀਤ ਸਿੰਘ ਭਿਓਰੇ ਦਾ ਨਾਂ ਲਿਆ ਨਾ ਹਾਂਜੀ ਇਹਨਾਂ ਨੂੰ ਜਿਹੜੀ ਸਜ਼ਾ ਹੋਈ ਸੀ ਉਹ ਹੋਈ ਸੀ ਲਾਈਫ ਸੈਂਟੈਂਸ ਜੀ। ਤੇ ਜਿਹੜੀ ਹਵਾਰਾ ਜਿਹਨੂੰ ਹੋਈ ਆ ਉਹ ਐਕਸੈਪਸ਼ਨਲ ਹੋਈ ਸੀਗੀ ਤੇ ਇਹਨਾਂ ਨੂੰ ਹੋਈ ਸੀਗੀ ਇੱਕ ਵੱਖਰੀ ਤਰ੍ਹਾਂ ਦੀ ਸਜ਼ਾ ਹੋਈ ਆ ਵੀ ਉਹਨਾਂ ਨੂੰ ਲਾਈਫ ਟੇਲ ਡੈਥ ਹਾਂਜੀ ਮੌਤ ਤੱਕ ਜਾਣੀ ਕਿ ਉਹਨਾਂ ਨੂੰ ਉਮਰ ਕਹਿ ਰਿਹਾ। ਠੀਕ ਹੈ। ਇਹ ਉਹਨਾਂ ਦੀ ਸਜ਼ਾ ਬਾਕੀਆਂ ਨਾਲੋਂ ਵੱਖਰੀ ਹੋਈ ਸੀ ਪਹਿਲਾਂ ਇਹਨਾਂ ਦੀ ਫਾਂਸੀ ਹੋਈ ਸੀ ਉਸ ਤੋਂ ਬਾਅਦ ਤਬਦੀਲ ਹੋ ਕੇ ਇਹੋ ਇਹ ਉਮਰ ਕੈਦ ਤੇ ਜਾਣ ਕੇ ਮਰ ਤੱਕ ਉਮਰ ਕੈਦ ਉਹਨਾਂ ਨੂੰ ਕੀਤੀ ਗਈ ਆ ਜੀ। ਹੁਣ ਜਿਹੜੀ ਉਹਨਾਂ ਨੇ CBI ਨੇ ਜੋ ਪਿਛਲੇ ਕੁਛ ਮਹੀਨਿਆਂ ਦੇ ਵਿੱਚ ਇਹਦੇ ਤੇ ਨਾ ਆਪਣੀ ਜਾਣ ਕੇ ਖੁਸ਼ਹਾਲੀ ਪ੍ਰਗਟ ਕਰਦੇ ਹੋਏ ਉਹਨਾਂ ਨੇ ਚੱਕੇ ਨੂੰ ਜਾ ਕੇ ਸੁਪਰੀਮ ਕੋਰਟ ਚ ਪਾ ਦਿੱਤਾ ਵੀ ਇਹਦੀ ਜਿਹੜੀ ਆ ਸਜ਼ਾ ਉਹ ਫਾਂਸੀ ਹੋਣੀ ਚਾਹੀਦੀ ਹੈ ਜੀ। ਠੀਕ ਹੈ। ਡੈਥ ਸੈਂਟੈਂਸ ਹੋਣੀ ਚਾਹੀਦੀ ਜੋ ਕਿ ਬਲਵੰਤ ਸਿੰਘ ਰਾਜੂਆਣਾ ਨੂੰ ਮਿਲੀ ਹੋਈ ਆ ਹਾਂਜੀ ਤੇ ਉਹਨਾਂ ਨੇ ਚੱਕ ਇਹ ਪਾਈ ਤੇ ਉਹ ਜਿਹਦੀ ਸੁਣਵਾਈ ਜਿਹੜੀ ਹੈਗੀ ਆ ਉਹ ਪਿਛਲੇ ਦਿਨੀ ਹੋਈ ਆ ਤੇ ਉਹਦਾ ਜਿਹੜਾ ਕੋਰਟ ਦੇ ਵਿੱਚ ਫੈਸਲਾ ਇਹ ਲਿਆ ਗਿਆ ਹੈਗਾ ਵੀ ਜਗਤਾਰ ਸਿੰਘ ਹਵਾਰੇ ਨੂੰ ਵੀ ਹੱਕ ਹੈਗਾ ਇਸ ਕੇਸ ਦੇ ਵਿੱਚ ਆਪਣਾ ਪੱਖ ਪੇਸ਼ ਕਰਨ ਦਾ। ਸਰ ਤੁਹਾਡੇ ਕੋਲੇ ਮਾਫ ਕਰਨਾ ਇਹਦੀ ਕੋਈ ਰਿਟਨ ਕਨਫਰਮੇਸ਼ਨ ਹੈਗੀ ਆ ਇਸ ਲੈਟਰ ਦੀ ਜਾਂ ਤੁਸੀਂ ਜ਼ਬਾਨੀ ਗੱਲ ਕਰ ਰਹੇ ਹੋ? ਇਹ ਪਾਸੋਂ ਹੀ ਮਿਲੀ ਆ ਤੇ ਇਸੇ ਇਨੀਸ਼ੀਏਟਿਵ ਮੇਰੇ ਤੋਂ ਨਹੀਂ ਪਹੁੰਚੀ ਹੈਗੀ ਜੀ। ਤੇ ਆਪਾਂ ਕਾਪੀ ਮੰਗਾ ਕੇ ਤੁਹਾਨੂੰ ਚੈਨਲ ਨੂੰ ਕਿਸ ਚੈਨਲ ਨੂੰ ਦੇ ਸਕਦੇ ਹਾਂ ਕੋਈ ਐਸੀ ਗੱਲ ਨਹੀਂ ਹੈਗੀ। ਠੀਕ। ਤੇ ਉਹ ਜਿਹੜੀ ਹੈਗੀ ਆ ਉਹਨੂੰ ਪਰਸੋਂ ਸ਼ਾਮੀ ਮਿਲੀ ਆ ਜੇਲ੍ਹ ਦੇ ਅੰਦਰ ਉਹਨੂੰ 30 ਦਿਨ ਦਿੱਤੇ ਗਏ ਨੇ ਵੀ ਤੂੰ ਆਪਣਾ ਬਚਾਓ ਪੱਖ ਜਿਹੜਾ ਹੈਗਾ ਉਹ ਰੱਖ ਸਕਦਾ ਹੈਗਾ ਤੇ ਆਪਣਾ ਤੂੰ ਲੋਇਰ ਕਰ ਸਕਦਾ ਹੈਗਾ ਕੇਸ ਲੜ ਸਕਦਾ ਹੈਗਾ 30 ਦਿਨ ਦਿੱਤੇ ਉਹਦੇ ਵਿੱਚ ਇਹ ਕੋਰਟ ਦਾ ਜਾਣ ਕੇ ਪ੍ਰੋਸੀਜਰ ਹੀ ਹੁੰਦਾ ਵੈਸੇ ਜੀ। ਬਹੁਤ ਕੁਛ ਬਹੁਤ ਸੁਚੱਜੇ ਢੰਗ ਦੇ ਨਾਲ ਸਾਰਾ ਕੁਛ ਅਪ ਟੂ ਡੇਟ ਸੰਗਤਾਂ ਨੂੰ ਰੱਖਿਆ ਹੀ ਹੈਗਾ ਤੇ ਇਹਦੇ ਵਿੱਚ ਕੋਈ ਨਵੀਂ ਗੱਲ ਮੇਰੇ ਖਿਆਲ ਕੋਈ ਹੈ ਨੀ ਉਹ ਸਿਰਫ ਇਹੀ ਆ ਵੀ ਉਹ ਪਟਿਆਲੇ ਜੇਲ੍ਹ ਚ ਹਨ ਤੇ ਉਹ ਚਾਰ ਦੁਆਰੀ ਚ ਬੰਦ ਹਨ ਉਹ ਜਿਹੜੇ ਫਾਂਸੀ ਦੀ ਜਿਸ ਵਿਅਕਤੀ ਨੂੰ ਸਜ਼ਾ ਹੁੰਦੀ ਆ ਉਹਨੂੰ ਤਕਰੀਬਨ ਵੱਖਰਾ ਰੱਖਿਆ ਜਾਂਦਾ ਹੁੰਦਾ ਆ ਵੱਖਰੇ ਸੈੱਲ ਚ ਰੱਖਿਆ ਜਾਂਦਾ ਵੱਖਰੀਆਂ ਉਹਦੀਆਂ ਕੰਡੀਸ਼ਨ ਹੁੰਦੀਆਂ ਹੈਗੀਆਂ। ਸੋ ਇਸ ਵੇਲੇ ਕਿਉਂਕਿ ਦੁਨੀਆਂ ਜਿਹੜਾ ਅੰਦਰ ਬੰਦਾ ਬੈਠਾ ਉਹਨੂੰ ਉਹਨੇ ਦੁਨੀਆਂ ਦੇ ਨਾਲ ਉਹਦਾ ਸੰਬੰਧ ਤੋੜਿਆ ਹੁੰਦਾ ਨਾ ਲੋਕਾਂ ਨੇ ਤੇ ਉਹਦਾ ਇੱਕ ਜਰੀਆ ਇੱਕ ਜਿਹੜੀ ਉਹਦੀ ਮੁਲਾਕਾਤ ਹੁੰਦੀ ਆ ਉਹੀ ਹੁੰਦਾ ਆ ਜਿਹੜਾ ਵਿਅਕਤੀ ਮਿਲ ਜਾਂਦਾ ਉਹੀ ਉਹਦੀ ਦੁਨੀਆਂ ਹੁੰਦੀ ਆ ਉਹਦੇ ਰਾਹੀਂ ਉਹਨੂੰ ਦੁਨੀਆਂ ਦਾ ਪਤਾ ਚੱਲਦਾ ਆ ਬੇਸਿਕਲੀ ਉਹ ਇਸ ਹਾਲਾਤ ਚ ਜਿੰਦੇ ਰਹੇ।
ਠੀਕ ਹੈ ਜੀ, ਮਤਲਬ ਉਹ ਚੜ੍ਹਦੀ ਕਲਾ ਵਿੱਚ ਨੇ ਤੇ ਇੱਥੇ ਪਟਿਆਲੇ ਦੇ ਵਿੱਚ ਨੇ, ਜਿਹੜੀਆਂ ਆਮ ਅਫਵਾਹਾਂ ਸਨ ਉਹ ਸਾਰੀਆਂ ਝੂਠ ਨੇ। ਨਹੀਂ ਦੇਖੋ, ਸਾਰੇ ਵਿਅਕਤੀ ਚੜ੍ਹਦੀ ਕਲਾ ਵਾਲੇ ਨੇ, ਕੋਈ ਐਸੀ ਗੱਲ ਨੀ। ਮਹਾਰਾਜ ਦੀ ਬਹੁਤ ਬਖਸ਼ਿਸ਼ ਆ, ਤੁਸੀਂ ਇਹਨਾਂ ਦੇ ਵੀਡੀਓ ਦੇਖ ਕੇ ਦੇਖ ਸਕਦੇ ਹੋ ਜੋ ਯੂਟਿਊਬ ਤੇ ਹਨ, ਜੋ ਸਿੱਖ ਚੈਨਲ ਨੇ ਬਹੁਤ ਵਾਰੀ ਮੇਰੇ ਖਿਆਲ ਦਿਖਾਏ ਨੇ। ਜਿਵੇਂ ਸ਼ਿਵਸੈਨਾ ਦੇ ਬੰਦੇ ਨੇ ਆਣ ਕੇ ਕੋਸ਼ਿਸ਼ ਕੀਤੀ ਸੀ, ਨਾਕਾਮ ਉਹਦੀ ਕੋਸ਼ਿਸ਼, ਉਹਨੂੰ ਮੂੰਹ ਤੇ ਖਾਣੀ ਪਈ, ਜਾਣੀ ਕਿ ਉਹ ਕਿੰਨੀ ਚੜ੍ਹਦੀ ਕਲਾ ਵਾਲੇ ਦ੍ਰਿਸ਼ ਨੇ। ਕੋਈ ਨਮੋਸ਼ੀ ਵਾਲੀ ਗੱਲ ਹੈ ਹੀ ਨੀ ਉਹਨਾਂ ਦੇ ਵਿੱਚ। ਕਿੰਨੇ ਉਹਨੇ ਆਪਣੇ ਮਾਂ ਉੱਚੀਆਂ ਕਰਕੇ ਉਹ ਆਪਣੇ ਪੰਥ ਦੀ ਗੱਲ ਕਰਦੇ ਨੇ। ਗੁਰੂ ਪਿਆਰੀ ਸਾਧ ਸੰਗਤ, ਇਹ ਸਨ ਸਰਦਾਰ ਬਲਵੀਰ ਸਿੰਘ ਜੀ ਬੈਂਸ, ਜਿਨ੍ਹਾਂ ਨੇ ਸਰਦਾਰ ਜਗਤਾਰ ਸਿੰਘ ਜੀ ਹਵਾਰਾ ਦੇ ਬਾਬਤ ਆਪ ਜੀ ਨੂੰ ਦੱਸਿਆ। ਤੇ ਗਰਚਾ ਸਾਹਿਬ ਜੀ ਇਹ ਦੱਸ ਰਹੇ ਸਨ ਕਿ ਭਾਈ ਬਲਵੰਤ ਸਿੰਘ ਜੀ ਰਾਜਵਾਨਾ ਅਤੇ ਭਾਈ ਜਗਤਾਰ ਸਿੰਘ ਜੀ ਹਵਾਰਾ ਅਤੇ ਨਾਲ ਜਿਹੜੇ ਦੂਸਰੇ ਸਿੰਘਾਂ ਦਾ ਵੀ ਇਹਨਾਂ ਜ਼ਿਕਰ ਕੀਤਾ, ਉਹਨਾਂ ਦਾ ਵੀ ਥੋੜ੍ਹਾ ਸੰਗਤ ਨੂੰ ਦੱਸੋ ਵੀ ਜਿਹੜੇ ਹੋਰ ਵੀ ਇਹਨਾਂ ਦੇ ਨਾਲ ਸਿੰਘ ਸੂਰਬੀਰ ਜਿਹੜੇ ਨੇ ਇਹ ਮਹਾਨ ਕਾਰਜ ਕੀਤਾ, ਇਸ ਪਾਪੀ ਨੂੰ ਸੋਧਾ ਲਾਇਆ, ਉਹਨਾਂ ਦਾ ਵੀ ਨਾਂ ਜਿਹੜਾ ਉਹ ਜ਼ਰੂਰ ਸੰਗਤਾਂ ਤਾਂ ਆਉਣਾ ਚਾਹੀਦਾ। ਭਾਈ ਸਾਹਿਬ ਮੈਂ ਬੇਨਤੀ ਬੇਸਿਕਲੀ ਚੱਲਦੇ ਚੱਲਦੇ ਬਲਵੀਰ ਸਿੰਘ ਬੈਂਸ ਉਹਨਾਂ ਨਾਲ ਕਰ ਹੀ ਬੈਠਾ ਹੈਗਾ, ਇਹ ਵੀ ਬੜੇ ਚੜ੍ਹਦੀ ਕਲਾ ਸਿੰਘ ਹੈਗੇ ਆ। ਇਹਨਾਂ ਦੀਆਂ ਖਬਰਾਂ ਪਿਛਲੇ ਸਮੇਂ 'ਚ ਪੇਪਰਾਂ 'ਚ ਆਉਂਦੀਆਂ ਰਹੀਆਂ, ਇਹ ਵੀ ਇੰਡੀਆ ਜਾ ਕੇ ਜੇਲ੍ਹ 'ਚ ਤਸ਼ੱਦਦ ਸਹਿ ਕੇ ਆਏ ਹੈਗੇ ਆ। ਸੋ ਮੈਂ ਸਮਝਦਾ ਇਹ ਜਿਹਨਾਂ ਨੂੰ ਅੱਜ ਦੀ ਰਣਨੀਤੀ ਬਾਰੇ ਜਾਂ ਅੱਜ ਦੇ ਮਾਹੌਲ ਬਾਰੇ ਸਾਡੇ ਨੂੰ ਜ਼ਿਆਦਾ ਪਤਾ ਹੈਗਾ, ਗੱਲਾਂ ਇੱਦਾਂ ਬਾਹਰ ਆਉਂਦੀਆਂ ਹੈਗੀਆਂ। ਜਿਹੜੇ ਇਹਨਾਂ ਨੇ ਨਾਂ ਹੁਣ ਲਏ ਹੈਗੇ ਆ, ਇਹ ਅੱਜ ਤੋਂ ਪਹਿਲਾਂ ਨਾਂ ਸ਼ਾਇਦ ਆਪਾਂ ਸੁਣੇ ਨਹੀਂ ਹੈਗੇ। ਸੋ ਧੰਨਵਾਦ ਆ ਭਾਈ ਸਾਹਿਬ ਉਹਨਾਂ ਦਾ, ਤੇ ਪਲੀਜ਼ ਕਹਿ ਰਹੀ ਹਾਂ ਭਾਈ ਸਾਹਿਬ ਇਹੋ ਜਿਹੀ ਚੀਜ਼ ਜਿਹੜੀ ਅੱਗੇ ਬਾਹਰ ਲਿਆਉਣ ਲਈ ਤੁਹਾਡਾ ਜਿਹੜਾ ਯੋਗਦਾਨ ਹੈਗਾ ਉਹ ਵਡਮੁੱਲਾ ਹੋਵੇਗਾ। ਉਹ ਸੱਜਣ ਵੀ ਮਾਫ ਕਰਨਾ, ਕੋਈ ਵੀ ਇੱਕ ਇਕੱਲਾ ਬੰਦਾ ਏਡੀ ਵੱਡੀ ਰਣਨੀਤੀ ਜਾਂ ਏਡਾ ਵੱਡਾ ਕੰਮ ਨਹੀਂ ਕਰ ਸਕਦਾ। ਇਹ ਸੰਗਤਾਂ ਜਾਣਦੀਆਂ ਹੈਗੀਆਂ, ਇਹਦੇ ਪਿੱਛੇ ਬਹੁਤ ਸਾਰੇ ਸੱਜਣਾਂ ਦਾ ਹੱਥ ਹੋਵੇਗਾ। ਹਾਲੇ ਸਮਾਂ ਆਉਣ 'ਤੇ ਬਹੁਤ ਸਾਰੇ ਸੱਜਣ ਹੋਰ ਵੀ ਅੱਗੇ ਆਉਣਗੇ, ਸ਼ਾਇਦ ਕਿਸੇ ਕਾਰਨ ਕਰਕੇ ਉਹ ਨਹੀਂ ਸਾਹਮਣੇ ਆ ਰਹੇ ਹੋਣਗੇ, ਸੋ ਸਮਾਂ ਲੱਗੇਗਾ। ਜਿਵੇਂ ਗੱਲ ਕੀਤੀ ਇਹਨਾਂ ਨੇ ਹਵਾਰਾ ਬਾਰੇ, ਕੱਲ ਜਿਹੜੀ ਇਹ ਗੱਲ ਬਾਹਰ ਆਈ ਸੀਗੀ ਉਹਦੇ ਨਾਲ ਕੁਝ ਮੋਰਾਲ ਸੰਗਤਾਂ ਦਾ ਡਾਊਨ ਹੋਇਆ ਵੀ ਸ਼ਾਇਦ ਉਹਨਾਂ ਦੀ ਜਿਹੜੀ ਅਪੀਲ ਪਾਈ ਸੀਗੀ ਉਹ ਰੱਦ ਹੋ ਗਈ ਆ। ਸੋ ਵਿਸਥਾਰ ਨਾਲ ਜਿਹੜਾ ਇਹਨਾਂ ਨੇ ਦੱਸਿਆ ਉਸ ਨਾਲ ਇਹ ਇੱਕ ਨੈਚੁਰਲ ਪ੍ਰੋਸੀਜਰ ਹੈਗਾ ਤੇ ਇਸ ਪ੍ਰੋਸੀਜਰ ਲਈ ਇੱਕ ਮਹੀਨਾ ਆਪਣੇ ਕੋਲ ਹੈਗਾ ਤੇ ਸਾਨੂੰ ਜਿਸ ਤਰ੍ਹਾਂ ਅਸੀਂ ਪ੍ਰੋਟੈਸਟ ਕੀਤੇ ਹੈਗੇ ਆ ਭਾਈ ਬਲਵੰਤ ਸਿੰਘ ਰਾਜੋਵਾਲਾ ਦੇ ਸੰਬੰਧ 'ਚ, ਸਾਨੂੰ ਇਸੇ ਤਰੀਕੇ ਨਾਲ ਸਹਿਜ ਵਿੱਚ ਇਹਨਾਂ ਦੇ ਹੱਕ 'ਚ ਆਵਾਜ਼ ਉਠਾਉਣੀ ਚਾਹੀਦੀ ਆ। ਮੈਂ ਇੱਕ ਦੋ ਵਾਰੀ ਚੈਨਲ 'ਤੇ ਜਾ ਕੇ ਇੱਥੇ ਮੈਂ ਰੁਕ ਕੇ ਗੱਲ ਕਹਿਣੀ ਚਾਹਾਂਗਾ ਵੀ ਅੱਜ ਕੌਮ ਦੀ ਬੜੀ ਚੜ੍ਹਦੀ ਕਲਾ ਹੈਗੀ ਕਿ ਸਾਡੇ ਕੋਲ ਮੀਡੀਆ ਹੈਗਾ, ਸਾਡੇ ਜਿਹੜੇ ਸਾਰੇ ਚੈਨਲ ਹੈਗੇ ਇੱਕ ਮੁੜਤਾ ਦਿਖਾ ਰਹੇ ਹੈਗੇ ਆ। ਜਿਹੜੀ ਡੇ ਬਾਈ ਡੇ 'ਤੇ ਗੱਲ ਪੰਜਾਬ 'ਚ ਜਾਂ ਇੰਡੀਆ 'ਚ ਹੋ ਰਹੀ ਆ ਉਹ ਸਾਨੂੰ ਕੁਝ ਪਲਾਂ ਬਾਅਦ ਇੱਥੇ ਦੇਖਣ ਲਈ ਜਾਂ ਸੁਣਨ ਲਈ ਮਿਲਦੀ ਆ। ਸੋ ਅਗਰ ਨਾ ਮਿਲਦੀ ਹੋਵੇ ਤਾਂ ਸਾਡੀ ਜਿਹੜੀ ਮਾਨਸਿਕਤਾ ਉਹ ਜ਼ਿਆਦਾ ਸਿੱਖ ਹੋਵੇਗੀ। ਮਾਫ਼ ਕਰਨਾ, ਅਸੀਂ ਢਿੰਦੀਆਂ ਕਲਾ ਵਾਲੀਆਂ ਗੱਲਾਂ ਸੋਚਾਂਗੇ। ਸੋ ਇਹ 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 ਧੰਤਾਂ ਦੇ ਯੋਗ ਨੇ। ਜਿਵੇਂ ਹੁਣੇ ਆਪਾਂ ਕੁਝ ਪਲ ਪਹਿਲਾਂ ਬੀਬੀ ਕਮਲਜੀਤ ਕੌਰ ਨਾਲ ਗੱਲ ਕੀਤੀ ਆ, ਤੁਹਾਡੇ ਸਾਹਮਣੇ ਫੋਨ ਤੇ ਗੱਲ ਹੋਈ ਆ, ਉਹਨਾਂ ਨੇ ਆਪਣੀ ਅਸਮਰਥਾ ਦਿਖਾਈ ਆ ਲੰਬੀ ਗੱਲ ਕਰਨ ਲਈ। ਸੋ ਆਪਾਂ ਸੰਗਤਾਂ ਨੂੰ ਦੱਸਦੇ ਜਾਈਏ ਕਿ ਭਾਈ ਬਲਵੰਤ ਸਿੰਘ ਜੀ ਰਾਜਵਾਨਾ ਤੇ ਇਹਨਾਂ ਦੀ ਭੈਣ ਜੋ ਹੈ ਕਮਲਦੀਪ ਕੌਰ, ਉਹਨਾਂ ਦੀ ਹੁਣੇ ਹੀ ਥੋੜ੍ਹਾ ਸਮਾਂ ਪਹਿਲਾਂ ਜੋ ਹੈ ਸਾਡੇ ਗਰਚਾ ਜੀ ਹੋਰਾਂ ਨੇ ਫੋਨ 'ਤੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ। ਸੋ ਉੱਥੋਂ ਪਤਾ ਲੱਗਦਾ ਕਿ ਭਾਈ ਬਲਵੰਤ ਸਿੰਘ ਜੀ ਰਾਜਵਾਨਾ ਬਿਲਕੁਲ ਚੜ੍ਹਦੀ ਕਲਾ ਦੇ ਹਨ ਅਤੇ ਅੱਜ ਸਿੱਖ ਚੈਨਲ ਦੀ ਟੀਮ ਵੀ ਉਹਨਾਂ ਦੇ ਕੋਲ ਜਾ ਰਹੀ ਹੈ, ਇਹ ਭਾਈ ਬਲਵੰਤ ਸਿੰਘ ਜੀ ਰਾਜਵਾਨਾ ਸਾਹਿਬ ਜੀ ਦੀ ਭੈਣ ਦੇ ਕੋਲ, ਅਤੇ ਜੋ ਵੀ ਸਾਰੇ ਹਾਲਾਤ ਨੇ ਉਹ ਜਲਦ ਹੀ ਸਿੱਖ ਚੈਨਲ ਦੇ ਰਾਹੀਂ ਤੁਹਾਨੂੰ ਉਹ ਉਹਨਾਂ ਦੀ ਸਾਰੀ ਖਬਰ ਜਿਹੜੀ ਹੈ ਉਹ ਮਿਲੇਗੀ ਜੀ। ਦੱਸਦੀ ਜਾਈਏ ਇੱਥੇ ਆਪਾਂ ਆਪਣੇ ਸਰੋਤਿਆਂ ਨੂੰ, ਉਹਨਾਂ ਨਾਲ ਅਸੀਂ ਲਾਈਵ ਲਿੰਕ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਉਹਨਾਂ ਨੇ ਅਸਮਰਥਾ ਦਿਖਾਈ ਆ। ਬਦਕਿਸਮਤੀ ਨੂੰ ਉਹ ਸਫ਼ਰ 'ਚ ਅੱਜ ਕੱਲ੍ਹ ਗਰਮੀਆਂ, ਤੁਹਾਨੂੰ ਪਤਾ ਅਪ੍ਰੈਲ ਦਾ ਮਹੀਨਾ ਅਤੇ ਗਰਮੀਆਂ ਅਤੇ ਆਹ ਦੁਪਹਿਰਾ ਦਿਨ ਦਾ ਉਹਨਾਂ ਨੇ ਆਰਾਮ ਕਰਨਾ ਸੀ, ਉਹ ਕਹਿੰਦੇ ਮੈਂ ਟਾਇਰਡ ਹਾਂ ਇਸ ਕਰਕੇ ਮੈਂ ਤੁਹਾਡੇ ਨਾਲ ਗੱਲ ਨਹੀਂ ਕਰ ਸਕਦੀ। ਲੇਕਿਨ ਸ਼ਾਮ ਨੂੰ ਜਿਵੇਂ ਭਾਈ ਸਾਹਿਬ ਨੇ ਦੱਸਿਆ ਹੈਗਾ ਸਿੱਖ ਚੈਨਲ ਦੀ ਟੀਮ ਉਹਨਾਂ ਦੇ ਘਰੇ ਪਹੁੰਚ ਰਹੀ ਹੈਗੀ ਆ, ਅਤੇ ਉਹ ਲਾਈਵ ਲਿੰਕ ਜਾਂ ਰਿਕਾਰਡਿੰਗ, ਮੇਰਾ ਖਿਆਲ ਉਹ ਲਾਈਵ ਲਿੰਕ ਹੋਵੇਗਾ ਕਿਉਂਕਿ ਰਿਕਾਰਡਿੰਗ ਬਹੁਤ ਦੇਰ ਨਾਲ ਆਊਗੀ, ਲਾਈਵ ਲਿੰਕ ਆਏਗਾ ਅਤੇ ਸਾਡੀਆਂ ਗੱਲਾਂ ਜਿਹੜੀਆਂ ਤੁਹਾਨੂੰ ਰੂਬਰੂ ਹੋ ਜਾਣਗੀਆਂ। ਇੱਕ ਚੰਗੀ ਗੱਲ ਹੈਗੀ ਆ, ਤੁਹਾਨੂੰ ਅੱਜ ਸਿੱਖ ਚੈਨਲ ਦੇ ਜ਼ਰੀਏ ਲਾਈਵ ਜਿਹੜੀ ਬ੍ਰੋਡਕਾਸਟਿੰਗ ਹੈ ਉਹ ਦੇਖਣ ਨੂੰ ਮਿਲੇਗੀ ਜੀ। ਸੋ ਸਾਧ ਸੰਗਤ ਜੀ, ਜਿਵੇਂ ਆਪ ਜੀ ਨੂੰ ਦੱਸਿਆ ਗਿਆ ਹੈ, ਜਿੱਥੇ ਭਾਈ ਬਲਵੰਤ ਸਿੰਘ ਜੀ ਰਾਜੋਵਾਲਾ ਸਾਹਿਬ ਇਹਨਾਂ ਦੀ ਫਾਂਸੀ ਦੀ ਜਿਹੜੀ ਉਹ ਸੀ ਉਸ ਨੂੰ ਡਿਲੇਅ ਕੀਤਾ ਗਿਆ ਹੈ, ਉਸ ਨੂੰ ਅੱਗੇ ਪਾਇਆ ਗਿਆ ਹੈ, ਰੋਕ ਲਗਾਈ ਗਈ ਅਜੇ ਤੱਕ
ਪਰ ਸੰਗਤ ਨੂੰ ਜਾਗਰੂਕ ਹੋਣ ਦੀ ਲੋੜ ਹੈ ਕਿ ਇਹ ਫਾਂਸੀ ਦੀ ਸਜ਼ਾ ਮਾਫ਼ ਨਹੀਂ ਹੋਈ। ਉਸ ਦੇ ਵਾਸਤੇ ਆਪਾਂ ਨੂੰ ਅਜੇ ਤੱਕ ਜਾਗਰੂਕ ਹੋਣਾ ਪੈਣਾ, ਸਮੁੱਚੇ ਪੰਥ ਨੂੰ ਇਸ 'ਤੇ ਇਹ ਸੋਚ 'ਤੇ ਪਹਿਰਾ ਦੇਣਾ ਪੈਣਾ ਹੈ। ਅਤੇ ਅੱਜ ਦਾ ਇਹ ਜਿਹੜਾ ਵਿਸ਼ੇਸ਼ ਪ੍ਰੋਗਰਾਮ ਲੈ ਕੇ, ਸ਼ੋਅ ਲੈ ਕੇ ਅਸੀਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਏ ਹਾਂ, ਉਹ ਇਹ ਹੈ ਕਿ ਇਹਨਾਂ ਦੇ ਨਾਲ ਨਾਲ ਜਿਹੜੇ ਦੂਸਰੇ ਸਿੰਘ ਹਨ, ਜਿਵੇਂ ਸਰਦਾਰ ਜਗਤਾਰ ਸਿੰਘ ਜੀ ਹਵਾਰਾ ਹੈ, ਪੰਥ ਨੂੰ ਉਹਨਾਂ ਦੇ ਬਾਬਤ ਵੀ ਸੋਚਣਾ ਪਵੇਗਾ। ਅਤੇ ਉਹਨਾਂ ਦੇ ਨਾਲ ਜਿਹੜੇ ਦੂਸਰੇ ਸਿੰਘ ਹੋਰ, ਸਰਦਾਰ ਸ਼ਮਸ਼ੇਰ ਸਿੰਘ ਜੀ, ਪਰਮਜੀਤ ਸਿੰਘ ਜੀ ਅਤੇ ਲਖਵਿੰਦਰ ਸਿੰਘ ਜੀ ਜਿਹੜੇ ਹਨ, ਉਹਨਾਂ ਦੇ ਬਾਬਤ ਵੀ ਜਿਵੇਂ ਦੱਸਿਆ ਵੀਰ ਜੀ ਬੈਣ ਜੀ ਉਹਨਾਂ ਨੇ ਕਿ ਉਹਨਾਂ ਦੇ ਨਾਮ ਜਿਹੜੇ ਨੇ ਸੰਗਤਾਂ ਬਹੁਤ ਘੱਟ ਜਾਂਦੀਆਂ। ਹਾਂਜੀ। ਸੋ ਸਾਰੇ ਸਿੱਖ ਪੰਥ ਨੂੰ ਉਹਨਾਂ ਮਹਾਨ ਯੋਧੇ ਸੂਰਬੀਰ ਜਿਨ੍ਹਾਂ ਨੇ ਇਹ ਸਿੱਖੀ ਦਾ ਘਾਨ ਕਰਨ ਵਾਲੇ, ਤੁਸੀਂ ਸਾਰਾ ਉਹ ਹਾਲਾਤ ਦੇਖ ਹੀ ਲਏ ਨੇ ਕਿ ਜ਼ਬਰਦਸਤੀ ਉਸ ਵੇਲੇ ਪੰਜਾਬ ਸਰਕਾਰ, ਪੰਜਾਬ ਦੇ ਮੁੱਖ ਮੰਤਰੀ ਨੇ ਆਰਡਰ ਦਿੱਤਾ ਹੋਇਆ ਸੀ ਕਿ ਜਿਹੜਾ ਵੀ ਤੁਹਾਨੂੰ ਕੋਈ ਸਿੱਖ ਨੌਜਵਾਨ ਮਿਲਦਾ ਹੈ 15 ਸਾਲ ਤੋਂ 22 ਸਾਲ ਦੀ ਉਮਰ ਦੇ ਵਿੱਚ, 23 ਸਾਲ ਦੀ ਉਮਰ ਦੇ ਵਿੱਚ, ਅਤੇ ਉਸ ਵੇਲੇ ਸਾਧ ਸੰਗਤ ਐਸੇ ਹਾਲਾਤ ਹੋ ਗਏ ਸਨ, ਖਾਸ ਕਰਕੇ ਪਿੰਡਾਂ ਦੇ ਵਿੱਚ, ਕਪੂਰਥਲਾ, ਗੁਰਦਾਸਪੁਰ, ਅੰਮ੍ਰਿਤਸਰ ਡਿਸਟ੍ਰਿਕਟ ਦੇ ਵਿੱਚ, ਕਿ ਲੋਕ 4-5 ਵਜੇ ਤੋਂ ਬਾਅਦ ਵਿੱਚ ਘਰੋਂ ਬਾਹਰ ਨਹੀਂ ਸਨ ਨਿਕਲਦੇ, ਅਤੇ ਲੋਕ ਜੋ ਜੰਗਲ ਪਾਣੀ ਲੈਟਰਿੰਗ ਵਗੈਰਾ ਵੀ ਘਰਾਂ ਦੇ ਅੰਦਰ ਹੀ ਕਰਦੇ ਸਨ। ਇੰਨਾ ਵੱਡਾ ਸਹਿਮ ਜਿਹੜਾ ਸੀ ਉਸ ਵੇਲੇ ਪੈ ਗਿਆ ਸੀ। ਸੋ ਗੁਰੂ ਪਿਆਰੀ ਸਾਧ ਸੰਗਤ ਉਸ ਵੇਲੇ ਦੇ ਹਾਲਾਤ ਐਸੇ ਸਨ ਕਿ ਇਹ ਜਿਹੜੇ ਮਹਾਨ ਸੂਰਬੀਰ ਹਨ, ਇਹਨਾਂ ਨੇ ਗੁਰਮਤਿ ਦਾ ਪਹਿਰਾ ਦਿੰਦੇ ਹੋਇਆਂ ਜੋ ਸਾਹਿਬ ਜੀ ਦੇ ਬਚਨ ਨੇ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਇਹਨਾਂ ਨੇ ਸਾਧ ਸੰਗਤ ਮੌਤ ਨੂੰ ਆਪਣੀ ਤਲੀ 'ਤੇ ਰੱਖ ਕੇ, ਅਤੇ ਇਹ ਮਹਾਨ ਕਾਰਨਾਮਾ ਜਿਹੜਾ ਸੀ ਇਹ ਕੀਤਾ, ਜੋ ਕਿ ਸਿੱਖਾਂ ਦਾ ਹੀ ਘਾਨ ਕਰ ਰਿਹਾ ਸੀ, ਸਿੱਖਾਂ ਦਾ ਹੀ ਖਾਤਮਾ ਕਰ ਰਿਹਾ ਸੀ, ਨੌਜਵਾਨ ਪੀੜ੍ਹੀ ਨੂੰ ਖਤਮ ਕੀਤਾ ਜਾ ਰਿਹਾ ਸੀ, ਉਸ ਜ਼ਾਲਮ ਨੂੰ ਇਹਨਾਂ ਨੇ ਮਾਰ ਮੁਕਾਇਆ, ਸਦਾ ਦੀ ਨੀਂਦ ਸਵਾਇਆ। ਅਤੇ ਸਾਧ ਸੰਗਤ ਅੱਜ ਉਹ ਸਿੱਖ ਕੌਮ ਦੇ ਇਹ ਮਹਾਨ ਹੀਰੇ ਹਨ, ਅਤੇ ਇਹਨਾਂ ਨੂੰ ਪਹਿਚਾਨਣ ਦੀ ਲੋੜ ਹੈ ਕਿ ਕਿਵੇਂ ਇਹਨਾਂ ਨੇ ਆਪਾਂ ਕੁਰਬਾਨ ਕਰਕੇ, ਸਤਿਗੁਰੂ ਜੀ ਦੇ ਬਚਨ ਨੇ, ਪਹਿਲਾ ਮਰਨ ਕਬੂਲ, ਜੀਵਨ ਕੀ ਛੜਿਆਸ, ਹੋ ਸਭਨਾ ਕੀ ਰੇਨਕਾ, ਤੋ ਆਓ ਹਮਾਰੇ ਪਾਸ। ਅੱਜ ਵੀ ਆ ਜਿਹੜੇ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਅਤੇ ਸਰਦਾਰ ਜਗਤਾਰ ਸਿੰਘ ਜੀ ਹਵਾਰਾ, ਇਹ ਚੜ੍ਹਦੀ ਕਲਾ ਦੇ ਵਿੱਚ ਹਨ, ਜਿਹੜੇ ਕਹਿ ਰਹੇ ਨੇ ਕਿ ਸਾਨੂੰ ਜੀਵਨ ਨਹੀਂ, ਸਾਨੂੰ ਮੌਤ ਚਾਹੀਦੀ ਹੈ, ਜਿਹੜੇ ਕਹਿੰਦੇ ਨੇ ਜ਼ਿੰਦਗੀ ਦੇ ਦਰਵਾਜ਼ੇ ਖੋਲ੍ਹ ਦੇਵੋ, ਜ਼ਿੰਦਗੀ ਦੇ ਦਰਵਾਜ਼ੇ ਬੰਦ ਕਰ ਦੇਵੋ ਅਤੇ ਮੌਤ ਦੇ ਦਰਵਾਜ਼ੇ ਖੋਲ੍ਹ ਦੇਵੋ। ਸੋ ਗੁਰੂ ਪਿਆਰੀ ਸਾਧ ਸੰਗਤ, ਇਹਨਾਂ ਤੋਂ ਆਪਾਂ ਨੇ ਸੇਧ ਲੈਣੀ ਹੈ, ਅਤੇ ਆਓ ਸਾਡੇ ਨਕਸ਼ ਕੁੱਲ ਲੈਣ 'ਤੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਮੈਂ ਗੁਰਮੇਜ ਸਿੰਘ ਪੀਟਰਬਰੋ ਤੋਂ ਬੋਲ ਰਿਹਾ ਸੀ। ਹਾਂਜੀ, ਆਪ ਜੀ ਕੌਣ ਤੇ ਕਿੱਥੋਂ ਬੋਲ ਰਹੇ ਹੋ ਜੀ? ਜੀ, ਮੈਂ ਗੁਰਮੇਜ ਸਿੰਘ ਪੀਟਰਬਰੋ ਤੋਂ। ਹਾਂਜੀ, ਤੁਹਾਡੀ ਆਵਾਜ਼ ਥੋੜੀ ਘੱਟ ਆ ਰਹੀ ਹੈ ਜੀ। ਹਾਂਜੀ, ਕੀ ਕਹਿਣਾ ਚਾਹੋਗੇ? ਜੋ ਚੱਲ ਰਹੇ ਹਾਲਾਤ ਦੇ ਮੁਤਾਬਕ ਅਸੀਂ ਗੱਲਬਾਤ ਕਰ ਰਹੇ ਹਾਂ, ਇਹਦੇ ਬਾਰੇ ਦੱਸੋ ਜੀ। ਹਾਂਜੀ ਹਾਂਜੀ, ਇਹਦੇ ਬਾਬਤ ਮੈਂ ਇਹੀ ਕਹਿਣਾ ਚਾਹੁੰਦਾ ਸੀ ਕਿ ਵੀ ਆਪਣੇ ਕੋਲ ਜਿਵੇਂ ਕਾਨੂੰਨੀ ਮਾਹਰ ਬਹੁਤ ਨੇ, ਆਪਣੇ ਸਿੰਘ ਭਰਾ, ਹਨਾ ਜੀ। ਹਾਂਜੀ, ਤੇ ਆਪਾਂ ਨੂੰ ਉਹਨਾਂ ਨੂੰ ਯਾਨੀ ਇੱਕ ਪੈਨਲ ਬਣਾ ਕੇ, ਹਨਾ ਜੀ, ਕਾਨੂੰਨੀ ਤੌਰ ਤੇ ਇਹਨਾਂ ਦੀ ਸੁਰੱਖਿਆ ਲਈ, ਇਹਨਾਂ ਨੂੰ ਛਡਾਉਣ ਲਈ, ਰਿਹਾ ਕਰਨ ਲਈ, ਹਨਾ ਜੀ, ਆਪਾਂ ਨੂੰ ਕਾਨੂੰਨੀ ਪੈਨਲ ਬਣਾਉਣਾ ਚਾਹੀਦਾ, ਹਨਾ ਜੀ। ਤੇ ਸਾਨੂੰ ਯਾਨੀ ਇਹਨਾਂ ਇਹ ਕੌਮ ਦੇ ਅਨਮੋਲ ਹੀਰੇ ਨੇ ਗੇ, ਹਨਾ ਜੀ, ਇਹਨਾਂ ਦੀ ਬਹੁਤ ਜ਼ਰੂਰਤ ਹੈ, ਹਨਾ ਜੀ, ਇਸ ਟਾਈਮ। ਤੇ ਆਪਾਂ ਨੂੰ ਸਭ ਤੋਂ ਪਹਿਲਾਂ ਆਪਣਾ ਕੰਸਟਰੇਟ ਇਸੇ ਤੇ ਹੋਣਾ ਚਾਹੀਦਾ ਵੀ ਆਪਾਂ ਚੰਗੇ ਤੋਂ ਚੰਗੇ ਵਕੀਲ ਜਿਹੜੇ ਆਪਣੇ ਨੇ ਗੇ ਸਿੰਘ ਭਾਈ, ਉਹਨਾਂ ਨੂੰ ਹਾਇਰ ਕਰਕੇ ਕਾਨੂੰਨੀ ਪੈਨਲ ਬਣਾ ਕੇ ਆਪਾਂ ਯਾਨੀ ਇਹਨਾਂ ਨੂੰ ਬਚਾਈਏ, ਹਨਾ ਜੀ। ਇੱਕ ਗੱਲ ਸਾਹਮਣੇ ਆਈ ਆ ਸਾਡੇ ਸਿੱਖ ਜਗਤ ਦੇ ਸਾਹਮਣੇ। ਹਾਂਜੀ ਭਾਈ ਸਾਹਿਬ, ਭਾਈ ਸਾਹਿਬ ਨੇ ਜਿਹੜੀ ਗੱਲ ਕੀਤੀ ਆ, ਸਾਡਾ ਜਿਹੜਾ ਸਧਾਰਨ ਸੰਗਤ ਦਾ ਕੰਮ ਜਿਹੜਾ ਹੈ, ਰੋਹ ਪ੍ਰਗਟ ਕਰਨਾ, ਰੋਹ ਦਿਖਾਤਾ ਅਸੀਂ ਸਾਰਿਆਂ ਨੇ, ਹੁਣ ਇਹ ਜ਼ਿੰਮੇਵਾਰੀ ਉਹਨਾਂ ਸੱਜਣਾਂ ਦੇ ਸਿਰ ਤੇ ਆਉਂਦੀ ਹੈਗੀ ਆ ਜਿਹੜੇ ਕੌਮ ਚ ਵਕੀਲ ਟਾਈਪ ਲੋਕ ਹੈਗੇ ਆ, ਜਿਹੜੇ ਸੁਲਿਸਟਰ ਹੈਗੇ ਆ, ਇਹ ਉਹ, ਕਿਉਂਕਿ ਹਰ ਕੰਮ ਹਰ ਬੰਦਾ ਨਹੀਂ ਕਰ ਸਕਦਾ। ਸੰਗਤਾਂ ਨੇ ਰੋਹ ਦਿਖਾਤਾ, ਇਹ ਹੁਣ ਕੋਲ ਆ ਸੰਗਤਾਂ ਵੱਲੋਂ ਵਕੀਲ ਤਬਕੇ ਨੂੰ, ਆਪਾਂ ਦੇਖਦੇ ਹਾਂ ਅਗਲੇ ਆਉਣ ਵਾਲੇ ਸਮੇਂ ਚ ਉਹ ਵਕੀਲ ਤਬਕਾ ਜਿਹੜਾ ਉਹ ਕਿਵੇਂ ਇਕੱਠਾ ਹੋ ਕੇ ਸਾਹਮਣੇ ਆਉਂਦਾ। ਸੋ ਤੁਹਾਡੀ ਗੱਲ ਨੂੰ ਅਸੀਂ ਵਧਾਉਂਦੇ ਹਾਂ ਵੀਰ ਜੀ, ਤੇ ਤੁਹਾਡੀ ਗੱਲ ਤੋਂ ਅਸੀਂ ਉਹਨਾਂ ਜਿਹੜੇ ਇੱਥੇ ਵੀ ਸਿਆਣੇ ਸਿਆਣੇ ਸੁਲਿਸਟਰ ਹੈਗੇ ਨੇ, ਵਕੀਲ ਹੈਗੇ ਨੇ, ਅਸੀਂ ਉਹਨਾਂ ਨੂੰ ਖੁੱਲਾ ਸੱਦਾ ਦਿੰਦੇ ਹਾਂ ਕਿ ਉਹ ਸਿੱਖ ਚੈਨਲ ਤੇ ਆਣ। ਬਿਲਕੁਲ ਜੀ, ਗੁਰਸਿੱਖ ਦਾ ਕੰਮ ਹੀ ਹੈ ਕਿ ਇੱਕ ਗੁਰਭਾਈ ਦੀ ਮਦਦ ਕੀਤੀ ਜਾਵੇ, ਕਿ ਨਹੀਂ ਜੀ? ਬਿਲਕੁਲ ਬਿਲਕੁਲ। ਹਾਂਜੀ, ਤੇ ਦੂਜਾ ਮੈਂ ਇੱਕ ਹੋਰ ਪੁਆਇੰਟ ਤੁਹਾਡੇ ਅੱਗੇ ਰੱਖਣਾ ਚਾਹੁੰਦਾ ਸੀ ਵੀ ਜਿਵੇਂ ਆਪਣੇ ਜੇਲ੍ਹ ਦੇ ਜਿਹੜੇ ਸੁਪਰਡੈਂਟ ਸੀ ਲਖਵਿੰਦਰ ਸਿੰਘ ਜਾਖੜ, ਹਨਾ, ਆਪਾਂ ਨੂੰ ਉਹਨਾਂ ਦੀ ਤਾਰੀਫ ਵੀ ਜ਼ਰੂਰ ਕਰਨੀ ਚਾਹੀਦੀ। ਹਾਂ ਹਾਂ, ਬਿਲਕੁਲ ਬਿਲਕੁਲ। ਹਾਂਜੀ ਹਾਂਜੀ, ਉਹਨਾਂ ਨੂੰ ਇਗਨੋਰ ਨਹੀਂ ਕਰਨਾ ਚਾਹੀਦਾ, ਉਹਨਾਂ ਦੀ ਬਹੁਤ ਹੱਲਾਸ਼ੇਰੀ ਹੈ, ਹਨਾ ਜੀ, ਬਹੁਤ ਵੱਡਾ ਉਹਨਾਂ ਨੇ ਕੰਮ ਕੀਤਾ, ਹਨਾ ਜੀ। ਹਾਂਜੀ ਹਾਂਜੀ, ਬਸ ਇੰਨਾ ਕੁਛ ਕਹਿਣਾ ਸੀਗਾ ਮੈਂ, ਹਨਾ ਜੀ।
ਵਾਹਿਗੁਰੂ ਜੀ ਕਾ ਖਾਲਸਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰਚਾ ਸਾਹਿਬ ਬਹੁਤ ਵਧੀਆ ਸੁਝਾਅ ਦੇਖੇ ਗਏ ਨੇ ਤੇ ਅੱਜ ਅਸੀਂ ਵੀ ਇਸੇ ਚੈਨਲ ਤੇ ਬੇਨਤੀ ਕਰਦੇ ਹਾਂ ਕਿ ਇੱਥੇ ਯੂਕੇ ਤੇ ਯੂਰਪ ਦੇ ਵਿੱਚ ਵੀ ਜਿਹੜੇ ਲਾਇਰ ਹੈਗੇ ਨੇ ਜਿਹੜੇ ਵਕੀਲ ਹੈਗੇ ਨੇ ਜਿਹੜੇ ਸੋਲਿਸਟਰ ਹੈਗੇ ਨੇ ਜਿਹੜੇ ਇਹ ਸਾਨੂੰ ਸੇਧ ਦੇ ਸਕਦੇ ਨੇ ਕਿਉਂਕਿ ਆਪਾਂ ਸਾਰਿਆਂ ਨੇ ਇਹ ਪੰਥ ਦੀ ਸੇਵਾ ਹੈ ਇਹ ਸਾਰਿਆਂ ਨੇ ਸਿੱਖ ਪੰਥ ਦੀ ਮਿਲ ਕੇ ਸੇਵਾ ਕਰਨੀ ਹੈ ਕੋਈ ਕਿਸੇ ਤਰ੍ਹਾਂ ਸੇਵਾ ਕਰ ਰਿਹਾ ਹੈ ਕੋਈ ਗੁਰਬਾਣੀ ਦੀ ਕਥਾ ਕਰ ਰਿਹਾ ਹੈ ਕੋਈ ਗੁਰੂ ਘਰ ਦੀ ਸੇਵਾ ਕਰ ਰਿਹਾ ਹੈ ਕੋਈ ਕਿਧਰੇ ਸੇਵਾ ਕਰ ਰਿਹਾ ਹੈ ਜਿਵੇਂ ਇਹਨਾਂ ਵੀਰਾਂ ਨੇ ਇਹ ਮਹਾਨ ਸੇਵਾ ਕੀਤੀ ਹੈ ਅਤੇ ਆਪਣਾ ਨਾਮਨਾ ਜਿਹੜਾ ਹੈ ਉਹ ਸਿੱਖ ਪੰਥ ਦੇ ਵਿੱਚ ਖੱਟਿਆ ਹੈ ਇਸੇ ਤਰ੍ਹਾਂ ਅਸੀਂ ਉਹਨਾਂ ਵੀਰਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਇਸ ਵੇਲੇ ਜਿਹੜੇ ਸੁਣ ਰਹੇ ਨੇ ਅਤੇ ਜਾਂ ਜਿਹੜੇ ਸਰੋਤੇ ਸੁਣ ਰਹੇ ਨੇ ਆਪ ਜੀ ਸਾਡੇ ਵਿਚਾਰ ਸੁਣ ਰਹੇ ਹੋ ਅਤੇ ਆਪ ਜੀ ਦੇ ਕੋਈ ਵਾਕਫ ਐਸੇ ਬੰਦੇ ਹਨ ਜਾਣਕਾਰ ਬੰਦੇ ਹਨ ਐਸੇ ਸੋਲਿਸਟਰ ਹਨ ਐਸੇ ਵਕੀਲ ਹਨ ਜਿਹੜੇ ਇਸ ਕੰਮ ਦੇ ਵਿੱਚ ਮਦਦ ਕਰ ਸਕਦੇ ਨੇ ਤੁਸੀਂ ਆਪਣਾ ਪਰਸਨਲ ਇਹ ਫਰਜ਼ ਸਮਝੋ ਕਿ ਇਹ ਪੰਥ ਦੀ ਸੇਵਾ ਹੈ ਇਹ ਗੁਰੂ ਦੀ ਸੇਵਾ ਹੈ ਕਿਉਂਕਿ ਜਦੋਂ ਆਪਾਂ ਇਸ ਟਾਈਮ 'ਤੇ ਸ਼ੋਅ ਕਰ ਰਹੇ ਹਾਂ ਸਾਰੇ ਕੰਮਾਂ ਕਾਰਾਂ ਵਾਲੇ ਹਨ ਅਤੇ ਬਹੁਤੇ ਕੰਮਾਂ ਕਾਰਾਂ 'ਤੇ ਹੁੰਦੇ ਨੇ ਅਤੇ ਜਿਹੜੇ ਵੀਰ ਭੈਣਾਂ ਇਸ ਵੇਲੇ ਸੁਣ ਰਹੇ ਨੇ ਤੁਸੀਂ ਜਾਣਦੇ ਹੋ ਕਿ ਫਲਾਣਾ ਸੋਲਿਸਟਰ ਤੁਹਾਡਾ ਵਾਕਫ ਹੈ ਪਹਿਲੀ ਗੱਲ ਤਾਂ ਹੈ ਕਿ ਉਸ ਨੂੰ ਸਿੱਖ ਚੈਨਲ 'ਤੇ ਨਾਲ ਲੈ ਕੇ ਆਓ ਅਸੀਂ ਉਸ ਨੂੰ ਖੁੱਲ੍ਹਾ ਸੱਦਾ ਦਿੰਦੇ ਹਾਂ ਕਿ ਆ ਕੇ ਆਪਣੇ ਵਿਚਾਰ ਜਿਹੜੇ ਸੰਗਤਾਂ ਨੂੰ ਦੱਸੋ ਵੀ ਸੰਗਤਾਂ ਅੱਗੋਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਕਰ ਸਕਦੀਆਂ ਹਨ ਕਿਉਂਕਿ ਸਾਧ ਸੰਗਤ ਜੋ ਆਪਾਂ ਵਿਦੇਸ਼ਾਂ ਦੇ ਵਿੱਚ ਸਿੱਖ ਬੈਠੇ ਹੋਏ ਹਾਂ ਜਿਹੜਾ ਵਿਦੇਸ਼ਾਂ ਦੇ ਵਿੱਚ ਬੈਠ ਕੇ ਆਪਾਂ ਕੰਮ ਕਰ ਸਕਦੇ ਹਾਂ ਉਹ ਇੰਡੀਆ ਵਾਲੇ ਨਹੀਂ ਕਰ ਸਕਦੇ ਜਿਵੇਂ ਸਿੱਖ ਚੈਨਲ ਨੇ ਹੁਣ ਜਾਗਰਿਤ ਕੀਤਾ ਹੈ ਸੁਚੇਤ ਕੀਤਾ ਹੈ ਤੇ ਸਾਧ ਸੰਗਤ ਆਪਾਂ ਜ਼ਰੂਰ ਹਿੱਸਾ ਪਾਈਏ ਸਾਡੇ ਨੈਕਸਟ ਕਾਲਰ ਲੈਂਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਮਦਰਦ ਸਾਹਿਬ ਤੇ ਗਰਚਾ ਸਾਹਿਬ ਹਾਂਜੀ ਵੀਰ ਜੀ ਆਪ ਜੀ ਕੌਣ ਤੇ ਮੇਰਾ ਨਾਮ ਦਾਸਾ ਮੱਖਣ ਸਿੰਘ ਮੌਜੀ ਆ ਮੈਂ ਨੌਰਥਮਟਨ ਤੋਂ ਬੋਲ ਰਿਹਾ ਹਾਂਜੀ ਵੀਰ ਮੱਖਣ ਸਿੰਘ ਜੀ ਕੀ ਕਹਿਣਾ ਚਾਹੁੰਦੇ ਬੜੇ ਤੁਹਾਡੇ ਦਰਸ਼ਨ ਹੋ ਗਏ ਮਾਰਨਿੰਗ ਮਾਰਨਿੰਗ ਤਾਂ ਬਾਕੀ ਸਮੂਹ ਸਿੱਖ ਜਗਤ ਨੂੰ ਸੁਣਨ ਵਾਲਿਆਂ ਨੂੰ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਜਿਹੜਾ ਤੁਸੀਂ ਜਿਵੇਂ ਕਿ ਸਿੱਖ ਚੈਨਲ ਦਾ ਪਲ ਪਲ ਦੀ ਮਿੰਟ ਮਿੰਟ ਦੀ ਖਬਰ ਸਿੱਖ ਸੰਗਤ ਨੂੰ ਦੱਸਦੇ ਆਏ ਬੜੀ ਚੰਗੀ ਗੱਲ ਹੈ ਅਵੇਅਰਨੈਸ ਲਿਆਉਂਦੇ ਹੋ ਤੁਸੀਂ ਤਾਂ ਤੁਹਾਡਾ ਬਹੁਤ ਇਹਦੇ ਵਿੱਚ ਯੋਗਦਾਨ ਹੈ ਤੇ ਜਿਵੇਂ ਹਵਾਰਾ ਸਾਹਿਬ ਜਾਂ ਉਹਨਾਂ ਦੇ ਸਾਥੀਆਂ ਦੇ ਨਾਂ ਗਰਚਾ ਸਾਹਿਬ ਉਹਨਾਂ ਨੇ ਵੀ ਦੱਸਿਆ ਮੈਂ ਜਦ ਤੱਕ ਸੁਣਦਾ ਪਰ ਉਹਨਾਂ ਕਦੇ ਅਸੀਂ ਉਹਨਾਂ ਸਿੰਘਾਂ ਦੇ ਨਾਂ ਸੁਣੇ ਤੱਕ ਨਹੀਂ ਹੈ ਜਿਹਨਾਂ ਦੇ ਅੱਜ ਸੁਣਨੇ ਨੂੰ ਮਿਲੇ ਹੈ ਪਰ ਇਹਨਾਂ ਬਾਰੇ ਦੋ ਲਾਈਨਾਂ ਲਿਖੀਆਂ ਜਿਹਨਾਂ ਕੌਮਾਂ ਦੀਆਂ ਰਗਾਂ ਦਾ ਖੂਨ ਅਣਖੀ ਉਹ ਕੌਮਾਂ ਸਿਰ ਨੀਵਾਂ ਕਦੇ ਕਰਦੀਆਂ ਨਹੀਂ ਮਿਲਣ ਮੌਤ ਨੂੰ ਲੰਬੇ ਹੱਥ ਕਰਕੇ ਮਰਨੋਂ ਇੱਕ ਪਲ ਵੀ ਉਹ ਡਰਦੀਆਂ ਨਹੀਂ ਜਿੱਥੇ ਸ਼ੇਰਾਂ ਨੇ ਧਾਂਕ ਜਮਾਈ ਹੋਵੇ ਡਾਰਾਂ ਗਿੱਦੜਾਂ ਦੀਆਂ ਉੱਥੇ ਖੜਦੀਆਂ ਨਹੀਂ ਉਹ ਯਾਦਾਂ ਕਦੇ ਇਤਿਹਾਸ ਦੇ ਪੰਨਿਆਂ ਤੇ ਪਾਰਸ ਬੁੱਝ ਦੇ ਲੋਕਾਂ ਦੀਆਂ ਚੜ੍ਹਦੀਆਂ ਨੇ ਜਿਹਨਾਂ ਨੇ ਆਪਾ ਵਾਰਨਾ ਉਹਨਾਂ ਦੀਆਂ ਯਾਦਾਂ ਰਹਿਣਗੀਆਂ ਜਿਹਨਾਂ ਨੇ ਕਿਸੇ ਲਈ ਕੌਮ ਲਈ ਕੋਈ ਕੰਮ ਕਰਨਾ ਬਾਕੀ ਦੁਨੀਆਂ ਤਾਂ ਸਾਰੀ ਆਉਣੀ ਜਾਣੀ ਹੈ ਜਾਣਾ ਸਾਰਿਆਂ ਨੇ ਹੈ ਪਰ ਜਿਹਨਾਂ ਦੇ ਨਾਂ ਰਹਿ ਜਾਣਗੇ ਉਹੀ ਇੱਥੇ ਤਿੰਨੇ ਜਗ ਜਿਉਂਦੇ ਨੇ ਦਾਤਾ ਤੇ ਭਗਤ ਸੂਰਮਾ ਹਾਂਜੀ ਇਸ ਕਰਕੇ ਗਰਚਾ ਸਾਹਿਬ ਭਾਜੀ ਮੁੜ ਕੇ ਨਿਉਂਦਾ ਪਾਵੇ ਖੂਨ ਸ਼ਹੀਦਾਂ ਦਾ ਕਦੇ ਡੁੱਲਿਆ ਨਾ ਬਿਰਥਾ ਜਾਵੇ ਖੂਨ ਸ਼ਹੀਦਾਂ ਦਾ ਹਾਂ ਖੂਨ ਸ਼ਹੀਦਾਂ ਦਾ ਦੇਸ਼ ਕੌਮ ਲਈ ਜਿਹੜਾ ਖੂਨ ਡੋਲ ਚੱਲਿਆ ਜਾਣੋ ਕੁਰਬਾਨੀਆਂ ਦਾ ਖਾਤਾ ਖੋਲ ਚੱਲਿਆ ਸੁੱਤੀ ਕੌਮ ਨੂੰ ਹਲੂਣ ਜਗਾਵੇ ਖੂਨ ਸ਼ਹੀਦਾਂ ਦਾ ਕਦੇ ਡੁੱਲਿਆ ਨਾ ਬਿਰਥਾ ਜਾਵੇ ਸ਼ੇਰਾਂ ਦੇ ਦਿਲਾਰਿਆਂ ਨੂੰ ਰਹਿੰਦੇ ਜਿਹੜੇ ਟੋਲਦੇ ਫਾਂਸੀ ਵਾਲੇ ਤਖ਼ਤ ਤੇ ਕਦੋਂ ਉਹ ਡੋਲਦੇ ਕੰਦੀ ਚੁੰਮ ਚੁੰਮ ਗਲ ਵਿੱਚ ਪਾਵੇ ਖੂਨ ਸ਼ਹੀਦਾਂ ਦਾ ਕਦੇ ਡੁੱਲਿਆ ਨਾ ਬਿਰਥਾ ਜਾਵੇ ਇਹਨਾਂ ਦੇ ਕਾਤਲਾਂ ਨੂੰ ਭਰਮ ਭੁਲੇਖੇ ਨੇ ਗੋਲੀ ਨਾਲ ਰੁਕਦੇ ਤੂਫਾਨ ਕਿਹਨੇ ਵੇਖੇ ਨੇ ਦੱਸੋ ਜ਼ਾਲਮਾਂ ਨੂੰ ਕੌਣ ਸਮਝਾਵੇ ਖੂਨ ਸ਼ਹੀਦਾਂ ਦਾ ਕਦੇ ਡੁੱਲਿਆ ਨਾ ਬਿਰਥਾ ਜਾਵੇ ਤੋਂ ਲਾਸਟ ਪੰਕਤੀਆਂ ਕਹਿ ਰਿਹਾ ਜੱਗ ਤੇ ਸ਼ਹੀਦਾਂ ਦੀਆਂ ਰਹਿੰਦੀਆਂ ਨਿਸ਼ਾਨੀਆਂ ਅਨਪੜਾ ਧੋਤੀਆਂ ਨਾ ਜਾਣ ਕੁਰਬਾਨੀਆਂ ਗੱਲਾਂ ਅਲਸੀ ਵਾਲਾ ਖਰੀਆਂ ਸੁਣਾਵੇ ਖੂਨ ਸ਼ਹੀਦਾਂ ਦਾ ਕਦੇ ਡੁੱਲਿਆ ਨਾ ਬਿਰਥਾ ਜਾਵੇ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਹੈ ਨਮਸਕਾਰ ਹੈ ਅੰਮ੍ਰਿਤ ਵੇਲੇ ਤੋਂ ਲੈ ਕੇ ਸ਼ਾਮ ਟਾਈਮ ਰੋਣ ਨੂੰ ਸਾਡਾ ਕਰਜ਼ਦਾਰ ਹੈ ਜਿੰਨੇ ਜੋਗੇ ਵੀ ਅਸੀਂ ਹੈਗੇ ਹਾਂ ਉਹਨਾਂ ਦੇ ਰਿਣੀ ਹਾਂ ਭਾਈ ਸਾਹਿਬ ਤੁਹਾਡਾ ਆ ਜਿਹੜਾ ਸਵੇਰੇ ਸਵੇਰੇ ਬੀਰ ਰਸ ਤੁਸੀਂ ਲਾਈਨਾਂ ਗਈਆਂ ਬੇਸਿਕਲੀ ਇਸ ਮੋਰਾਲ ਨੂੰ ਤੁਸੀਂ ਅੱਜ ਸਿੱਖ ਸੰਗਤ ਦੇ ਮੋਰਾਲ ਨੂੰ ਬਹੁਤ ਹਾਈ ਕੀਤਾ ਇਸ ਲਈ ਸਿੱਖ ਚੈਨਲ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਅਸੀਂ ਸੀਮਤ ਹੈਗੇ ਥੋੜਾ ਜਿਹਾ ਅਗਲੇ ਕੋਲ ਨਾਲ ਗੱਲ ਕਰਨ ਲਈ ਫਿਰ ਵੀ ਆਉਂਦੇ ਰਹਿਣਾ ਪਲੀਜ਼ ਮੈਨੂੰ ਪਤਾ ਟਾਈਮ ਤੁਹਾਡੇ ਕੋਲ ਉਹਨਾਂ ਕੇ ਹੁੰਦਾ ਧੰਨਵਾਦ ਤੁਹਾਡਾ ਇੰਨਾ ਬਹੁਤ ਆ ਤੁਸੀਂ 2 ਮਿੰਟ ਸਮਾਂ ਦਿੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਦਾ ਧੰਨਵਾਦ ਜੀ ਕੋਲਰ ਸਾਡੇ ਲਾਈਨ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਭਾਈ ਸਾਹਿਬ ਗੱਲ ਇਹ ਕਰਨੀ ਚਾਹੁੰਦਾ
ਆਪ ਜੀ ਵੀਰ ਜੀ ਕੌਣ ਤੇ ਕਿੱਥੋਂ ਬੋਲ ਰਹੇ ਹੋ ਪਲੀਜ਼? ਫਿਰ ਮੇਰਾ ਨਾਮ ਕੁਲਜੀਤ ਸਿੰਘ ਹੈ ਜੀ, ਮੈਂ ਗੈਟਵ੿ਕ ਏਅਰਪੋਰਟ ਤੋਂ ਬੋਲ ਰਿਹਾ ਭਾਜੀ। ਹਾਂਜੀ ਵੀਰ ਜੀ ਕੀ ਕਹਿਣਾ ਚਾਹੋਗੇ ਜੀ? ਜਦੋਂ ਹੈ ਨਾ ਜੀ ਸਿੱਖ ਚੈਨਲ ਨੇ ਦੋ ਅਵੇਅਰਨੈਸ ਬਹੁਤ ਵੱਡੀਆਂ ਲਿਆਂਦੇ ਸੀ, ਇੱਕ ਜਦੋਂ ਡਬਈ ਦੇ ਵਿੱਚ ਆਪਣੇ ਮੁੰਡੇ 21 ਮੁੰਡੇ ਕਿੰਨੇ ਮੁੰਡੇ ਸੀਗੇ ਤੇ ਆਪਣੀਆਂ ਸੰਗਤਾਂ ਨੇ ਕਿੰਨਾ ਪੈਸਾ ਇਕੱਠਾ ਕਰਕੇ ਉਹਨਾਂ ਨੂੰ ਬਚਾਇਆ ਸੀ, 17 ਮੁੰਡੇ ਸੀਗੇ ਜੀ। ਬਾਕੀ ਫਿਰ ਇੱਥੇ ਜਦੋਂ ਹੋਮਲੈਸ ਨਿਆਣੇ ਸੀਗੇ ਫਿਰ ਸਿੱਖ ਚੈਨਲ ਨੇ ਅਵੇਅਰਨੈਸ ਲਿਆਂਦੀ ਤੇ ਪੈਸੇ ਇਕੱਠੇ ਕੀਤੇ ਸੰਗਤ ਕੋਲੋਂ। ਹਨਾ ਭਾਜੀ ਇਹ ਸਿੱਖ ਚੈਨਲ ਦਾ ਫਰਜ਼ ਆ, ਇਹ ਸਿੱਖ ਚੈਨਲ ਦਾ ਕੰਮ ਆ ਜੀ। ਅੱਗੇ ਗੱਲ ਕਰੋ, ਤੁਸੀਂ ਕੀ ਕਹਿਣਾ ਚਾਹੁੰਦੇ ਪਲੀਜ਼? ਮੈਂ ਇਹ ਕਹਿਣਾ ਚਾਹੁੰਦਾ ਭਾਜੀ, ਹੁਣ ਆਪਣੇ ਇਸ ਚੈਨਲ ਤੇ ਹੁਣੇ ਗੱਲ ਹੋ ਕੇ ਹਟੀ ਆ ਇਹ ਕਿ ਜਦੋਂ ਉਹ ਆਪਾਂ ਨੂੰ ਵਕੀਲਾਂ ਨੇ ਆਪਾਂ ਨੂੰ ਕੰਟੈਕਟ ਨਹੀਂ ਕਰਨਾ ਭਾਈ ਸਾਹਿਬ, ਵਕੀਲਾਂ ਨੂੰ ਆਪਣੇ ਕੋਲ ਆਪ ਜਾ ਕੇ ਸਾਨੂੰ ਕੰਟੈਕਟ ਨਹੀਂ। ਭਾਈ ਸਾਹਿਬ ਜ਼ਰੂਰੀ ਨਹੀਂ ਹੈਗੀ ਮਾਫ ਕਰਨਾ, ਇਹ ਤਾਂ ਆਪਣੀ ਆਪਣੀ ਸੋਚ ਹੈਗੀ ਆ। ਜਿਹੜੇ ਵਕੀਲਾਂ ਦੇ ਅੰਦਰ ਦਿਲ ਧੜਕਦਾ ਸਿੱਖ ਕੌਮ ਦੇ ਬਾਰੇ ਚ, ਉਹ ਕੰਟੈਕਟ ਕਰਨਗੇ। ਆਪਾਂ ਕਿਸੇ ਸੱਜਣ ਨੂੰ ਅੰਡਰਐਸਟੀਮੇਟ ਨਹੀਂ ਕਰ ਸਕਦੇ। ਕੈਰੀਅਰ ਰਿਕਵੈਸਟ ਕਰਨੀ ਪੈਣੀ ਹੈ ਜਾ ਕੇ ਜੀ। ਵੀਰ ਜੀ ਦੇਖੋ, ਜਿਹੜੇ ਆਪਣੇ ਗੁਰਸਿੱਖ ਵਕੀਲ ਹੈਗੇ ਨੇ ਉਹਨਾਂ ਦਾ ਆਪਣੇ ਤੌਰ ਤੇ ਵੀ ਫਰਜ਼ ਬਣਦਾ ਹੈ ਤੇ ਉਹਨਾਂ ਦੇ ਅੰਦਰ ਵੀ ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸਿੱਖੀ ਹੋਣੀ ਚਾਹੀਦੀ ਹੈ। ਮੈਂ ਤੁਹਾਡੇ ਨਾਲ, ਪਰ ਆਪਾਂ ਜਿੱਦਾਂ ਹੁਣ ਕੋਈ ਵੀ ਤੇ ਸੋ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਂ ਰੱਖਿਆ ਕਾਲ ਤੁਹਾਡੀ ਡ੍ਰੌਪ ਹੋ ਗਈ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਵੀਰ ਜੀ ਉਹਨਾਂ ਨੇ ਬਹੁਤ ਵਧੀਆ ਸੁਝਾਅ ਦਿੱਤਾ ਤੇ ਅਸੀਂ ਬੇਨਤੀ ਕਰਦੇ ਹਾਂ ਕਿ ਜਿਹੜੇ ਆਪਣੇ ਵੀਰ ਨੇ ਉਹ ਵੀ ਸਹਿਯੋਗ ਦੇਣ ਸਾਡੇ ਨੈਕਸਟ ਕਾਲਰ ਲਾਈਨ ਤੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਵੀਰ ਜੀ, ਆਪ ਜੀ ਕੌਣ ਤੇ ਕਿੱਥੋਂ ਬੋਲ ਰਹੇ ਹੋ? ਸਿੰਧੂ ਸਾਹਿਬ, ਮੈਂ ਭਾਈ ਨਾਰਵੇ ਤੋਂ ਬੋਲਦਾ ਜੀ, ਭਾਈ ਬਲਦੇਵ ਸਿੰਘ ਜੀ। ਹਾਂਜੀ ਵੀਰ ਜੀ, ਤੁਹਾਡਾ ਸਵਾਗਤ ਹੈ ਸਿੱਖ ਚੈਨਲ ਤੇ। ਕੀ ਕਹਿਣਾ ਚਾਹੋਗੇ ਚੱਲ ਰਹੇ ਸ਼ੋਅ ਦੇ ਦੌਰਾਨ? ਮੈਂ ਭਾਜੀ ਇਹ ਭਾਜੀ ਹੁਣਾਂ ਬਾਰੇ ਕਹਿਣਾ ਚਾਹੁੰਦਾ ਸੀ, ਰਾਜਵਾਲੀਆਂ ਬਾਰੇ ਤੇ ਹਲਵਾਰਾ ਸਿੰਘ ਬਾਰੇ। ਇਹਨਾਂ ਨੂੰ ਬਾਈ ਇੱਜ਼ਤ ਸਾਰਿਆਂ ਭਰਾਵਾਂ ਨੂੰ ਛੱਡਿਆ ਜਾਵੇ ਤੇ ਸਾਰਿਆਂ ਭਰਾਵਾਂ ਦੀ ਰਿਹਾਈ ਕੀਤੀ ਜਾਵੇ ਜੀ। ਇਹ ਲੰਬੀ ਜੀਣ ਜੀਣ। ਹਾਂਜੀ, ਉਹ ਹੋਰ ਮਿਹਰਬਾਨੀ ਕਰਕੇ ਇਸ ਤਰ੍ਹਾਂ ਦੇ ਹੋਰ ਸਹਾਇਤਾ ਕਰਨ ਕੌਮ ਦੀ। ਹਾਂਜੀ ਜੀ, ਇਸ ਤੋਂ ਜ਼ਿਆਦਾ ਤਾਂ ਹੋਰ ਕੁਛ ਨਹੀਂ ਕਰਨਾ। ਸੋ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਹਰ ਇੱਕ ਗੁਰਸਿੱਖ ਅੱਜ ਇਹ ਚਾਹੁੰਦਾ ਹੈ ਕਿ ਇਹ ਜਿਹੜੇ ਸਾਡੇ ਵੀਰ ਜਿਹੜੇ ਯੋਧੇ ਸੂਰਬੀਰ ਜੇਲ੍ਹ ਦੇ ਵਿੱਚ ਨਜ਼ਰਬੰਦ ਹਨ ਅਤੇ ਕਈਆਂ ਨੂੰ ਜਦੋਂ ਫਾਂਸੀ ਦੀ ਸਜ਼ਾ ਵੀ ਹੋਈ ਹੈ ਕਿ ਇਹਨਾਂ ਦੀ ਰਿਹਾਈ ਹੋਵੇ, ਇਹ ਜੇਲ੍ਹ ਤੋਂ ਬਾਹਰ ਆਉਣ ਅਤੇ ਸਿੱਖ ਕੌਮ ਦੀ, ਸਿੱਖ ਪੰਥ ਦੀ ਇਹ ਸੁਚੱਜੇ ਢੰਗ ਦੇ ਨਾਲ ਹੋਰ ਲੰਬੇ ਸਮੇਂ ਦੇ ਲਈ ਸੇਵਾ ਕਰ ਸਕਣ। ਸੋ ਗੁਰੂ ਪਿਆਰਿਓ, ਐਸੀ ਸੋਚ ਵਾਲੇ ਜਿਹੜੇ ਗੁਰਸਿੱਖ ਹਨ, ਜਿਹੜੇ ਮਹਾਨ ਯੋਧੇ ਸੂਰਬੀਰ ਹਨ, ਜਿਨ੍ਹਾਂ ਦੇ ਅੰਦਰ ਸਿੱਖੀ ਦਾ ਦਰਦ ਹੈ, ਸਿੱਖੀ ਨੂੰ ਹਮੇਸ਼ਾ ਉਹਨਾਂ ਦੀ ਸਦਾ ਹੀ ਲੋੜ ਹੈ ਤਾਂ ਜੋ ਕਿ ਸਿੱਖ ਪੰਥ ਦੀ ਚੜ੍ਹਦੀ ਕਲਾ ਹੋ ਸਕੇ। ਸਤਸੰਗਤ, ਜਿਵੇਂ ਆਪਾਂ ਇਤਿਹਾਸ ਤੋਂ ਜਾਣੂ ਹਾਂ ਅਤੇ ਅਰਦਾਸ ਦੇ ਵਿੱਚ ਅਸੀਂ ਰੋਜ਼ ਉਹਨਾਂ ਸਿੰਘਾਂ ਸਿੰਘਣੀਆਂ ਦਾ ਵੀ ਜ਼ਿਕਰ ਕਰਦੇ ਹਾਂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇ ਸੀ ਦਿੱਤੇ, ਆਪਾਂ ਇਸ 'ਤੇ ਵਿਚਾਰ ਜਾਰੀ ਰੱਖਾਂਗੇ। ਸਾਡੇ ਨੈਕਸਟ ਕਾਲਰ ਲਾਈਨ 'ਤੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਵੀਰ ਜੀ, ਆਪ ਜੀ ਕੌਣ ਤੇ ਕਿੱਥੋਂ ਬੋਲ ਰਹੇ ਹੋ? ਹਾਂਜੀ, ਦਾਸ ਰਘਵੀਰ ਸਿੰਘ ਬਾਲਸਰ ਤੋਂ ਇੰਟਰਨੈਸ਼ਨਲ ਪੰਥ ਦੇ ਦਲ ਵੱਲੋਂ ਬੋਲ ਰਿਹਾ ਜੀ। ਹਾਂਜੀ ਵੀਰ ਰਘਵੀਰ ਸਿੰਘ ਜੀ, ਕੀ ਕਹਿਣਾ ਚਾਹੋਗੇ ਚੱਲ ਰਹੀ ਵਿਚਾਰ ਚਰਚਾ ਵਿੱਚ? ਹਾਂਜੀ, ਜਿਵੇਂ ਗੱਲਬਾਤ ਇਹ ਚੱਲ ਰਹੀ ਹੈ, ਬਾਕੀ ਗੱਲਾਂ ਤਕਰੀਬਨ ਤੁਸੀਂ ਕਰ ਲਈਆਂ, ਵੀ ਕੌਮ ਦੇ ਹੀਰੇ ਆ, ਸੂਰਮੇ ਆ। ਹਾਂਜੀ, ਇਹ ਆਪਾਂ ਸਾਰੇ ਹਰ ਰੋਜ਼ ਨਿਊਜ਼ ਦੇ ਵਿੱਚ ਦੇਖਦੇ ਵੀ ਆ। ਹਾਂਜੀ, ਤੇ ਇਹਨਾਂ ਲਈ ਜਿਹੜਾ ਆਉਣ ਵਾਲਾ ਜਿੱਦਾਂ ਅਗਲਾ ਪੜਾਅ ਕੀ ਕਰਨਾ ਆ? ਹਾਂਜੀ, ਜਿਵੇਂ ਤੁਸੀਂ ਆਲਰੇਡੀ ਮੈਂਸ਼ਨ ਕੀਤਾ ਕਿ ਵਕੀਲਾਂ ਨੂੰ ਅੱਗੇ ਆਉਣਾ ਚਾਹੀਦਾ ਆ। ਹਾਂਜੀ, ਸਾਡੀ ਜਥੇਬੰਦੀ ਨੇ ਆਲਰੇਡੀ ਇੱਕ ਵਿੰਗ ਜਿਹੜਾ ਵਕੀਲਾਂ ਦਾ ਬਣਾਇਆ ਹੋਇਆ, ਜਿਹੜਾ ਸਾਡੇ ਨਾਲ ਕੰਮ ਕਰਦਾ, ਨੌਜਵਾਨ ਇੱਥੇ ਦੇ ਪੜ੍ਹੇ ਲਿਖੇ। ਸ਼ਾਬਾਸ਼। ਤੇ ਉਹਦੇ ਰਾਹੀਂ ਅਸੀਂ ਆਲਰੇਡੀ ਇਹਨਾਂ ਨੂੰ ਜਿੱਦਾਂ ਤਕਰੀਬਨ ਜਿਵੇਂ ਭਾਈ ਬਲਵੀਰ ਸਿੰਘ ਬੈਂਸ ਹੋਣੀ, ਉਹਨਾਂ ਨਾਲ ਵੀ ਸਾਡਾ ਪੂਰਾ ਸੰਪਰਕ ਆ ਹਰ ਵੇਲੇ ਜੀ। ਉਹਨਾਂ ਨਾਲ ਵੀ ਗੱਲਬਾਤ ਰੱਖਦੇ ਆ, ਉਹਨਾਂ ਨਾਲ ਵੀ ਨੌਜਵਾਨ ਹੋ ਸੇਵਾ ਕਰਦੇ ਆ ਜੀ। ਉਹ ਦੱਸਣਾ ਚਾਹੁੰਦੇ ਵੀ ਸੀਗੇ, ਲੇਕਿਨ ਇਹ ਜਿੱਥੇ ਆਪਣਾ ਆਪਣਾ ਜਿੱਦਾਂ ਖੇਤਰ ਆ ਹਰ ਬੰਦੇ ਦਾ। ਹਾਂਜੀ, ਤੇ ਕਈ ਵਾਰੀ ਆਪਾਂ ਨੂੰ ਪਤਾ ਨੀ ਹੁੰਦਾ ਵੀ ਕੌਣ ਕੰਮ ਕਰ ਰਿਹਾ, ਲੇਕਿਨ ਬਹੁਤ ਜਥੇਬੰਦੀਆਂ ਜਿਹੜੀਆਂ ਪੰਜਾਬ ਦੇ ਵਿੱਚ ਵੀ ਹੈਗੀ, ਇੱਕ ਵਕੀਲਾਂ ਦੀ ਸਿੱਖ ਲਾਇਰ ਦਾ ਨਾਂ ਆ, ਉਹ ਵੀ ਇਹਦੇ ਲਈ ਕਾਫੀ ਕੰਮ ਕਰ ਰਹੀ ਆ। ਉਹਨਾਂ ਨਾਲ ਵੀ ਸਾਡਾ ਪੂਰਾ ਸੰਪਰਕ ਆ, ਤੇ ਉਹ ਜਿਹੜੇ ਇਹੋ ਜਿਹੇ ਕੇਸ ਹੁੰਦੇ ਆ, ਤੇ ਕਈ ਵਾਰੀ ਜਿੱਦਾਂ ਭਾਈ ਰਾਜੋਣੇ ਦੀ ਆਪਾਂ ਗੱਲ ਕਰਦੇ, ਕਿਉਂਕਿ ਉਹਨਾਂ ਨੇ ਡਿਨਾਈ ਕਰਤਾ ਸੀ, ਅੱਜ ਤੱਕ ਵਕੀਲ ਲਿਆ ਹੀ ਨਹੀਂ ਸੀਗਾ ਭਾਈ। ਪਰ ਜਿੱਦਾਂ ਆਪਾਂ ਕਹਿੰਦੇ ਜੀ, ਇਹਨਾਂ ਦਾ ਸੁਣਿਆ ਨੀ, ਇਹਨਾਂ ਦਾ ਨਾਂ ਬਹੁਤ ਆਉਂਦਾ ਰਿਹਾ, ਇਹਨਾਂ ਦਾ ਹਾਈ ਟਾਈਟ ਵੀ ਰਿਹਾ, ਅਖਬਾਰਾਂ 'ਚ ਵੀ ਆਉਂਦਾ ਰਿਹਾ। ਇੱਦਾਂ ਵੀ ਆਪਾਂ ਨੂੰ 17 ਸਾਲ ਦਾ ਸਮਾਂ ਪੀਤ ਜਾਣ ਕਰਕੇ ਆਪਾਂ ਨੂੰ ਯਾਦ ਨੀ ਪੈਂਦਾ। ਹਾਂਜੀ ਹਾਂਜੀ,
ਤੇ ਪਰ ਫਿਰ ਵੀ ਜਿੱਦਾਂ ਬਲਵੀਰ ਸਿੰਘ ਬੈਂਸ ਹੋਣੀ ਦੱਸ ਕੇ ਗਏ ਆ, ਅਸੀਂ ਇਹੀ ਕਵਾਂਗੇ ਵੀ ਜਿਹੜੇ ਹੋਰ ਵੀ ਸਾਡੇ ਵੀਰ ਆ ਜਿਹੜੇ ਮਤਲਬ ਇਸ ਖੇਤਰ ਦੇ ਵਿੱਚ ਮੁਹਾਰਤ ਰੱਖਦੇ ਆ, ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਆ, ਕਿਉਂਕਿ ਜਸਟਿਸ ਫੋਰ ਸਿੱਖਸ ਜਿਹੜੀ ਕਰਨੈਲ ਸਿੰਘ ਪੀਰ ਮੁਹੰਮਦ ਉਹਨਾਂ ਨੇ ਅਮਰੀਕਾ ਤੇ ਇੱਥੇ ਇੰਗਲੈਂਡ ਦੇ ਵਿੱਚ ਵੀ ਤੇ ਹਾਦਸਾ ਉਹਨਾਂ ਨੇ ਮਤਲਬ ਉਹ ਜਥੇਬੰਦੀ ਦੇ ਨਾਲ ਰਲ ਕੇ ਵੀ ਤਕਰੀਬਨ ਜਥੇਬੰਦੀਆਂ ਬੇਸ਼ੱਕ ਆਪਣਾ ਆਪਣਾ ਕੰਮ ਜਾਂ ਉਹਨਾਂ ਦੀ ਆਪਣੀ ਆਪਣੀ ਜਿੱਦਾਂ ਦੀ ਨੀਤੀ ਹੁੰਦੀ ਉਹ ਕਰਦੀਆਂ, ਲੇਕਿਨ ਜਿੱਥੇ ਸਾਂਝੇ ਤੌਰ ਤੇ ਸਾਨੂੰ ਕੰਮ ਕਰਨਾ ਪੈਂਦਾ ਉਹਦੇ ਲਈ ਸਾਨੂੰ ਜੋ ਭਾਈ ਰਾਜੋਆਣਾ ਸਾਹਿਬ ਨੇ ਸਾਨੂੰ ਰਾਜ ਇੱਕ ਹੁੰਦੀ ਆ ਸਿਆਸਤ, ਇੱਕ ਹੁੰਦੀ ਆ ਰਾਜਨੀਤੀ, ਜੋ ਉਹਨਾਂ ਨੇ ਰਾਜਨੀਤੀ ਸਾਨੂੰ ਦਿੱਤੀ ਆ, ਮਤਲਬ ਜੋ ਨੀਤੀ ਦਿੱਤੀ ਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਆਪਾਂ ਸੁਪਰੀਮ ਮੰਨ ਕੇ ਉਹਦੇ ਤੇ ਚੱਲ ਕੇ ਤੇ ਅਗਲਾ ਜਿਹੜਾ ਪੜਾਅ ਆ ਇਹ ਨੀ ਵੀ ਹਰ ਗੱਲ ਜਾਂ ਨਾਰਿਆਂ ਨੇ ਹੋਣੀ ਆ ਜਾਂ ਹਰ ਗੱਲ ਗਰਮ ਨੇ ਹੋਣੀ, ਸਾਨੂੰ ਨਰਮ ਗਰਮ ਤੇ ਸਾਰੇ ਹੀ ਤਰ੍ਹਾਂ ਦੇ ਜਿਹੜੇ ਵਿਅਕਤੀ ਆ ਉਹਨਾਂ ਨੂੰ ਨਾਲ ਲੈ ਕੇ ਚੱਲਣਾ ਪੈਣਾ। ਰਘਵੀਰ ਸਿੰਘ ਜੀ, ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਚਾਹਾਂਗਾ, ਜਿਹੜੀ ਗੱਲ ਤੁਸੀਂ ਕਹੀ ਆ ਨਾ ਕਿ ਕੁਝ ਜਥੇਬੰਦੀਆਂ ਆਲਰੇਡੀ ਕਰ ਰਹੀਆਂ, ਬਹੁਤ ਚੰਗੀ ਗੱਲ ਹੈਗੀ, ਇਹ ਹੌਸਲੇ ਵਾਲੀ ਗੱਲ ਹੈ, ਕੌਮ ਲਈ ਚੜ੍ਹਦੀ ਕਲਾ ਵਾਲੀ ਗੱਲ ਹੈਗੀ ਆ। ਅਗਰ ਇਹੋ ਜਿਹੀਆਂ ਗੱਲਾਂ ਜੋ ਕੌਮ ਦੀ ਚੜ੍ਹਦੀ ਕਲਾ ਲਈ ਹੋ ਰਹੀਆਂ ਮੀਡੀਆ ਦੇ ਥਰੂ ਬਾਹਰ ਆਉਣ, ਤੇ ਮੈਂ ਸਮਝਦਾ ਵੀ ਕੌਮ ਦਾ ਮੋਰਾਲ ਹਾਈ ਹੋ ਸਕਦਾ, ਅੱਜ ਲੋੜ ਆ ਸਾਨੂੰ ਇਸ ਆਕਸੀਜਨ ਦੀ, ਕੀ ਖਿਆਲ ਆ ਤੁਹਾਡੇ ਬਾਰੇ ਚ? ਇਹ ਆਲਰੇਡੀ ਭਾਈ ਗਰਚਾ ਜੀ ਇਹ ਆਲਰੇਡੀ ਮੀਡੀਆ ਤੇ ਆਉਂਦੀ ਆ, ਅੱਗੇ ਤੇ ਪ੍ਰੋਗਰਾਮ ਵੀ ਦੇ ਚੁੱਕੇ ਆ, ਤੇ ਮਤਲਬ ਇਹਦੇ ਲਈ ਏਦਾਂ ਨੀਗਾ ਵੀ ਆਉਂਦਾ ਨੀਗਾ, ਜਿੱਦਾਂ ਕਈ ਹੋ ਸਕਦਾ ਆਪਣੇ ਜਿੱਦਾਂ ਨਿਗਾਹ ਜੇ ਵਿੱਚ ਜਾਂ ਆਪਣੀ ਨਜ਼ਰ ਚ ਨਾ ਆਇਆ ਹੋਵੇ ਜੀ, ਪਰ ਇਹ ਨੀਗਾ ਵੀ ਜਿੱਦਾਂ ਕੰਮ ਕੌਮ ਕਰਦੀ ਨੀ, ਬਹੁਤ ਜਿੱਦਾਂ ਹਰ ਖੇਤਰ ਦੇ ਵਿੱਚ ਕੌਮ ਕੰਮ ਕਰਦੀ ਆ, ਜਿਵੇਂ ਹੁਣ ਇਹਦਾ ਮਤਲਬ ਜਾਗਦਾ ਸਬੂਤ 28 ਤਰੀਕ ਨੂੰ ਅਕਾਲ ਤਖ਼ਤ ਸਾਹਿਬ ਦੀ ਜਿਹੜੀ ਕਾਲ ਸੀ ਉਹਦੇ ਉੱਪਰ ਪੂਰੀ ਕੌਮ ਨੇ ਦਿੱਤਾ ਆ ਜੀ ਬਿਲਕੁਲ, ਸਾਨੂੰ ਇਹ ਨੀ ਵੀ ਮੁੜ ਕੇ ਮਤਲਬ ਰਜਾਈ ਲੈ ਕੇ ਸੌ ਜਾਣਾ ਚਾਹੀਦਾ, ਵੀ ਹੁਣ ਤੇ ਜਿੱਦਾਂ ਕੈਰੀ ਆਨ ਹਰ ਵੇਲੇ ਬਾਜ ਨਜ਼ਰ ਰੱਖਣੀ ਚਾਹੀਦੀ ਆ ਵੀ ਸਰਕਾਰ ਕੀ ਕਰਦੀ ਆ ਤੇ ਸਾਨੂੰ ਕੀ ਕਰਨਾ ਚਾਹੀਦਾ। ਮੇਰਾ ਨਾਮ ਦਿਲਰਾਜ ਕੌਰ ਥਾਲੀਵਾਲ ਹੈ ਤੇ ਮੈਂ ਸ਼ੇਰਸਪੁਰੀ ਤੋਂ ਬੋਲ ਰਹੀ ਹਾਂ ਜੀ। ਕੀ ਕਹਿਣਾ ਚਾਹੋਗੇ ਜੀ ਆਪ ਜੀ ਚੱਲ ਰਹੇ ਇਸ ਸਬਜੈਕਟ ਤੇ, ਵਿਸ਼ੇ ਤੇ? ਮੇਰੇ ਹਜੇ ਮੈਨੂੰ 2 ਸਾਲ ਹੋਏ ਆ ਇਸ ਕੰਟਰੀ ਚ ਆਏ ਨੂੰ, ਤੇ ਮੈਂ ਇੱਕ ਸਿੱਖ ਕਮਿਊਨਿਟੀ ਨੂੰ ਬਿਲੋਂਗ ਕਰਦੀ ਸੀ ਵੈਨ ਆਈ ਵਾਜ਼ ਇਨ ਇੰਡੀਆ, ਐਂਡ ਉੱਥੇ ਐਜੂਕੇਟ ਹੋਈ ਮੈਂ, ਉੱਥੇ ਮੈਂ ਪੈਦਾ ਹੋਈ, ਉੱਥੇ ਮੇਰਾ ਬਚਪਨ ਬੀਤਿਆ, ਉੱਥੇ ਸਭ ਕੁਛ ਹੋਇਆ। ਤੁਸੀਂ ਸਿੱਖ ਕਮਿਊਨਿਟੀ ਨੂੰ ਬਿਲੋਂਗ ਕਰਦੇ ਹੋ ਕਿ ਕਰਦੇ ਸੀ? ਤੁਸੀਂ ਸੀ ਕਿਹਾ ਨਾ? ਮੈਂ ਉੱਥੇ ਵੀ ਕਰਦੀ ਸੀ, ਮੈਂ ਇੱਥੇ ਵੀ ਕਰਦੀ ਹਾਂ, ਬਟ ਜੋ ਮੈਂ ਆਪਣੇ ਆਪ ਨੂੰ ਐਜ਼ ਅ ਸਿੱਖ ਇੱਥੇ ਰੈਕੋਗਨਾਈਜ਼ ਕੀਤਾ ਉਹ ਮੈਂ ਉੱਥੇ ਨਹੀਂ ਸੀ ਕੀਤਾ, ਬਿਕੋਜ਼ ਜੋ ਸਾਨੂੰ ਉੱਥੇ ਹਿਸਟਰੀ 'ਚ ਪੜ੍ਹਾਇਆ ਜਾਂਦਾ ਉਸ ਹਿਸਟਰੀ ਦੇ ਵਿੱਚ ਕਿਤੇ ਵੀ ਸਾਨੂੰ 1984 ਬਾਰੇ ਕੁਛ ਵੀ ਨਹੀਂ ਦੱਸਿਆ ਜਾਂਦਾ। ਅੱਜ ਵੀ ਜਦੋਂ ਅਸੀਂ ਉੱਥੋਂ ਆਪਣੇ ਬਾਰੇ ਗੱਲ ਕਰਦੇ ਹਾਂ ਉਹ ਜਿਹੜਾ ਪਾਰਟ ਆ ਇੰਡੀਅਨ ਗਵਰਨਮੈਂਟ ਨੇ ਉਹ ਕੱਟ ਦਿੱਤਾ ਆ ਸਿੱਖ ਹਿਸਟਰੀ ਦਾ, ਜੋ ਸਾਡੇ ਨਾਲ ਹੋਇਆ ਆ, ਜੋ ਅਸੀਂ ਇੱਥੇ ਆ ਕੇ ਲਰਨ ਕਰਦੇ ਹਾਂ ਬਿਕੋਜ਼ ਆਫ ਦਿਸ ਚੈਨਲ ਵੀ ਕੇਮ ਟੂ ਨੋ ਸੋ ਮੈਨੀ ਥਿੰਗਸ। ਐਂਡ ਸਰ ਦੋ ਦਿਨ ਇੱਕ ਮੰਥ ਪਹਿਲਾਂ ਸਾਨੂੰ ਕੁਛ ਵੀ ਨਹੀਂ ਸੀ ਪਤਾ ਕਿ ਕੌਣ ਨੇ ਭਾਈ ਬਲਵੰਤ ਸਿੰਘ ਜੀ, ਕੀ ਉਹਨਾਂ ਦੇ ਨਾਲ ਹੋਇਆ, ਕਿ ਉਹਨਾਂ ਨੂੰ, ਤੇ ਇਹ ਮੈਂ ਇਸ ਚੈਨਲ ਦੇ ਥਰੂ ਯੂ ਆਰ ਡੂਇੰਗ ਅ ਵੰਡਰਫੁਲ ਜੋਬ ਕਿ ਸਾਨੂੰ ਇੰਨੀ ਕੁ ਜ਼ਿਆਦਾ ਅਵੇਅਰਨੈਸ ਆਈ ਆ ਕਿ ਵੀ ਆਰ ਪ੍ਰਾਊਡ ਟੂ ਬੀ ਅ ਸਿੱਖ ਨਾਓ। ਤੁਹਾਡਾ ਕਹਿਣ ਤੋਂ ਭਾਵ ਹੈ ਕਿ ਇੰਡੀਆ ਦੇ ਵਿੱਚ ਜਿਹੜੀ ਸੈਂਟਰਲ ਗੌਰਮੈਂਟ ਹੈ ਜਾਂ ਪੰਜਾਬ ਗੌਰਮੈਂਟ ਹੈ ਉਹ ਸਿੱਖਾਂ ਦੇ ਨਾਲ ਕੀ ਹੋਇਆ, ਸਿੱਖਾਂ ਦੇ ਕਿਵੇਂ ਤਸ਼ੱਦਦ ਹੋਇਆ, ਉਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ, ਨਾ ਸਕੂਲਾਂ ਨੂੰ ਕੁਛ ਵੀ ਨਹੀਂ, ਕੁਛ ਵੀ ਨਹੀਂ ਪਤਾ ਸਾਨੂੰ ਪਰਸਨਲੀ, ਅਸੀਂ ਕੁਛ ਵੀ ਨਹੀਂ ਜਾਣਦੇ ਹਿਸਟਰੀ ਦੇ ਵਿੱਚ 84 ਦੇ ਬਾਰੇ, ਉਹ ਸਾਰਾ ਕੁਛ ਕੱਟ ਆਫ ਕਰ ਦਿੱਤਾ ਗਿਆ, ਜੋ ਵੀ ਸਾਨੂੰ ਪਤਾ ਲੱਗਦਾ ਉਹ ਸਾਡੀਆਂ ਫੈਮਿਲੀਜ਼ ਤੋਂ, ਸਾਡੇ ਪੇਰੈਂਟਸ ਤੋਂ ਪਤਾ ਲੱਗਦਾ, ਜੋ ਉਹਨਾਂ ਨੇ ਦੇਖਿਆ, ਜੋ ਉਹਨਾਂ ਨੇ ਆਪਣੇ ਆਪ ਉੱਤੇ ਹੰਡਾਇਆ। ਤੁਹਾਡਾ ਕਹਿਣ ਤੋਂ ਭਾਵ ਤੁਸੀਂ ਕੋਈ ਰਿਟਨ ਐਵੀਡੈਂਸ ਨਹੀਂ ਤੁਹਾਨੂੰ ਮਿਲਦਾ, ਇਹ ਜ਼ਬਾਨੀ ਗੱਲਾਂ ਜਿਹੜੀਆਂ ਤੁਸੀਂ ਸੁਣੀਆਂ ਹੈਗੀਆਂ ਤੁਹਾਡੇ ਜ਼ਿਹਨ ਤੇ ਉਹਨਾਂ ਗੱਲਾਂ ਦਾ ਅਸਰ ਹੈਗਾ? ਹਾਂਜੀ, ਜੋ ਸਾਡੇ ਮਾਤਾ ਪਿਤਾ ਨੇ ਉਸ ਟਾਈਮ ਤੇ ਦੇਖਿਆ, ਜੋ ਉਹਨਾਂ ਦੇ ਦਰਦ ਹੰਡਾਇਆ, ਇਹ ਉਹਨਾਂ ਦੇ ਅੰਦਰ ਜੋ ਦੱਬ ਗਿਆ ਆ ਉਹ ਕਿਤੇ ਵੀ ਸਾਨੂੰ ਕੋਈ ਲਿਟਰੇਚਰ ਨਹੀਂ ਹੈਗਾ, ਕਿਉਂਕਿ ਸਾਡੇ ਕੋਲ ਉਸ ਟਾਈਮ ਤੇ ਮੀਡੀਆ ਨਹੀਂ ਹੈਗਾ ਸੀ, ਸਾਡੇ ਕੋਲ ਕੋਈ ਚੈਨਲ ਨਹੀਂ ਸੀ, ਸਾਡੇ ਕੋਲ ਕੋਈ ਬੇਸਿਕਲੀ ਬੇਟਾ ਇੱਕ ਸਿੱਧੀ ਪੱਧਰੀ ਗੱਲ ਹੈਗੀ ਹੈ ਕਿ ਸਰਕਾਰਾਂ ਆਪਣੀ ਮਾੜੀ ਕਾਰਗੁਜ਼ਾਰੀ ਨੂੰ ਦੂਸਰੇ ਲੋਕਾਂ 'ਚ ਜਾਂ ਲੰਬੇ ਸਮੇਂ ਤੱਕ ਜ਼ਿੰਦਾ ਰੱਖਣਾ ਨਹੀਂ ਚਾਹੁੰਦੀਆਂ। ਤੁਹਾਡਾ ਕਹਿਣ ਤੋਂ ਭਾਵ ਇਹੀ ਹੋ ਗਿਆ ਨਾ?
ਹਾਂਜੀ ਉਹ ਬਿਲਕੁਲ ਨਹੀਂ ਚਾਹੁੰਦੇ ਕਿ ਸਾਡਾ ਜਿਹੜਾ ਯੂਥ ਹੈ ਸਾਡੀ ਜਿਹੜੀ ਯੰਗ ਜਨਰੇਸ਼ਨ ਆ ਉਹਨੂੰ ਪਤਾ ਲੱਗੇ ਕਿ ਸਾਡੇ ਨਾਲ ਪਾਸਟ ਚ ਕੀ ਹੋ ਚੁੱਕਾ ਆ। ਹਾਂਜੀ ਤੁਸੀਂ ਹੁਣ ਕੀ ਕਹਿਣਾ ਚਾਹੋਗੇ ਹੁਣ ਅਸੀਂ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਬਾਹਰ ਬੈਠੇ ਸਿੱਖ ਵਿਦੇਸ਼ੀ ਸਿੱਖ ਜਿਹੜੇ ਆ ਉਹ ਕੀ ਕਰ ਸਕਦੇ ਆ ਇਸ ਦੇ ਵਾਸਤੇ ਕੀ ਉਪਰਾਲੇ ਕੀਤੇ ਜਾ ਸਕਦੇ? ਸਾਨੂੰ ਆਪਣੇ ਮੀਡੀਆ ਨੂੰ ਸਟਰੋਂਗ ਕਰਨਾ ਪੈਣਾ, ਸਾਨੂੰ ਆਪਣੇ ਸਾਨੂੰ ਇਸ ਇਹਨਾਂ ਚੈਨਲਸ ਨੂੰ ਸਰਵਾਈਵ ਕਰਾਉਣਾ ਪੈਣਾ ਜੋ ਵੀ ਅਸੀਂ ਕਰ ਸਕਦੇ ਹਾਂ। ਅਸੀਂ 10ਵਾਂ ਹਿੱਸਾ ਕੱਢੀਏ ਆਪਣੀ ਪੇਜ ਚੋਂ, ਆਪਣਾ ਸਿੱਖ ਚੈਨਲ ਦੀ ਸਪੋਰਟ ਕਰੀਏ ਜਿਹੜਾ ਏਡਾ ਵੱਡਾ ਇਹ ਸਾਰਾ ਹਿੱਸਾ ਪਾ ਰਿਹਾ ਪ੍ਰਚਾਰ ਖੇਤਰ ਵਿੱਚ ਸਾਰੇ ਹਾਲਾਤ ਜਿਹੜੇ ਸਾਨੂੰ ਦੱਸ ਰਿਹਾ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਆਸ ਕਰਦੇ ਹਾਂ ਤੁਸੀਂ ਅੱਗੋਂ ਵੀ ਇਸੇ ਤਰ੍ਹਾਂ ਸਿੱਖ ਚੈਨਲ ਦੇ ਨਾਲ ਜੁੜੇ ਰਹੋਗੇ ਤੇ ਆਪਣੇ ਜਿਹੜੇ ਕੀਮਤੀ ਵਿਚਾਰ ਨੇ ਉਹ ਸਾਨੂੰ ਦੱਸਦੇ ਰਹੋਗੇ, ਜਾਗਰੂਕ ਕਰਦੇ ਰਹੋਗੇ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਨੈਕਸਟ ਕਾਲਰ ਸਾਡੇ ਲਾਈਨ ਤੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰ ਜੀ, ਤੁਹਾਡਾ ਪ੍ਰੋਗਰਾਮ ਜਿਹੜਾ ਮੈਂ ਸੁਣ ਰਿਹਾ ਸੀ, ਤੁਹਾਡਾ ਪ੍ਰੋਗਰਾਮ ਜਿਹੜਾ ਬਹੁਤ ਵਧੀਆ ਜਾ ਰਿਹਾ ਕਿਉਂਕਿ ਸਮੇਂ ਦੀ ਤੁਸੀਂ ਗੱਲ ਕਰਦੇ ਆ। ਸ਼ੁਕਰੀਆ। ਆਪ ਜੀ ਕੌਣ ਔਰ ਕਿੱਥੋਂ ਬੋਲ ਰਹੇ ਹੋ? ਵੀਰ ਜੀ ਤੁਸੀਂ ਜਾਣਦੇ ਮੈਨੂੰ, ਮੈਂ ਜਸਵੀਰ ਸਿੰਘ ਬੋਲਦਾ ਜਦੋਂ ਘਰ ਦੇ ਬਗਾਨੇ ਬਣ ਜਾਂਦੇ ਆ ਤੇ ਫਿਰ ਜਿਹੜੇ ਗੁਆਂਢੀਆਂ ਨੂੰ ਫਿਰ ਡਾਕਾ ਮਾਰਨੇ ਦਾ ਮੌਕਾ ਮਿਲ ਜਾਂਦਾ। ਜਦੋਂ ਸਾਡੇ ਲੀਡਰ ਜਿਹੜੇ ਆ ਜਦੋਂ ਉਹ ਬੇਵਫਾਈ ਆਪਣੀ ਕੌਮ ਦੇ ਨਾਲ ਕਰ ਜਾਂਦੇ ਆ ਤੇ ਫਿਰ ਕੌਮ ਨੂੰ ਉਸਦੀ ਸਜ਼ਾ ਭੁਗਤਣੀ ਪੈਂਦੀ ਆ। ਅੱਜ ਤੱਕ ਕੌਮ ਇਹ ਭੁਗਤ ਰਹੀ ਆ। ਤੁਸੀਂ ਵੀ ਇੱਥੇ ਬੈਠੇ ਦੱਸ ਰਹੇ ਆ, ਜਿਹੜੇ ਸੁਣਨੇ ਵਾਲੇ ਵੀ ਤੁਹਾਨੂੰ ਟੈਲੀਫੋਨਾਂ ਉੱਤੇ ਦੱਸ ਰਹੇ ਆ ਕਿ ਜਿਹੜੇ ਸਿੱਖ ਕੌਮ ਦੇ ਉੱਤੇ ਅਟੈਕ ਕਰਦੇ ਆ ਉਹਨਾਂ ਦੇ ਉੱਤੇ ਕੋਈ ਪਾਬੰਦੀ ਨਹੀਂ, ਜਿਹੜੇ ਮਾਸੂਮਾਂ ਦੀ ਰੱਤ ਪੀ ਰਹੇ ਆ ਉਹਨਾਂ ਦੇ ਉੱਤੇ ਕੋਈ ਪਾਬੰਦੀ ਨਹੀਂ, ਜਿਹੜੇ ਦੇਹਧਾਰੀ ਗੁਰੂ ਹਰ ਰੋਜ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਰਦੇ ਆ ਉਹਨਾਂ ਤੇ ਕੋਈ ਪਾਬੰਦੀ ਨਹੀਂ। ਕਹਾਵਤ ਸੀਗੀ ਉਹ ਸੀਗੀ ਨੀ ਹੈਗੀ ਆ, ਇਹਦੇ ਨਾਲ ਹੀ ਲੱਗਦੀ ਕਹਾਵਤ ਹੋਰ ਵੀ ਚੱਲ ਰਹੀ ਆ ਉਹ ਹੈਗੀ ਆ, ਘਰ ਹੋਵੇ ਮੂੰਗਲੀ ਤੇ ਟੱਬਰ ਕਿਉਂ ਗੜਾਵੇ। ਤੁਸੀਂ ਇਹ ਮਹਿਸੂਸ ਨੀ ਕਰਦੇ ਵੀ ਸਾਡੇ ਜਿਹੜੇ ਸੋ ਕਾਲ ਨੇਤਾ ਹੈਗੇ ਆ ਉਹ ਕੌਮ ਪ੍ਰਤੀ ਸੁਚੇਤ ਨਹੀਂ ਹੈਗੇ? ਉਹਨਾਂ ਨੂੰ ਉਦੋਂ ਹੀ ਜਾਗ ਆਉਂਦੀ ਆ ਜਦੋਂ ਕੌਮ ਤੇ ਭੀੜ ਪੈਂਦੀ ਆ, ਪਹਿਲਾਂ ਉਹ ਆਪਣੀ ਗਫਲ ਦੀ ਨੀਂਦ ਸੁੱਤੇ ਪਏ ਹੁੰਦੇ ਆ। ਵੀਰ ਜੀ ਇਹ ਵੀ ਤੁਹਾਡਾ ਭੁਲੇਖਾ ਕਿ ਉਹਨਾਂ ਨੂੰ ਜਾਗ ਆ ਗਈ ਆ ਜੀ, ਇਹ ਤੁਹਾਨੂੰ ਭੁਲੇਖਾ ਤੁਸੀਂ ਸਮਝਦੇ ਵੀ ਹਲੇ ਵੀ ਨਹੀਂ ਜਾਗੇ? ਉਹ ਸਿਰਫ ਆਪਣੇ ਬਚਾਅ ਦੀ ਖਾਤਰ ਉਹ ਹੱਥ ਪੈਰ ਮਾਰ ਰਹੇ ਆ, ਨਾ ਕਿ ਉਹ ਤੁਹਾਡੇ ਵਾਸਤੇ ਕੋਈ ਹਾਦਾ ਨਾਰਾ ਮਾਰ ਰਹੇ ਆ। ਜੀ 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 ਬਿਲਕੁਲ। ਉਹ ਜਿਹੜੇ ਲੋਕ ਆ ਤੁਸੀਂ ਇਹ ਦੇਖੋ ਵੀ ਜਦੋਂ ਹੁਣ ਭਾਈ ਬਲਵੰਤ ਸਿੰਘ ਜੀ ਅੰਦਰ ਜੇਲ੍ਹ ਦੇ ਵਿੱਚ ਆ ਜੀ, ਤੇ ਚੀਫ ਮਿਨਿਸਟਰ ਕੌਣ ਆ? ਸਾਡਾ ਹੀ ਆ ਨਾ ਸਿੱਖ। ਹਾਂਜੀ ਹਾਂਜੀ। ਤੇ ਫਿਰ ਜਿਹੜੀਆਂ ਜਥੇਬੰਦੀਆਂ ਦੇ ਆਗੂ ਵੀ ਜਿਹੜੇ ਸੀ ਉਹ ਵੀ ਚੱਕ ਕੇ ਜੇਲ੍ਹਾਂ ਦੇ ਵਿੱਚ ਸੁੱਟ ਦਿੱਤੇ ਜੀ। ਤੇ ਜਦੋਂ ਵੀ ਕੋਈ ਸਿੱਖ ਜਦੋਂ ਆਪਣਾ ਕੋਈ ਰੋਸ ਪ੍ਰਦਰਸ਼ਨ ਕਰਦਾ ਰੋਡ ਦੇ ਉੱਤੇ ਆਣ ਕੇ ਜਾਂ ਕਿਤੇ ਵੀ ਜਾ ਕੇ ਉਹ ਰੋਸ ਪ੍ਰਦਰਸ਼ਨ ਕਰਦੇ ਆ, ਤੇ ਉਹ ਜਿਹੜੀ ਪੁਲਿਸ ਆ ਉਹ ਕਿਹਦੇ ਹੁਕਮ ਦੇ ਨਾਲ ਡਾਂਗਾਂ ਤੇ ਗੋਲੀਆਂ ਭਰਾਉਂਦੀ ਆ? ਜੀ ਜੀ ਜੀ। ਇਸ ਕਰਕੇ ਸਾਨੂੰ ਇਹ ਸੋਚਣਾ ਪਵੇਗਾ ਕਿ ਜਿਹੜੇ ਇਹ ਲੋਕ ਆ ਇਹ ਸਿਰਫ ਆਪਣੀਆਂ ਚੌਧਰਾਂ ਦੇ ਵਾਸਤੇ ਇੱਕ ਵਿਕ ਚੁੱਕੇ ਲੋਕ ਆ, ਇਹਨਾਂ ਨੂੰ ਸਾਨੂੰ ਪਹਿਚਾਨਣਾ ਚਾਹੀਦਾ। ਇਹ ਪਿੱਛੋਂ ਹੀ ਇਹ ਲੜੀ ਤੁਰੀ ਆਉਂਦੀ ਆ ਇਹਨਾਂ ਗਦਾਰਾਂ ਲੋਕਾਂ ਦੀ, ਇਹ ਪਿੱਛੋਂ ਹੀ ਸਾਨੂੰ ਵੇਚਦੇ ਆਏ ਸਾਡੀ ਕੌਮ ਨੂੰ। ਸਾਡੀ ਕੌਮ ਨੂੰ ਜਿੰਨਾ ਚਿਰ ਇਹ ਲੋਕ ਇਹਦੇ ਪਿੱਛਾ ਨਹੀਂ ਛੱਡਦੇ ਸਾਡੀ ਕੌਮ ਦਾ, ਸਾਡੀ ਕੌਮ ਆਜ਼ਾਦ ਨਹੀਂ ਹੋ ਸਕਦੀ। ਸੋ ਵੀਰ ਜਸਵੀਰ ਸਿੰਘ ਜੀ, ਆਪਾਂ ਇੱਥੇ ਬਾਹਰ ਵਿਦੇਸ਼ਾਂ ਦੇ ਵਿੱਚ ਬੈਠੇ ਹੋਏ ਸਿੱਖ ਜਿੰਨੇ ਵੀ ਪੰਜਾਬੀ ਆ, ਅਸੀਂ ਕੀ ਕਰ ਸਕਦੇ ਹਾਂ ਕਿ ਇਹ ਸੁਚੇਤ ਹੋ ਸਕਣ, ਜੋ ਕਿ ਜਦੋਂ ਵੀ ਗੋਲੀਆਂ ਚੱਲਦੀਆਂ ਨੇ ਕੇਵਲ ਸਿੱਖਾਂ ਤੇ ਹੀ ਚੱਲਦੀਆਂ ਨੇ, ਡਾਂਗਾ ਜੇ ਵਾਰੀਆਂ ਨੇ ਕੇਵਲ ਸਿੱਖਾਂ ਤੇ ਵਾਰੀਆਂ ਨੇ, ਬਾਕੀ ਜਿਹੜੇ ਮਰਜ਼ੀ ਨਾਅਰੇ ਲਗਾਏ ਜਾਂਦੇ ਨੇ, ਬਾਕੀ ਜਿਹੜੇ ਮਰਜ਼ੀ ਪੁਤਲੇ ਸਾੜੇ ਜਾਂਦੇ ਨੇ, ਉਹਨਾਂ ਤੇ ਕੋਈ ਐਕਸ਼ਨ ਨਹੀਂ ਲਿਆ ਜਾ ਰਿਹਾ, ਤੇ ਇਹਦੇ ਬਾਰੇ ਆਪਾਂ ਕੀ ਕਰ ਸਕਦੇ ਹਾਂ? ਵੀਰ ਜੀ ਮੈਨੂੰ ਇੱਕ ਗੱਲ ਦਾ ਰੋਸ ਵੀ ਆ ਆਪਣੇ ਸਿੱਖ ਚੈਨਲ ਦੇ ਉੱਤੇ ਜੀ, ਜਿਹੜੇ ਸਿੱਖ ਚੈਨਲ ਦੇ ਉੱਤੇ ਪ੍ਰੈਜ਼ੈਂਟ ਕਰਦੇ ਆ ਜਿਹੜੇ ਆ ਆਪਾਂ ਹੁਣ ਜਿੱਦਾਂ ਤੁਸੀਂ ਗੱਲ ਕਰਦੇ ਆ, ਤੁਸੀਂ ਬੜੀ ਸੁੰਦਰ ਗੱਲ ਕਰਦੇ ਆ ਕਿ ਤੁਹਾਨੂੰ ਕੌਮ ਦੇ ਨਾਲ ਦਰਦ ਆ, ਤੁਸੀਂ ਕੌਮ ਦੀ ਸਹੀ ਤਸਵੀਰ ਲੋਕਾਂ ਦੇ ਸਾਹਮਣੇ ਪੇਸ਼ ਕਰਦੇ ਆ ਜੀ, ਜੋ ਸਾਡੀ ਕੌਮ ਦੇ ਨਾਲ ਕੀ ਹੋ ਰਿਹਾ, ਕੌਣ ਕਰ ਰਿਹਾ, ਕੌਣ ਕਰਵਾ ਰਿਹਾ, ਕਿਹਦੀ ਜ਼ਿੰਮੇਵਾਰੀ ਬਣਦੀ ਆ? ਰੋਸ ਦੱਸੋ ਭਾਈ ਸਾਹਿਬ ਕੀ ਰੋਸ ਕੀ ਹੈ? ਰੋਸ ਮੇਰਾ ਇਹੀ ਆ ਕਿ ਜਿੰਨਾ ਚਿਰ ਅਸੀਂ ਇਹਨਾਂ ਲੀਡਰਾਂ ਨੂੰ ਮਜਬੂਰ ਨਹੀਂ ਕਰ ਦਿੰਦੇ ਕਿ ਤੁਸੀਂ ਆਪਣੇ ਰਸਤੇ ਤੇ ਆਓ ਜੀ, ਤੁਸੀਂ ਆਪਣੇ ਰਸਤੇ ਤੇ ਆਓ, ਜਿੰਨਾ ਚਿਰ ਇਹ ਲੀਡਰ ਆਪਣੇ ਰਸਤੇ ਤੇ ਨਹੀਂ ਆਉਂਦੇ ਤੇ ਸਾਡੀ ਕੌਮ ਦੀ ਕਿਸੇ ਨੇ ਨਹੀਂ ਸੁਣਨੀ। ਕਿਉਂਕਿ ਮੈਂ ਇਹ ਕਹਿਣਾ ਚਾਹੁੰਦਾ ਕਿ ਸਿੱਖ ਚੱਲ ਤੇ ਰੋਸ ਜਿਹੜਾ ਉਹਦੀ ਵਿਆਖਿਆ ਕਰੋ ਪਲੀਜ਼। ਰੋਸ ਜਿਹੜਾ ਹੈਗਾ ਆ, ਜਿਹੜਾ ਰੋਸ ਅਸੀਂ ਇਹ ਕਰਨਾ ਚਾਹੁੰਦੇ,
ਰੋਸ ਅਸੀਂ ਇਹ ਕਰਦੇ ਹਾਂ ਕਿ ਜਿਹੜੀ ਸਾਡੀ ਕੌਮ ਦੀ ਸੁਣਵਾਈ ਨਹੀਂ ਹੁੰਦੀ, ਦੂਜਿਆਂ ਨੇ ਤਾਂ ਸਾਡੀ ਸੁਣਨੀ ਨਹੀਂ ਜੇ ਸਾਡੇ ਲੀਡਰ ਵੀ ਨਹੀਂ ਸੁਣ ਰਹੇ। ਨਹੀਂ ਪੈਸੇ ਸਿੱਖ ਚੈਨਲ ਤੇ ਰੋਸ ਕਾਹਦਾ ਹੋਇਆ ਰਿਹਾ, ਸਿੱਖ ਚੈਨਲ ਤਾਂ ਆਪਣਾ ਪਲੇਟਫਾਰਮ ਦਿੱਤਾ ਤੁਹਾਨੂੰ। ਦੇਖੋ ਤੁਹਾਡੀ ਗੱਲ ਬੇਸਿਕਲੀ ਤੁਹਾਨੂੰ ਰੋਸ ਉਹਨਾਂ ਲੀਡਰਾਂ ਤੇ ਆ ਨਾ ਕਿ ਸਿੱਖ ਚੈਨਲ ਤੇ, ਤੁਹਾਡੀ ਗੱਲ ਥਰੂ ਸਿੱਖ ਚੈਨਲ ਲੀਡਰਾਂ ਕੋਲੇ ਪਹੁੰਚ ਗਈ ਆ, ਤੁਹਾਡਾ ਰੋਸ ਜਗਜ਼ਾਹਰ ਹੋ ਗਿਆ। ਗਰਚਾ ਸਾਹਿਬ ਅਸੀਂ ਉਸ ਤਰੀਕੇ ਮੈਂ ਤੁਹਾਨੂੰ ਇਹ ਕਲੀਅਰ ਮੈਨੂੰ ਕਰਨੇ ਦਿਓ ਵੀਰ ਜਸਵੀਰ ਸਿੰਘ ਜੀ, ਮੈਂ ਤੁਹਾਡੀ ਗੱਲ ਵਿੱਚ ਟੋਕ ਰਿਹਾ ਸੀ। ਸਿੱਖ ਚੈਨਲ ਤੋਂ ਉਸ ਦਿਨ ਵੀ ਗੱਲ ਕੀਤੀ ਸੀ ਵੀ ਜਿਹੜਾ ਵੀ ਕੋਈ ਪੰਜਾਬ ਤੋਂ ਲੀਡਰ ਆਉਂਦਾ ਜਾਂ ਸਿੰਘ ਸਾਹਿਬ ਆਉਂਦਾ ਉਹਨੂੰ ਕੇਵਲ ਸਰੋਪੇ ਤੋਂ ਦੇ ਕੇ ਨਾ ਤੋਰ ਦੇਵੋ ਜਾਂ ਉਹਨਾਂ ਦੇ ਗਲਾਂ ਦੇ ਵਿੱਚ ਫੁੱਲਾਂ ਦੇ ਹਾਰ ਪਾ ਕੇ ਉਹਨਾਂ ਨੂੰ ਸਨਮਾਨਿਤ ਕਰਕੇ ਨਾ ਤੋਰ ਦੇਵੋ, ਸਗੋਂ ਪਹਿਲਾਂ ਉਹਨਾਂ ਨੂੰ ਕਟਹਿਰੇ ਵਿੱਚ ਖੜੇ ਕਰੋ। ਉਹਨਾਂ ਨੂੰ ਜਿਹੜਾ ਵੀ ਲੀਡਰ ਆਉਂਦਾ ਪਹਿਲਾਂ ਉਸ ਨੂੰ ਸਿੱਖ ਚੈਨਲ ਤੇ ਲੈ ਕੇ ਆਵੋ ਜਾਂ ਦੂਸਰੇ ਮੀਡੀਆ 'ਚ ਲੈ ਕੇ ਆਵੋ ਤੇ ਉਹਨਾਂ ਕੋਲੋਂ ਪੁੱਛੋ ਵੀ ਤੁਹਾਡੇ ਕੀ ਫਰਜ਼ ਨੇ ਤੇ ਤੁਸੀਂ ਕੀ ਕਰ ਰਹੇ ਹੋ। ਅਸੀਂ ਉਸ ਦਿਨ ਵੀ ਇਹ ਤਾਨ ਕੇ ਕਿਹਾ ਸੀ ਸਿੱਖ ਚੈਨਲ ਤੇ ਉਹਨਾਂ ਨੂੰ ਕੇਵਲ ਸਰੋਪੇ ਦੇ ਕੇ ਨਾ ਤੋਰ ਦੇਵੋ ਜਿਹੜਾ ਵੀ ਕੋਈ ਪੰਜਾਬ ਤੋਂ ਕੋਈ ਲੀਡਰ ਆਉਂਦਾ ਜਾਂ ਸਾਡੇ ਸਿੰਘ ਸਾਹਿਬ ਆਉਂਦੇ ਆ। ਵੀਰ ਜੀ ਮੈਂ ਜਿਹੜੀ ਗੱਲ ਦਾ ਮੈਂ ਰੋਸ ਕਿਹਾ ਸੀਗਾ, ਮੈਂ ਉਹ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਕਿ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਬਾਦਲ ਸਾਹਿਬ ਨੇ ਕੀ ਕੀਤਾ, ਸਾਡੇ ਲੀਡਰਾਂ ਨੇ ਸਾਡੀ ਕੌਮ ਵਾਸਤੇ ਕੀ ਕੀਤਾ? ਭਾਈ ਸਾਹਿਬ ਚੰਦ ਹੀ ਮਿੰਟਾਂ 'ਚ ਤੁਹਾਨੂੰ ਇਸ ਗੱਲ ਦੀ ਵਿਸਥਾਰ 'ਚ ਗੱਲ ਸਾਂਝੀ ਸਾਰਾ ਸਾਂਝੀ ਕਰਾਂਗੇ। ਤੁਹਾਡੇ ਚੈਨਲ ਦੇ ਤੁਹਾਡਾ ਚੈਨਲ ਨਹੀਂ, ਮੈਂ ਵੀ ਇਸ ਚੈਨਲ ਤੇ ਜਿਸ ਕੁਰਸੀ ਤੇ ਤੁਸੀਂ ਬੈਠੇ ਆ ਮੈਂ ਵੀ ਇਸੇ ਕੁਰਸੀ ਤੇ ਬੈਠ ਕੇ ਇਹ ਪ੍ਰੋਗਰਾਮ ਮੈਂ ਪ੍ਰੈਜ਼ੈਂਟ ਕਰਦਾ ਜੀ। ਮੈਨੂੰ ਇਹ ਨਹੀਂ ਕਿ ਮੈਂ ਬਾਹਰ ਬੈਠਾ, ਮੈਂ ਕੋਈ ਸਿੱਖ ਚੈਨਲ ਦਾ, ਮੈਂ ਸਿੱਖ ਚੈਨਲ ਦਾ ਬਹੁਤ ਨਹੀਂ ਅਸੀਂ ਇਹ ਨਹੀਂ ਸਮਝਦੇ ਕਿ ਤੁਸੀਂ ਸਿੱਖ ਚੈਨਲ ਦਾ ਵਿਰੋਧ ਕਰ ਰਹੇ ਆ। ਮੈਂ ਇਹ ਕਹਿੰਦਾ ਕਿ ਇਸ ਚੇਅਰ ਦੇ ਉੱਤੇ ਬੈਠ ਕੇ ਸਹੀ ਹੱਕ ਕੌਮ ਦਾ ਸਹੀ ਤਸਵੀਰ ਪੇਸ਼ ਕਰਨੀ ਚਾਹੀਦੀ ਆ, ਨਾ ਕਿ। ਸੋ ਵੀਰ ਜਸਵੀਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਅਸੀਂ ਤੁਹਾਡੀ ਗੱਲ ਸੁਣ ਲਈਏ ਤੇ ਅਸੀਂ ਜੋ ਸਹੀ ਤਸਵੀਰ ਹੈ ਜਿਵੇਂ ਭਾਈ ਬਲਵੰਤ ਸਿੰਘ ਜੀ ਰਾਜਵਾਨਾ ਸਾਹਿਬ, ਭਾਈ ਜਗਤਾਰ ਸਿੰਘ ਜੀ ਹਵਾਰਾ, ਤਿੰਨਾਂ ਦੀ ਗੱਲ ਕਰ ਰਹੇ ਹਾਂ ਤੇ ਅਸੀਂ ਸਾਰਿਆਂ ਦੀ ਗੱਲ ਕਰ ਰਹੇ ਹਾਂ ਵੀ ਜਿਹਨੇ ਵੀ ਸਿੱਖੀ ਦਾ ਘਾਣ ਕੀਤਾ ਤੇ ਅੱਗੋਂ ਵੀ ਗੱਲ ਕਰ ਰਹੇ ਹਾਂ। ਸਿੱਖ ਚੈਨਲ ਇੱਕ ਐਸਾ ਹੈ ਜਿਹੜਾ ਕਿ ਇੱਕ ਸਾਫ਼ ਸੁਥਰਾ ਚੈਨਲ ਹੈ ਤੇ ਜਿਹੜਾ ਸਾਰਿਆਂ ਦੀ ਗੱਲ ਕਰਦਾ ਹੈ, ਫਿਰ ਵੀ ਅਸੀਂ ਤੁਹਾਡਾ ਸੁਝਾਅ ਨੋਟ ਕਰ ਲਿਆ ਵੀ ਅੱਗੋਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿੰਨਾ ਅਸੀਂ ਪੰਥ ਦੀ ਗੱਲ ਹੋ ਸਕੇ, ਸਿੱਖੀ ਦੀ ਗੱਲ ਹੋ ਸਕੇ, ਉਸ ਦੇ ਵੱਲ ਅਸੀਂ ਪੂਰਾ ਧਿਆਨ ਦੇਈਏ ਤੇ ਲਾਸਟ ਕਾਲਰ ਅਸੀਂ ਲੈ ਰਹੇ ਹਾਂ ਕਿਉਂਕਿ ਸਮਾਂ ਸਾਡਾ ਸਮਾਪਤ ਹੈ। ਦੇਖਦੇ ਹਾਂ ਲਾਸਟ ਕਾਲਰ ਕੌਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਖਿਆਲ ਕਾਲ ਜਿਹੜੀ ਹੈ ਉਹ ਡ੍ਰੌਪ ਹੋ ਗਈ ਹੈ। ਚਲੋ ਆਪਾਂ ਸਾਡਾ ਸਮਾਂ ਜਿਹੜਾ ਉਹ ਵੀ ਸਮਾਪਤੀ ਦੇ ਵੱਲ ਵੱਧ ਰਿਹਾ ਹੈ ਤੇ ਇਹ ਅਖੀਰ ਤੇ ਗਰਚਾ ਸਾਹਿਬ ਆਪਾਂ ਸਿੱਖ ਸੰਗਤਾਂ ਨੂੰ ਅੱਜ ਕੀ ਕਹਿਣਾ ਚਾਹੁੰਦੇ ਹਾਂ, ਕਿਉਂਕਿ ਅੱਜ ਦਾ ਜਿਹੜਾ ਸਾਡਾ ਟੌਪਿਕ ਸੀ ਉਹ ਸੀ ਜਗਤਾਰ ਸਿੰਘ ਜੀ ਹਵਾਰਾ ਜੀ, ਜਿਹੜੇ ਕਿ ਇਹਨਾਂ ਦੇ ਸਾਥੀ ਸਨ ਭਾਈ ਬਲਵੰਤ ਸਿੰਘ ਜੀ ਰਾਜਵਾਨਾ ਸਾਹਿਬ ਜੀ ਦੇ, ਤੇ ਜਿਹਨਾਂ ਨੂੰ ਪਹਿਲਾਂ ਫਾਂਸੀ ਦੀ ਸਜ਼ਾ ਸੀ ਤੇ ਫਿਰ ਉਸ ਨੂੰ ਉਮਰ ਕੈਦ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ, ਪਰ CBI ਨੇ ਪਟੀਸ਼ਨ ਪਾਈ ਸੀ ਕਿ ਨਹੀਂ ਇਹਨਾਂ ਨੂੰ ਉਮਰ ਕੈਦ ਨਹੀਂ, ਇਹਨਾਂ ਨੂੰ ਫਾਂਸੀ ਹੀ ਹੋਣੀ ਚਾਹੀਦੀ ਹੈ, ਤੇ ਕੋਰਟ ਨੇ ਇੱਕ ਆਰਡਰ ਜਿਹੜਾ ਸੀ ਉਹ ਭੇਜਿਆ ਸੀ CBI ਦੇ ਹੱਕ ਦੇ ਵਿੱਚ, ਪਰ ਇਹ ਕੋਈ ਅਜੇ ਤੱਕ ਪੱਕਾ ਆਰਡਰ ਨਹੀਂ ਹੈ, ਇਸ ਵਾਸਤੇ ਅਸੀਂ ਸੰਗਤਾਂ ਨੂੰ ਸੁਚੇਤ ਕਰ ਦਈਏ। ਇਸ ਕਰਕੇ ਇਹ ਸ਼ੋਅ ਰੱਖਿਆ ਗਿਆ ਵੀ ਆਪਾਂ ਇਹਨਾਂ ਹੀਰਿਆਂ ਨੂੰ ਬਚਾਉਣ ਵਾਸਤੇ, ਇਹਨਾਂ ਦੀ ਰਿਹਾਈ ਦੇ ਵਾਸਤੇ ਕੀ ਉਪਰਾਲੇ ਕਰ ਸਕਦੇ ਹਾਂ। ਤੁਸੀਂ ਅਖੀਰ ਤੇ ਗਰਚਾ ਸਾਹਿਬ ਕੀ ਕਹਿੰਦੇ? ਮੈਂ ਬੇਨਤੀ ਕਰਨੀ ਚਾਹਾਂਗਾ ਭਾਈ ਜਸਵੀਰ ਸਿੰਘ ਉਹਨਾਂ ਨੂੰ, ਸਮੇਂ ਦੀ ਤੰਗੀ ਕਾਰਨ ਉਹਨਾਂ ਦੀ ਕੋਲ ਕੱਟਣੀ ਪਈ ਆ, ਕੱਟ ਹੋ ਗਈ ਆ, ਉਹਨਾਂ ਦੇ ਖਿਆਲ ਵਧੀਆ ਲਿਆ, ਉਹਨਾਂ ਦੇ ਖਿਆਲਾਂ ਨਾਲ ਸੰਬੰਧਿਤ ਮੈਂ ਕੁਝ ਵਿਚਾਰ ਉਹਨਾਂ ਨਾਲ ਸਾਂਝੇ ਕਰਨਾ ਚਾਹਾਂਗਾ। ਜਿਵੇਂ ਕਹਿੰਦੇ ਆ ਵੀ ਚੋਰ ਦਾ ਕੰਮ ਹੈ ਚੋਰੀ ਕਰਨੀ ਤੇ ਘਰ ਵਾਲੇ ਦਾ ਕੰਮ ਹੈ ਜਾਗਦੇ ਰਹਿਣਾ, ਸਰਕਾਰਾਂ ਦਾ ਕੰਮ ਹੈ ਪ੍ਰਬੰਧ ਚਲਾਉਣੇ ਔਰ ਕੌਮ ਦਾ ਕੰਮ ਹੈ ਉਹਨਾਂ ਤੋਂ ਕੰਮ ਲੈਣੇ ਕੌਮ ਪ੍ਰਤੀ। ਜਦੋਂ ਅਸੀਂ ਕੌਮ ਪ੍ਰਤੀ ਸੁਚੇਤ ਨਹੀਂ ਹੁੰਦੇ ਤੇ ਸਰਕਾਰਾਂ ਆਪਣੀ ਮਰਜ਼ੀ ਨਾਲ ਚੱਲਦੀਆਂ ਨੇ। ਤੁਸੀਂ ਦੇਖਿਆ ਹੈਗਾ ਬੇਅੰਤ ਸਿੰਘ ਸਰਕਾਰ ਸਮੇਂ ਜੋ ਕੁਛ ਹੋਇਆ ਉਹਨੂੰ ਦੁਹਰਾਉਣ ਦੀ ਆਪਾਂ ਨੂੰ ਲੋੜ ਕੋਈ ਨਹੀਂ। ਹੁਣੇ ਗੱਲ ਹੋਈ ਸੀਗੀ ਲਖਵਿੰਦਰ ਸਿੰਘ ਜਾਖੜ ਬਾਰੇ, ਜਿਹੜੇ ਕਿ ਜੇ ਸੁਪਰਿੰਟ ਸੀਗੇ, ਸਾਨੂੰ ਉਹਨਾਂ ਦਾ ਨਾਂ ਵੀ ਸੁਨਹਿਰੇ ਅੱਖਰਾਂ 'ਚ ਲੈਣਾ ਚਾਹੀਦਾ। ਮੈਂ ਸਮਝਦਾ ਵੀ ਹਾਲੇ ਹਨੇਰੀ ਉਭਰੀ ਪਈ ਆ, ਬਹੁਤ ਸਾਰੇ ਸੱਜਣ ਜਿਹੜੇ ਹੈਗੇ ਆ ਉਹ ਬਿਹਾਇੰਡ ਦਾ ਸੀਨ ਜਿਵੇਂ ਰਘਵੀਰ ਸਿੰਘ ਜੀ ਕਹਿ ਗਏ ਹੈਗੇ ਆ, ਜਿਹਨਾਂ ਦਾ ਨਾਂ ਸਾਹਮਣੇ ਨਹੀਂ ਆਇਆ ਜਾਂ ਕਿਸੇ ਕਾਰਨ ਸਾਹਮਣੇ ਨਹੀਂ ਆ ਰਿਹਾ। ਸਮਾਂ ਲੱਗੇਗਾ, ਸਮਾਂ ਆਉਣ ਤੇ ਉਹ ਨਾਂ ਅੱਗੇ ਆਉਣਗੇ ਤੇ ਕੌਮ ਉਹਨਾਂ ਨੂੰ ਸਰਵਾਦ ਕਰੇਗੀ। ਮੈਂ ਸਮਝਦਾ ਇਹ ਸਿੱਖ ਕੌਮ ਆਪਣੇ ਕੌਮ ਪ੍ਰਤੀ ਸੁਚੇਤ ਰਹਿਣ ਵਾਲਾ ਦਾ ਨਾਂ ਸੁਨਹਿਰੀ ਅੱਖਰਾਂ 'ਚ ਲੈਂਦੀ ਆ। ਹੁਣ ਭਾਈ ਸਾਹਿਬ ਨੇ ਗੱਲ ਕੀਤੀ ਸੀ ਬਾਦਲ ਸਰਕਾਰ ਕੀ ਕਰ ਰਹੀ, ਦੇਖੋ ਮਾਫ਼ ਕਰਨਾ, ਅੱਜ ਪੰਜਾਬ ਮੈਂ ਬਾਦਲ ਸਰਕਾਰ ਦਾ ਭਾਵੇਂ ਰਿਣੀ ਨਹੀਂ ਨਾ ਵਿਰੋਧੀ ਹੈਗਾ, ਬਟ ਬਾਦਲ ਸਰਕਾਰ ਪੰਜਾਬ ਦੇ ਉਹਨਾਂ ਲੋਕਾਂ ਨੇ ਜਿਹੜੇ ਉੱਥੇ ਰਹਿ ਰਹੇ ਉਹਨਾਂ ਨੇ ਚੁਣੀ ਹੈ ਵੋਟਾਂ ਪਾ ਕੇ, ਉਹਨੂੰ ਕਿਸੇ ਨੇ ਸਿਫਾਰਿਸ਼ ਨਾਲ ਜਾਂ ਬੈਕਡੋਰ ਨਹੀਂ ਚੁਣਿਆ ਹੈਗਾ। ਉਹਨਾਂ ਦਾ ਬੇਸਿਕਲੀ ਇਕੱਲਾ ਕੌਮ ਪ੍ਰਤੀ ਨਹੀਂ ਸਾਰੇ ਪੰਜਾਬ ਪ੍ਰਤੀ ਫਰਜ਼ ਬਣਦਾ ਕਿ ਵਧੀਆ ਪ੍ਰਸ਼ਾਸਨ ਦੇਣ। ਦੋ ਗੱਲਾਂ ਮੈਂ ਕਹਿਣੀ ਚਾਹਾਂਗਾ ਜਿਹੜੀਆਂ ਕਿ ਉਹਨਾਂ ਨੇ ਆਉਂਦੇ ਸਮੇਂ ਕੀਤੀਆਂ, ਮੇਰੇ ਨਾਲ ਮੇਰੇ ਇਸ ਸਿੱਖ ਚੈਨਲ ਦੇ ਸਰੋਤੇ ਸਹਿਮਤ ਹੋਣਗੇ। ਇੱਕ ਤਾਂ ਇਹ ਗੱਲ ਕਿ ਜਦੋਂ ਉਹਨਾਂ ਨੇ ਭਾਈ ਬਲਵਿੰਦਰ ਸਿੰਘ
ਜਿਹੜੀ ਸੀਗੀ ਫਾਂਸੀ ਦੀ ਗੱਲ ਹੋਈ ਕਿ ਪੰਜਾਬ ਦਿੱਤੀ ਜਾਵੇ, ਉਹਨਾਂ ਨੇ ਉਹ ਰੋਕੀ ਆ। ਦੇਖੋ ਜੇ ਉਦਣ ਉਹ ਹਾਂ ਕਰ ਦਿੰਦੇ ਤਾਂ ਇਹ ਫਾਂਸੀ ਪੰਜਾਬ 'ਚ ਹੋ ਸਕਦੀ ਸੀਗੀ, ਤੁਸੀਂ ਮੇਰੇ ਨਾਲ ਸਹਿਮਤ ਹੋਵੋਗੇ। ਨੰਬਰ 2, ਦੂਸਰੀ ਉਹਨਾਂ ਨੇ ਸੁਖਬੀਰ ਬਾਦਲ ਤੇ ਬਾਦਲ ਸਾਹਿਬ ਆਪ ਜਾ ਕੇ ਦਿੱਲੀ ਰਾਸ਼ਟਰਪਤੀ ਨਾਲ ਮੀਟਿੰਗ ਕਰਕੇ ਆਏ ਆ, ਜੋ ਉੱਥੇ ਕਰਕੇ ਆਏ ਆ ਉਹਦਾ ਰਿਜ਼ਲਟ ਤੁਹਾਡੇ ਸਾਹਮਣੇ ਹੈਗਾ। ਅਗਰ ਉੱਥੇ ਨਾ ਜਾਂਦੇ ਸ਼ਾਇਦ ਇਹ ਗੱਲ ਫੇਰ ਵੀ ਹੈਪਨ ਹੋ ਸਕਦੀ। ਔਰ ਬਿਹਾਇੰਡ ਦਾ ਸੀਨ ਉਹ ਹੋਰ ਵੀ ਬਹੁਤ ਸਾਰੀਆਂ ਕੋਸ਼ਿਸ਼ਾਂ ਕਰ ਰਹੇ ਹੋਣਗੇ। ਦੇਖੋ ਮੈਂ ਆਪਣੇ ਪਰਿਵਾਰ ਨੂੰ ਚਲਾਉਣ ਲਈ ਜੇ ਹੱਦ ਤੋਂ ਵੱਧ ਕੋਸ਼ਿਸ਼ ਕਰਦਾ ਤਾਂ ਉਹ ਬੀਇੰਗ ਸੀਐਮ ਆਪਣੇ ਪੰਜਾਬ ਨੂੰ ਚਲਾਉਣ ਲਈ ਵੱਧ ਤੋਂ ਵੱਧ ਕੋਸ਼ਿਸ਼ਾਂ ਕਰਦੇ ਹੋਣਗੇ। ਲੋੜ ਹੈ ਸਾਨੂੰ ਭਰੋਸੇ 'ਚ ਆਉਣ ਦੀ ਤੇ ਉਹਨਾਂ ਨੂੰ ਪਿਆਰ ਨਾਲ। ਅਗਰ ਅਸੀਂ ਕਿਸੇ ਮਿਨਿਸਟਰ ਨੂੰ ਜਾਂ ਕਿਸੇ ਸਰਕਾਰ ਨੂੰ ਕੋਸੀ ਜਾਵਾਂਗੇ ਤਾਂ ਮੈਂ ਸਮਝਦਾ ਉਹਨਾਂ ਦਾ ਵੀ ਹੌਸਲਾ ਵਧੇਗਾ ਨਹੀਂ। ਉਹਨਾਂ ਤੋਂ ਕੰਮ ਲੈਣ ਲਈ ਸਾਨੂੰ ਉਹਨਾਂ ਨੂੰ ਰਾਬਤਾ ਰੱਖਣਾ ਪਏਗਾ, ਉਹਨਾਂ ਨਾਲ ਕੰਟੈਕਟ 'ਚ ਰਹਿਣਾ ਪਏਗਾ। ਜਿਵੇਂ ਸਿੱਖ ਚੈਨਲ 'ਤੇ ਗੱਲ ਹੋਈ ਹੈ ਕਿ ਜਦੋਂ ਵੀ ਕੋਈ ਲੀਡਰ ਆਉਂਦਾ ਸਿੱਖ ਚੈਨਲ ਦੇ ਪਲੇਟਫਾਰਮ 'ਤੇ ਲੈ ਕੇ ਆਓ, ਔਰ ਤੁਹਾਡੇ ਥਰੂ ਤੁਸੀਂ ਉਹਨਾਂ ਨੂੰ ਸਵਾਲ ਕਰੋ ਕਿ ਉਹ ਕੌਮ ਲਈ ਕੀ ਕਰਦੇ ਹੈਗੇ ਆ। ਇਹ ਹੈਗੇ ਆ ਢੰਗ ਤੇ ਤਰੀਕੇ ਉਹਨਾਂ ਨੂੰ ਸੁਚੇਤ ਕਰਨ ਲਈ। ਅਗਰ ਅਸੀਂ ਉਹਨਾਂ ਨੂੰ ਇੱਥੇ ਲਿਆ ਕੇ ਆਪਣੇ ਘਰਾਂ 'ਚ ਚਾਹ ਪੜਾ ਕੇ ਵਾਸ ਭੇਜ ਦਿੰਦੇ ਤਾਂ ਉਹਨਾਂ ਨੂੰ ਸਾਡੇ ਬਾਰੇ ਕੋਈ ਗਿਆਨ ਨਹੀਂ ਹੁੰਦਾ। ਸੋ ਸਰੋਤਿਆ ਜਦੋਂ ਇਹ ਤੁਹਾਡੇ 'ਤੇ ਹੀ ਨਿਰਭਰ ਕਰਦਾ, ਤੁਸੀਂ ਆਪਣੇ ਉਹਨਾਂ ਚੁਣੇ ਹੋਏ ਲੀਡਰ ਤੋਂ ਕੰਮ ਕਿਵੇਂ ਲੈਣਾ। ਸੋ ਗਰਚਾ ਸਾਹਿਬ ਬਹੁਤ ਬਹੁਤ ਤੁਹਾਡਾ ਧੰਨਵਾਦ। ਤੇ ਸਾਧ ਸੰਗਤ ਜੀ, ਮੈਂ ਅਖੀਰ 'ਤੇ ਕਹਿਣਾ ਚਾਹਾਂਗਾ ਵੀ ਸੰਗਤਾਂ ਸਿੱਖ ਜਗਤ ਇਸ ਵੇਲੇ ਜਾਗਰਿਤ ਹੋ ਚੁੱਕਿਆ ਹੈ। ਕਿਵੇਂ ਇਸ ਵੇਲੇ ਸ੍ਰੀ ਦਰਬਾਰ ਸਾਹਿਬ ਵਿਖੇ, ਸ੍ਰੀ ਅੰਮ੍ਰਿਤਸਰ ਵਿਖੇ ਸਿੱਖ ਸੰਗਤਾਂ ਦਾ ਇਕੱਠ ਹੋਇਆ, ਤੇ ਕਿਵੇਂ ਸਰਕਾਰ ਨੂੰ ਵੀ ਬਾਦਲ ਸਾਹਿਬ ਨੂੰ ਜਾਂ ਹੋਰਨਾਂ ਨੂੰ ਮਜਬੂਰ ਹੋ ਕੇ ਤੇ ਉੱਥੇ ਦਿੱਲੀ ਜਾਣਾ ਪਿਆ ਇਹ ਸੰਗਤਾਂ ਦੀ ਕਾਰਵਾਈ। ਇਸੇ ਤਰ੍ਹਾਂ ਅਸੀਂ ਇਹਨਾਂ ਦੇ ਕੋਲੋਂ ਕੰਮ ਲੈ ਸਕਦੇ ਹਾਂ। ਸੋ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਨਾਲ ਇਸੇ ਤਰ੍ਹਾਂ ਵਿਚਾਰਾਂ ਅਸੀਂ ਜਾਰੀ ਰੱਖਦੇ ਰਹਾਂਗੇ, ਤੁਹਾਡੀਆਂ ਵਿਚਾਰਾਂ ਸੁਣਦੇ ਰਹਾਂਗੇ, ਵਿਚਾਰ ਸੁਣਦੇ ਰਹਾਂਗੇ, ਤੁਹਾਡੀ ਕਦਰ ਕਰਦੇ ਹਾਂ। ਕਿਸੇ ਦੀ ਸ਼ਾਨ ਦੇ ਵਿੱਚ ਕੋਈ ਐਸਾ ਲਫ਼ਜ਼ ਕੋਈ ਕਿਹਾ ਗਿਆ ਹੋਵੇ ਉਸ ਦੀ ਖਿਮਾ ਚਾਹੁੰਦੇ ਹਾਂ। ਸ਼ੋਅ ਦੀ ਇੱਥੇ ਹੀ ਸਮਾਪਤੀ ਹੈ। ਆਓ ਸਾਰੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਦਾ ਖਾਸ ਰੂਪ ਸਤ ਸੰਗਤ ਜੀਓ, ਵਡਭਾਗੀ ਹੋ ਜੋ ਸਾਹਿਬ ਜੀ ਦੇ ਬਚਨ ਹਨ, ਆਨੰਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ। ਜੋ ਕਿ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹਾਂ, ਆਪ ਜੀ ਅੰਮ੍ਰਿਤ ਬਈ ਬਿਮਾਰੀ ਦਾ ਆਨੰਦ ਮਾਣ ਰਹੇ ਹੋ। ਸਾਹਿਬ ਜੀ ਫਰਮਾਉਂਦੇ ਹਨ, ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰੂ ਰਿਹਾ ਭਰਪੂਰੇ। ਉਹ ਵਡਭਾਗੀ ਹਨ, ਉਹ ਪਵਿੱਤਰ ਹਨ ਜਿਹੜੇ ਗੁਰੂ ਦਾ ਜਸ ਹੁੰਦੇ ਹਨ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਅਸੀਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਏ ਹਾਂ। ਜੋ ਗੁਰੂ ਸਾਹਿਬ ਜੀ ਦੇ ਬਚਨ ਹਨ, ਕੁੜਿਆਰ ਕੁੜਿਆਰੀ ਜਾਇ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਜੈਕਾਰ ਕੀ ਉਹ ਧਰਮੀਆਂ ਕਾ, ਪਾਪੀ ਕੋ ਡੰਡ ਦਿਓ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਬਚਨ ਹਨ, ਜੋ ਜੋ ਨਿੰਦ ਕਰੇ ਇਨ ਗ੍ਰਹਿਣ ਕੀ, ਸੋ ਆਗੇ ਹੀ ਮਾਰੈ ਕਰਤਾਰ। ਜਿਸ ਜਿਸ ਨੇ ਵੀ ਗੁਰੂ ਪਿਆਰੀ ਸਾਧ ਸੰਗਤ ਸਾਡੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾਂ ਸ੍ਰੀ ਅਕਾਲ ਤਖਤ ਸਾਹਿਬ ਜਾਂ ਸਿੱਖੀ ਦੇ ਉੱਪਰ ਹਮਲਾ ਕੀਤਾ, ਸਿੱਖਾਂ ਨੇ ਬਹੁਤ ਜਲਦ ਉਸ ਦਾ ਬਦਲਾ ਲੈ ਲਿਆ, ਭਾਜੀ ਚੁਕਾ ਦਿੱਤੀ। ਸੋ ਇਹਨਾਂ ਦਿਨਾਂ ਦੇ ਵਿੱਚ ਆਪਾਂ ਉਹ ਸਿੱਖ ਜਗਤ ਦੇ ਮਹਾਨ ਯੋਧੇ, ਮਹਾਨ ਸੂਰਬੇ, ਤਿੰਨਾਂ ਦੀ ਗੱਲ ਕਰ ਰਹੇ ਹਾਂ। ਜਿਵੇਂ ਪਿਛਲੇ ਦਿਨਾਂ ਦੇ ਵਿੱਚ ਭਾਈ ਸਾਹਿਬ ਭਾਈ ਬਲਵੰਤ ਸਿੰਘ ਜੀ, ਰਾਜੋਆਣਾ ਸਾਹਿਬ, ਉਹਨਾਂ ਦੀ ਗੱਲ ਆਪਾਂ ਨੇ ਕੀਤੀ, ਅਤੇ ਅੱਜ ਵਿਸ਼ੇਸ਼ ਤੌਰ 'ਤੇ ਸਰਦਾਰ ਜਗਤਾਰ ਸਿੰਘ ਜੀ ਹਵਾਰਾ, ਜੋ ਕਿ ਆਪ ਜੀ ਨੂੰ ਪਤਾ ਹੈ ਇਹਨਾਂ ਦੇ ਹੀ ਸਾਥੀ ਹਨ, ਅਤੇ ਪਿਛਲੇ ਕਈ ਸਾਲਾਂ ਤੋਂ ਇਹ ਵੀ ਜੇਲ੍ਹ ਦੇ ਵਿੱਚ ਹਨ, ਜੋ ਕਿ ਉਸ ਬੇਅੰਤੇ ਦੇ ਕਾਂਡ ਦੇ ਵਿੱਚ ਇਹਨਾਂ ਦਾ ਨਾਮ ਸ਼ਾਮਿਲ ਹੈ। ਅਤੇ ਇਹਨਾਂ ਨੂੰ ਜੋ ਫਾਂਸੀ ਦੀ ਪਹਿਲਾਂ ਸਜ਼ਾ ਸੀ, ਅਤੇ 2011 ਦੇ ਵਿੱਚ ਇਹਨਾਂ ਦੀ ਫਾਂਸੀ ਦੀ ਸਜ਼ਾ ਨੂੰ ਰੱਦ ਕਰਕੇ ਅਤੇ ਉਮਰ ਕੈਦ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ, ਅਤੇ CBI ਨੇ ਪਟੀਸ਼ਨ ਪਾਈ ਸੀ ਕਿ ਇਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਉਹ ਕੋਰਟ ਵੱਲੋਂ ਫੈਸਲਾ ਤਾਂ ਨਹੀਂ, ਇੱਕ ਲੈਟਰ ਇਹਨਾਂ ਨੂੰ ਭੇਜਿਆ ਗਿਆ ਹੈ ਕਿ ਇਹਨਾਂ ਦੀ ਫਾਂਸੀ ਦੀ ਸਜ਼ਾ ਦੇ ਵਾਸਤੇ ਇਹ ਜੋ ਹੈ ਅਪੀਲ ਜਿਹੜੀ ਕਰ ਸਕਦੇ ਹਨ, ਕਿ ਇਸ ਤੋਂ ਜਾਣਕਾਰੀ ਇੱਕ ਪੱਤਰ ਭੇਜਿਆ ਗਿਆ ਹੈ। ਅਤੇ ਇਸ ਕਰਕੇ ਸਾਧ ਸੰਗਤ, ਅੱਜ ਆਪਾਂ ਇਸ 'ਤੇ ਇਹ ਸਾਰੀਆਂ ਵਿਚਾਰਾਂ ਕਰਨ ਵਾਸਤੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਏ ਹਾਂ। ਅਤੇ ਮੇਰੇ ਨਾਲ ਬੈਠੇ ਹਨ ਸਰਦਾਰ ਅਜੈਬ ਸਿੰਘ ਜੀ ਗਰਚਾ, ਜਿਹੜੇ ਕਿ ਡਾਇਰੈਕਟਰ ਹਨ ਸਿੱਖ ਸੋਸਾਇਟੀ ਲਿਮਿਟਡ UK ਦੇ, ਅਤੇ ਚੇਅਰਮੈਨ ਹਨ ਅਥਲੈਟਿਕ ਫੁੱਟਬਾਲ ਕਲੱਬ ਸਮੈਥਕ UK ਦੇ। ਮੈਂ ਇਹਨਾਂ ਨੂੰ ਵੀ ਜੀ ਆਇਆਂ ਨੂੰ ਆਖਦਾ ਹਾਂ, ਫਤਿਹ ਦੀ ਸਾਂਝ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸੋ ਸਾਧ ਸੰਗਤ ਜੀ, ਜਿਵੇਂ ਆਪ ਜੀ ਨੇ ਦੇਖਿਆ ਸਿੱਖ ਚੈਨਲ ਤੋਂ ਪਿਛਲੇ ਦਿਨਾਂ ਦੇ ਵਿੱਚ ਭਾਈ ਸਾਹਿਬ ਭਾਈ ਬਲਵੰਤ ਸਿੰਘ ਜੀ ਰਾਜੂਆਣਾ ਸਾਹਿਬ ਤਿੰਨਾਂ ਦੇ ਵਾਸਤੇ ਕਿਵੇਂ ਸਿੱਖ ਚੈਨਲ ਦੇ ਵੱਲੋਂ ਉਪਰਾਲੇ ਕੀਤੇ ਗਏ। ਇਸੇ ਤਰ੍ਹਾਂ ਹੀ ਸਰਦਾਰ ਜਗਤਾਰ ਸਿੰਘ ਜੀ ਹਵਾਰਾ, ਜਿਨ੍ਹਾਂ ਦੀ ਆਪ ਜੀ ਬੈਕਗਰਾਊਂਡ 'ਤੇ ਤਸਵੀਰ ਵੀ ਦੇਖ ਰਹੇ ਹੋ, ਸੋ ਸਾਧ ਸੰਗਤ ਉਹਨਾਂ ਦੇ ਵਾਸਤੇ ਸਿੱਖ ਚੈਨਲ ਵੱਲੋਂ ਅਤੇ ਸਿੱਖ ਸੰਗਤਾਂ ਦੇ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਉਪਰਾਲੇ ਕੀਤੇ ਜਾ ਸਕਦੇ ਹਨ, ਕਿਉਂਕਿ ਜੋ ਉਹਨਾਂ ਦੀ ਸਜ਼ਾ ਹੈ ਇਸ ਵੇਲੇ ਉਮਰ ਕੈਦ ਦੇ ਵਿੱਚ ਸੀ, ਅਤੇ CBI ਵੱਲੋਂ ਜੋ ਕਿ ਸਾਧ ਸੰਗਤ ਇਹ ਕੀਤਾ ਗਿਆ ਸੀ, ਪਟੀਸ਼ਨ ਪਾਈ ਗਈ ਸੀ, ਇਸ ਦੇ ਬਾਰੇ ਆਓ ਆਪਾਂ ਇੰਡੀਆ ਤੋਂ ਡਾਇਰੈਕਟ ਕਾਲ ਲੈਂਦੇ ਹਾਂ ਅਤੇ ਸਾਰੇ ਹਾਲਾਤ ਜਾਣਦੇ ਹਾਂ। ਸੋ ਸਰ ਬਲਵੀਰ ਸਿੰਘ ਜੀ ਬੈਂਸ, ਮਾਫ਼ ਕਰਨਾ, ਉਹ ਉਹਨਾਂ ਦੀ ਆਪਾਂ ਕਾਲ ਲੈ ਰਹੇ ਹਾਂ ਇੰਡੀਆ ਤੋਂ, ਨਹੀਂ ਆਓ ਵਧੇਰੇ ਜਾਣਕਾਰੀ ਉਹਨਾਂ ਕੋਲੋਂ ਪ੍ਰਾਪਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰ ਜੀ, ਆਪ ਜੀ ਦਾ ਸਵਾਗਤ ਹੈ। ਸਭ ਤੋਂ ਪਹਿਲਾਂ ਆਪ ਜੀ ਆਪਣਾ ਨਾਮ ਦੱਸੋ ਤੇ ਦੱਸੋ ਇਸ ਵੇਲੇ ਕਿਸ ਜਗ੍ਹਾ ਤੋਂ ਆਪ ਜੀ ਬੋਲ ਰਹੇ ਹੋ। ਵੀਰ ਜੀ, ਮੇਰਾ ਨਾਮ ਬਲਵੀਰ ਸਿੰਘ ਬੈਂਸ ਹੈ, ਮੈਂ ਆਪਣੀ ਸਿੱਖ ਆਰਗੇਨਾਈਜੇਸ਼ਨ ਫੋਰ ਪ੍ਰਿਜ਼ਨਰਜ਼ ਵੈਲਫੇਅਰ ਆਰਗੇਨਾਈਜੇਸ਼ਨ ਵੱਲੋਂ ਬੋਲ ਰਿਹਾ ਹੈਗਾ ਜੀ। ਤੇ ਇਸ ਸੰਬੰਧ ਦੇ ਵਿੱਚ ਜੋ ਤੁਸੀਂ ਪੁੱਛੋਗੇ, ਮੈਂ ਜਿੰਨੀ ਕੁ ਮੈਨੂੰ ਜਾਣਕਾਰੀ ਹੈਗੀ ਆ, ਹਾਂਜੀ, ਮੈਂ ਜ਼ਰੂਰ ਸੰਗਤਾਂ ਦੇ ਨਾਲ ਸਾਂਝੀ ਕਰਾਂਗਾ ਜੀ। ਮੈਨੂੰ ਇੱਕ ਵਾਰੀ ਮੇਰੀ ਮਾਂ ਨਾਲ ਮਿਲਣ ਦਿਓ, ਮੈਨੂੰ ਤੁਸੀਂ ਮਾਰ ਦੇਣਾ, ਪਰ ਮੈਨੂੰ ਪਤਾ ਇਹ ਚੀਜ਼ ਦਾ ਹੁਣ ਤੁਸੀਂ ਮੈਨੂੰ ਬਖਸ਼ਣਾ ਨਹੀਂ ਹੈਗਾ, ਪਰ ਮੇਰੀ ਇੱਕ ਆਖਰੀ ਰਿਕੁਐਸਟ ਆ ਵੀ ਤੁਸੀਂ ਮੈਨੂੰ ਇੱਕ ਵਾਰੀ ਆਪਣੀ ਮਾਂ ਨਾਲ ਮਿਲਣ, ਪਿਛਕ ਵੀ ਮਾਰ ਦੇ ਪਿਛਕ, ਉਹ ਤੋਂ ਬਾਅਦ ਤੇ ਕਹਿੰਦੇ ਵੀ ਉਹਦਾ ਪਿਸ਼ਾਬ ਨਿਕਲ ਗਿਆ ਵਿੱਚ, ਉਹਦੇ ਤਿੰਨੇ ਤਰਲੇ ਕੀਤੇ, ਉਹਦਾ ਪਿਸ਼ਾਬ ਨਿਕਲ ਗਿਆ ਵਿੱਚ, ਹਾਂਜੀ, ਤੇ ਕਹਿੰਦਾ ਵੀ ਸਾਡੇ ਬੰਦੇ ਇੰਨੇ ਬੇਰਹਿਮ ਦਿਲ ਸੀਗੇ, ਉਹਨਾਂ ਨੇ ਉਸ ਬੱਚੇ ਦੀ ਜਾਨ ਲੈ ਕੇ ਛੱਡੀ, ਤੇ ਉਹ ਜਦੋਂ ਉਹਦਾ ਸੀਨ ਕਹਿੰਦਾ ਵੀ ਮੇਰੀ ਅੱਖਾਂ ਤੋਂ ਕਦੀ ਕਦੀ ਪਰਾਂ ਨਹੀਂ ਹੋਇਆ, ਤੇ ਮੈਂ ਵੀ ਰਾਤਾਂ ਨੂੰ ਭਵ ਕੇ ਉੱਠ ਕੇ ਤਬ ਕੇ ਉੱਠਦਾ ਆ, ਤੇ ਮੈਨੂੰ ਬਹੁਤ ਉਹ ਪਰੇਸ਼ਾਨ ਕਰਦੀ ਹੈ ਉਹ ਜੀ। ਇੱਕ ਉਦਾਹਰਨ ਹੈ, ਜਾਣੀ ਕਿ ਉਸ ਵੇਲੇ ਜਬਰ ਦੀ ਇੱਕ ਬੇਗੁਨਾਹ 15 ਸਾਲਾਂ ਦੇ ਇੱਕ ਬੱਚੇ ਦੀ, ਜਿਹੜੀ ਮੈਂ ਤੁਹਾਨੂੰ ਇੱਕ ਉਦਾਹਰਨ ਦਿੱਤੀ ਹੈ, ਇੱਦਾਂ ਦੇ ਪੁੱਤ ਨੇ ਕਿੰਨੀਆਂ ਉਦਾਹਰਨਾਂ ਹੋਣੀਆਂ ਜੀ ਜੀ ਜੀ। ਸੋ ਇਹ ਬੰਦੇ ਇਹ ਗੁਰੂ ਪਿਆਰੇ ਬਲਵੰਤ ਸਿੰਘ ਜੀ, ਜਗਤਾਰ ਸਿੰਘ ਜੀ, ਜਾਂ ਇਹਨਾਂ ਦੇ ਨਾਲ ਦੇ ਸਾਥੀ ਜਿੰਨੇ ਵੀ ਸੀ, ਇਸ ਕੌਮ ਦੇ ਇਸ ਜਬਰ ਜ਼ੁਲਮ ਨੂੰ ਰੋਕਣ ਲਈ ਹੀ ਇਹਨਾਂ ਨੇ ਇਹ ਜੋ ਕਾਰਵਾਈ ਕੀਤੀ ਸੀ, ਤੇ ਉਹਨਾਂ ਉਸ ਕਾਰਵਾਈ ਦਾ ਇੱਕ ਹਿੱਸਾ ਨੇ ਸਾਰੇ, ਠੀਕ ਹੈ ਜੀ। ਤੇ ਜੋ ਇਹਨਾਂ ਤੇ ਫਿਰ ਕੇਸ ਚੱਲਿਆ, ਉਹ ਕਾਫੀ ਲੰਮਾ ਸਮਾਂ ਤਕਰੀਬਨ 17-18 ਤੋਂ ਚੱਲ ਰਿਹਾ, 7 ਸਾਲ ਤੋਂ ਚੱਲ ਰਿਹਾ ਹੈਗਾ ਜੀ। ਤੇ ਉਹਦੇ ਵਿੱਚ ਸਰਦਾਰ ਬਲਵੰਤ ਸਿੰਘ ਜੀ, ਸਰਦਾਰ ਜਗਤਾਰ ਸਿੰਘ ਜੀ, ਪਰਮਜੀਤ ਸਿੰਘ ਭਿਓਰਾ, ਲਖਵਿੰਦਰ ਸਿੰਘ ਜੀ, ਗੁਰਮੀਤ ਸਿੰਘ ਜੀ ਤੇ ਸ਼ਮਸ਼ੇਰ ਸਿੰਘ ਜੀ ਇਸ ਵੇਲੇ ਜ਼ਿਲ੍ਹਾ 'ਚ ਹਨ, ਠੀਕ ਹੈ ਜੀ। ਤੇ ਕੱਲ ਹੀ ਮਿਲੀ ਭਾਈ ਲਖਵਿੰਦਰ ਸਿੰਘ, ਜੋ ਇਹਨਾਂ ਦੇ ਸਾਥੀ ਹਨ, ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨਾਲ ਤੇ ਬਾਕੀ ਮੈਂਬਰਾਂ ਨਾਲ ਵੀ ਗੱਲ ਹੋਈ ਸੀਗੀ, ਤੇ ਉਹ ਬੜਾ ਮਹਿਸੂਸ ਕਰਦੇ ਨੇ ਵੀ ਜਿੱਥੇ ਅੱਜ ਬਲਵੰਤ ਸਿੰਘ ਰਾਜੂਆਣੇ ਦੀ ਗੱਲ ਹੋ ਰਹੀ ਆ, ਉੱਥੇ ਉਹਨਾਂ ਦੇ ਵੀਰਾਂ ਦੀ, ਉਹਨਾਂ ਦੇ ਵੀ ਉਹਨਾਂ ਦੇ ਫੈਮਿਲੀ ਮੈਂਬਰਾਂ ਦੀ ਜੋ ਅੰਦਰ ਬੈਠੇ ਨੇ, ਔਰ ਇਸੇ ਕੜੀ ਦੇ ਉਹ ਵੀ ਨਾਇਕ ਨੇ, ਉਹਨਾਂ ਦਾ ਕੋਈ ਨਾਂ ਤੱਕ ਨੀ ਲੈ ਰਿਹਾ ਹੈਗਾ, ਉਹਨਾਂ ਨੂੰ ਬਹੁਤ ਚੀਜ਼ ਦਾ ਦੁੱਖ ਆ। ਉਹਨਾਂ ਨੇ ਜਿਹੜ ਕੇ ਮੈਨੂੰ ਇੱਕ ਰੋਸ ਪ੍ਰਗਟ ਕੀਤਾ ਵੀ ਜੋ ਮੈਂ ਸ਼ੇਅਰ ਕਰ ਲੈਣਾ ਆਪਣੀ ਕੌਮ ਦੇ ਨਾਲ, ਕਹਿੰਦੇ ਵੀ ਜੇ ਇਹ ਮੇਰਾ ਉਹਨੇ ਇਹ ਮੇਰੇ ਨਾਲ ਬੈਠਿਆ ਤੇ ਮੈਂ ਕਹਿੰਦਾ ਸਰਦਾਰ ਜੀ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਆ, ਮੈਂ ਉਹਦਾ ਨਾਂ ਨੀ ਲਵਾਂਗਾ ਇਸ ਵੇਲੇ ਕਿਉਂਕਿ ਉਹ ਇਸ ਵੇਲੇ ਵਿਦੇਸ਼ਾਂ ਵਿੱਚ ਬੈਠਾ ਹੈ। ਮੈਨੂੰ ਦੱਸਿਆ ਵੀ ਮੈਂ ਭਾਈ ਸਾਹਿਬ ਤੁਹਾਡੇ ਤੇ ਨਿਯੁਕਤ ਕੀਤਾ ਗਿਆ ਸੀ ਤੇ ਤੁਹਾਡੀ ਸਾਰੀ ਕਾਰਵਾਈ ਨੋਟ ਕਰਨ ਲਈ ਮੈਨੂੰ ਲਾਇਆ ਗਿਆ ਸੀ ਜੀ, ਤੇ ਮੈਂ ਕੁਛ ਆਪਣੀਆਂ ਦਿਲ ਦੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ। ਖੈਰ ਮੈਂ ਉਧਰ ਨਹੀਂ ਜਾਂਦਾ, ਮੈਨੂੰ ਇੱਕ ਵਿਸ਼ੇਸ਼ ਗੱਲ ਜਿਹੜੀ ਉਹਨੇ ਮੈਨੂੰ ਦੱਸੀ, ਮੈਂ ਉਹ ਮੇਰੇ ਅੱਜ ਵੀ ਮੇਰੇ ਕਈ ਵਾਰੀ ਮੈਂ ਸੋਚਦਾ ਆ ਤੇ ਮੇਰਾ ਹਿਰਦਾ ਕੰਬ ਜਾਂਦਾ ਉਹ ਗੱਲ ਸੁਣ ਕੇ ਸੋਚ ਕੇ। ਉਸਨੇ ਦੱਸਿਆ ਵੀ ਜਦੋਂ ਇਹ ਇਹਨੇ KPS ਗਿੱਲ ਨੇ ਸਾਨੂੰ ਖੁੱਲੀ ਛੁੱਟੀ ਦਿੱਤੀ ਸੀ ਵੀ ਜਿਹੜਾ ਵੀ 15 ਸਾਲ ਦੀ ਉਮਰ ਤੋਂ ਲੈ ਕੇ 25 ਸਾਲ ਦੀ ਉਮਰ ਤੱਕ ਕੋਈ ਵੀ ਨੌਜਵਾਨ ਹੈਗਾ ਉਹ ਫੜ ਕੇ ਜੋ ਮਰਜ਼ੀ ਕਰੋ, ਕੋਈ 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 ਸਿੱਖ ਤੁਹਾਨੂੰ ਮਾੜੀ ਸ਼ੱਕ ਵੀ ਹੁੰਦੀ ਆ ਵੀ ਉਹ ਗੱਲ ਵੀ ਕਰਦਾ ਹੈ ਕਿਸੇ ਸਿੱਖੀ ਸਰੂਪ ਦੇ ਵਿੱਚ ਤੇ ਤੁਹਾਨੂੰ ਖੁੱਲੀ ਛੁੱਟੀ ਆ, ਤੇ ਉਹਦੇ ਵਿੱਚ ਕਹਿੰਦਾ ਵੀ ਮੈਂ ਇੱਕ ਤੁਹਾਨੂੰ ਉਧਾਰ ਕਹਿੰਦਾ ਜੀਵਨ ਨੂੰ ਬੜੀ ਪਰੇਸ਼ਾਨ ਕਰਦੀ ਆ ਤੇ ਕਈ ਵਾਰੀ ਮੈਂ ਰਾਤਾਂ ਨੂੰ ਉੱਠ ਉੱਠ ਕੇ ਬਹਿਨਾ ਆ, ਉਹ ਸੀਨ ਕਮਰੋਂ ਕਦੀ ਜਾਂਦਾ ਨਹੀਂ। ਉਹਨੇ ਇੱਕ ਬੱਚੇ ਦੀ ਉਦਾਹਰਨ ਦਿੱਤੀ ਮੈਨੂੰ ਵੀ ਜਿਹੜਾ 15 ਸਾਲਾਂ ਦਾ ਸੀ,
ਇੱਕੋ ਇੱਕ ਇਕਲੌਤਾ ਬੇਟਾ ਆਪਣੀ ਮਾਂ ਦਾ, ਪਿਓ ਹੈ ਨੀ ਸੀ ਸਿਰ ਤੇ, ਤੇ ਮਾਂ ਦੇ ਕੋਈ ਬੱਚਾ ਸੀ ਤੇ ਕਹਿੰਦੇ ਸਾਨੂੰ ਆਫਰ ਹੋ ਗਏ ਵੀ ਉਸ ਬੱਚੇ ਨੂੰ ਫੜ ਕੇ ਲਿਆਓ ਤੇ ਉਹਦਾ ਮੁਕਾਬਲਾ ਬਣਾਓ। ਤੇ ਜਦੋਂ ਅਸੀਂ ਬੱਚੇ ਨੂੰ ਫੜਨ ਜਾਂਦੇ ਆ ਤੇ ਉਹ ਉਹਦੀ ਮਾਂ ਉਹਨੂੰ ਫੜ ਕੇ ਆਪਣੇ ਸੀਨੇ ਨਾਲ ਲਾ ਲੈਂਦੀ ਆ ਤੇ ਅਸੀਂ ਉਹਨੂੰ ਖਿੱਚਦੇ ਆ ਤੇ ਮਾਂ ਆਪਣਿਆਂ ਨੂੰ ਖਿੱਚਦੀ ਆ ਤੇ ਆਪਣਿਆਂ ਨੂੰ ਖਿੱਚਦੇ ਆ ਤੇ ਉਹ ਬੱਚਾ ਵੀ ਉੱਚੀ ਉੱਚੀ ਰੋ ਰਿਹਾ ਤੇ ਮਾਂ ਵੀ ਦਹਾਈਆਂ ਪਾ ਰਹੀ ਆ ਵੀ ਮੇਰਾ ਇੱਕੋ ਹੀ ਇਕਲੌਤਾ ਬੇਚਾ ਵੀ ਇਹ ਮੇਰੀ ਅੱਖਾਂ ਦਾ ਤਾਰਾ ਹੈ ਵੀ ਇਹਨੂੰ ਤੁਸੀਂ ਨਾ ਕੁਛ ਕਰੋ ਇਹਨੂੰ ਨਾ ਲਿਜਾਓ। ਸੋ ਉਹਨਾਂ ਨੇ ਕਹਿੰਦੇ ਅਸੀਂ ਉਹਨਾਂ ਦੀ ਜੋ ਸੀ ਉਹਨਾਂ ਦਾ ਉਹ ਬੇਚਾਰੀ ਇੱਕ ਬੁੱਢੀ ਮਾਂ ਵਿਚਾਰੀ ਕੀ ਕਰ ਸਕਦੀ ਸੀਗੀ। ਸੋ ਉਹਨਾਂ ਨੇ ਖਿੱਚ ਕੇ ਲੈ ਗਏ ਕਹਿੰਦੇ ਅਸੀਂ ਉਹਦੀਆਂ ਅੱਖਾਂ ਤੇ ਪੱਟੀ ਬੰਨੀ ਤੇ ਉਹਨੂੰ ਅਸੀਂ ਇੱਕ ਬਾਰਡਰ ਤੇ ਲਿਜਾ ਕੇ ਨਾ ਅਸੀਂ ਖੜਾ ਕਰ ਦਿੱਤਾ। ਉਹਨੇ ਕਹਿੰਦਾ ਹੱਥ ਜੋੜ ਕੇ ਮੈਨੂੰ ਸਾਨੂੰ ਕਹਿੰਦਾ ਵੀ ਇੱਕੋ ਹੀ ਬੇਨਤੀ ਕੀਤੀ ਤੇ ਮੈਨੂੰ ਕਹਿੰਦਾ ਤੁਸੀਂ ਮਾਰ ਤਾਂ ਦੇਣਾ ਹੀ ਆ। ਸੋ ਵੀਰ ਜੀ ਸਭ ਤੋਂ ਪਹਿਲਾਂ ਆਪ ਜੀ ਥੋੜੇ ਜਿਹਾ ਜਗਤਾਰ ਸਿੰਘ ਹਵਾਰਾ ਦੇ ਬਾਰੇ ਸੰਗਤਾਂ ਨੂੰ ਦੱਸ ਦੋ ਵੀ ਇਹ ਕਿਹੜੀ ਸ਼ਖਸੀਅਤ ਹਨ ਅਤੇ ਕਿਸ ਮਨ ਦੇ ਵਿੱਚ ਇਹਨਾਂ ਨੂੰ ਜੇਲ੍ਹ ਦੇ ਵਿੱਚ ਹੈਗੇ ਨੇ। ਮੇਰੇ ਖਿਆਲ ਦੇ ਵਿੱਚ ਸਮੁੱਚਾ ਸਿੱਖ ਜਗਤ ਜਗਤਾਰ ਸਿੰਘ ਹਵਾਰਾ ਤੋਂ ਜਾਣੂ ਨੇ ਜੀ, ਕਿਉਂਕਿ ਉਹਨਾਂ ਦੀ ਸ਼ਖਸੀਅਤ ਕਿਸੇ ਕੋਲ ਲੁਕੀ ਛੁਪੀ ਨਹੀਂ ਹੈਗੀ ਜੀ। ਉਹਨਾਂ ਦੀ ਪਰਸਨੈਲਿਟੀ ਜੋ ਵੀ ਹੈ, ਉਹਨਾਂ ਨੇ ਜੋ ਵੀ ਪੰਥ ਨੂੰ ਉਹਨਾਂ ਨੇ ਦੇਣ ਦਿੱਤੀ ਹੈ ਉਹ ਅੱਜ ਪੰਥ ਦੇ ਸਾਹਮਣੇ ਹੈ, ਕਿਉਂਕਿ ਜਦੋਂ ਇਹ ਸਾਰਾ ਜਬਰ ਜ਼ੁਲਮ ਹੋ ਰਿਹਾ ਸੀ ਆਪਣੇ ਸਿੱਖ ਕੌਮ ਦੇ ਉੱਤੇ ਔਰ ਦਿਨ ਦਿਹਾੜੇ ਚਿੱਟੇ ਸਿੱਖਾਂ ਨੂੰ ਕੱਢ ਕੱਢ ਕੇ ਚੁਣ ਚੁਣ ਕੇ ਮਾਰਿਆ ਜਾ ਰਿਹਾ ਸੀ, ਉਸ ਚੀਫ ਮਿਨਿਸਟਰ ਨੇ ਬੇਅੰਤ ਸਿੰਘ ਨੇ ਜੋ ਖੁੱਲੀ ਛੁੱਟੀ ਦਿੱਤੀ ਹੋਈ ਸੀ ਪੁਲਿਸ ਅਫਸਰਾਂ ਨੂੰ, ਖਾਸ ਕਰਕੇ KPS ਗਿੱਲ ਨੂੰ ਜੀ, ਉਸ ਵੇਲੇ ਜੋ ਦੁਰਦਸ਼ਾ ਇਹ ਨੀ ਪਤਾ ਹੁੰਦਾ ਸੀ ਵੀ ਜਿਹੜਾ ਵਿਅਕਤੀ ਸਵੇਰੇ ਘਰੋਂ ਗਿਆ ਹੈ ਉਹਨੇ ਸ਼ਾਮ ਨੂੰ ਵਾਪਸ ਆਪਣੇ ਘਰ ਪਰਤਣਾ ਹੈ ਜਾਂ ਨਹੀਂ ਪਰਤਣਾ ਜੀ, ਤੇ ਲੋਕੀ 4 ਵਜੇ ਤੋਂ ਬਾਅਦ ਕਈ ਕੋਈ ਦਰਵਾਜ਼ਾ ਨਹੀਂ ਆਪਣਾ ਖੋਲਦਾ ਸੀ, ਸਾਰੇ ਆਪਣੇ ਇੰਨਾ ਜਾਣ ਕੇ ਉਹਨਾਂ ਦੇ ਉੱਤੇ ਜਾਣ ਕੇ ਪਾ ਦਿੱਤਾ ਗਈ ਜਾਣ ਕੇ ਇੱਕ ਗਿਆ ਸੀਗਾ ਜੀ। ਸੋ ਉਸ ਵੇਲੇ ਦੀਆਂ ਜੋ ਸੀਗੀਆਂ ਉਸ ਵੇਲੇ ਸੂਰਬੀਰ ਯੋਧੇ ਉੱਠੇ, ਇਹਨਾਂ ਨੇ ਜੋ ਵੀ ਇਸ ਕੌਮ ਦੀ ਦੁਰਦਸ਼ਾ ਹੋ ਰਹੀ ਸੀ ਉਹਦੇ ਬਾਬਤ ਕੁਛ ਸੋਚਿਆ ਤੇ ਇਹਨਾਂ ਨੇ ਉਸ ਨੂੰ ਜੋ ਵੀ ਹੈਗਾ ਸੋਧਾ ਲਾਇਆ, ਜੋ ਵੀ ਇਸ ਪਾਪੀ ਨੂੰ ਸੋਧਾ ਲਾਇਆ ਜੀ। ਹਾਂਜੀ, ਮੈਂ ਤੁਹਾਨੂੰ ਇੱਕ ਉਦਾਹਰਣ ਦੇਣਾ ਚਾਹੁੰਦਾ, ਜਦੋਂ ਇੱਥੇ ਤੱਕ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਗਾ, ਉਹ ਤੋਂ ਅੰਦਾਜ਼ਾ ਤੁਸੀਂ ਲਾ ਸਕੋਗੇ ਵੀ ਕਿਹੋ ਜਿਹਾ ਮਾਹੌਲ ਸੀ, ਕਿਹੋ ਜਿਹਾ ਇਹ ਚੀਜ਼ ਦੇ ਵਿੱਚ ਲੁਕੇ ਗੁਜ਼ਰ ਰਹੇ ਸਨ। ਜਦੋਂ ਦਿਆਸ 1999 ਵਿੱਚ ਤਿਹਾੜ ਜੇਲ੍ਹ ਵਿੱਚ ਬੰਦ ਕੀਤਾ ਗਿਆ ਮੈਨੂੰ, ਤੇ 2 ਮਹੀਨੇ ਤਕਰੀਬਨ ਇੱਕ ਆਦਮੀ ਦੀ ਜੋ ਪੰਜਾਬ ਤੋਂ CBI ਦਾ ਬੰਦਾ ਸੀ ਔਰ ਮੇਰੇ ਤੇ ਲਾਇਆ ਗਿਆ ਸੀ ਵੀ ਇਹਦੀ ਸਾਰੀ ਕਾਰਵਾਈ ਦੇਖਣੀ ਆ, ਕੀ ਕਰਦਾ ਹੈ, ਕਿਹਨੂੰ ਮਿਲਦਾ ਹੈ, ਕਿਹਨਾਂ ਗੱਲ ਕਰਦਾ, ਇਹ ਕੀ ਆ, ਉਹਦੇ ਬਾਰੇ ਮੈਨੂੰ ਕੋਈ ਨੌਲੇਜ ਨਹੀਂ ਸੀ। ਤੇ ਉਹ ਵਿਅਕਤੀ ਮੈਨੂੰ ਦੇਖਦਾ ਰਿਹਾ, ਉਹ ਮੈਨੂੰ ਵਾਚ ਕਰਦਾ ਰਿਹਾ ਤੇ 2 ਮਹੀਨਿਆਂ ਬਾਅਦ ਉਹਨੇ ਮੈਨੂੰ